ਗੱਲ ਇਹ ਕਿ ਅਰਦਾਸ 2016 ਦੇ ਵਿੱਚ, ਅਰਦਾਸ ਕਰਾਂ 2019 ਅਤੇ ਹੁਣ 2024 ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ। ਕਿਹੜਾ ਹੌਸਲਾ ਪਿਛਲੀਆਂ ਫਿਲਮਾਂ ਦਾ ਐਸਾ, ਜਾਂ ਕਿਹੜਾ ਜਨੂੰਨ ਐਸਾ ਰਿਹਾ ਜਿਹਦੇ ਕਰਕੇ ਹਮੇਸ਼ਾ ਇਸ ਚੀਜ਼ ਲਈ ਐਕਟਿਵ ਰਹੇ ਕਿ ਇਸ ਲੜੀ ਨੂੰ ਆਪਾਂ ਅੱਗੇ ਵਧਾਈਏ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਅਗਲੀ ਪਾਰਟ ਬਾਰੇ ਸੋਚਦੇ ਹਾਂ ਤਾਂ ਸਾਨੂੰ ਕਦੇ ਇਸ ਫਿਲਮ ਲਈ ਕਾਹਲੀ ਨਹੀਂ ਹੁੰਦੀ, ਨਾ ਤਾਂ ਅਸੀਂ ਕਦੇ ਇਹ ਸੋਚ ਕੇ ਬਣਾਈਦਾ, ਕਿਉਂਕਿ ਪਹਿਲੀ ਵੀ ਜਦੋਂ ਬਣਾਈ ਸੀਗੀ ਤਾਂ ਉਸ ਟਾਈਮ ਤਾਂ ਸਾਰੇ ਸਾਨੂੰ ਕਹਿ ਰਹੇ ਸੀ ਵੀ ਇਸ ਤਰ੍ਹਾਂ ਦੀ ਫਿਲਮ ਨੂੰ ਕੌਣ ਦੇਖੂਗਾ, ਸੋਸ਼ਲ ਫਿਲਮਾਂ ਨੇ, ਇਹ ਫਿਲਮਾਂ ਨਹੀਂ ਦੇਖੀਆਂ ਜਾਂਦੀਆਂ। ਮੈਨੂੰ ਮਤਲਬ ਮੇਰੇ ਆਸ ਪਾਸ ਦੇ ਸਾਰੇ ਬੰਦਿਆਂ ਨੇ ਰੋਕਿਆ ਸੀ ਕਿ ਇਹ ਫਿਲਮ ਨਾ ਬਣਾ, ਔਰ ਐਜ਼ ਆ ਡਾਇਰੈਕਟਰ ਤੂੰ ਫਿਲਮ ਕਰਨੀ ਆ। ਮੈਂ ਤਾਂ ਪਹਿਲਾਂ ਘੁੱਗੀ ਭਾਅ ਜੀ ਨੇ ਵੀ ਕਿਹਾ, ਪਹਿਲਾਂ ਤਾਂ ਇਹਨਾਂ ਨੇ ਵੀ ਰੋਕਿਆ ਸੀ, ਕਹਿੰਦੇ ਨਾ ਕਰ। ਅਤੇ ਚਲੋ, ਵਾਹਿਗੁਰੂ ਦੀ ਕਿਰਪਾ ਨਾਲ ਬੜੇ ਸੱਚੇ ਮਨ ਨਾਲ ਫਿਲਮ ਬਣਾਈ ਸੀ ਔਰ ਫਿਲਮ ਬਹੁਤ ਵਧੀਆ ਬਣੀ ਪਹਿਲੀ ਅਰਦਾਸ। ਫਿਰ ਉਸ ਤੋਂ ਬਾਅਦ ਜਦੋਂ ਦੂਜੀ ਵਾਰੀ ਸੈਕਿੰਡ ਪਾਰਟ ਬਣਾਇਆ, ਬੜੀ ਮਿਹਨਤ ਕੀਤੀ ਉਸ ਟਾਈਮ ਵੀ ਕਿ ਯਾਰ ਇੱਦਾਂ ਆਹ ਸਬਜੈਕਟ 'ਤੇ ਕੰਮ ਕਰੀਏ, ਉਹ ਸਬਜੈਕਟ 'ਤੇ, ਫਾਈਨਲੀ ਉਹ ਤਿਆਰ ਕੀਤਾ। ਸੋ ਹੁਣ ਜਦੋਂ ਇਹ ਸਬਜੈਕਟ ਕਰਨਾ ਸੀ ਤਾਂ ਇਹਦੇ 'ਤੇ ਥੋੜ੍ਹਾ ਮੇਰਾ ਜ਼ਿਆਦਾ ਜ਼ੋਰ ਲੱਗਿਆ ਜੀ, ਸਹੀ ਪੁੱਛੋ ਤਾਂ, ਕਿਉਂਕਿ ਮੈਨੂੰ ਇੱਦਾਂ ਸੀ, ਮੈਂ ਕਿਹਾ ਯਾਰ ਵਿੱਚ ਕੁਛ ਨਾ ਕੁਛ ਮੈਂ ਇਸ ਤਰ੍ਹਾਂ ਦਾ ਪਾਉਣਾ ਵਾਂ ਜਿਹੜਾ ਅੱਜ ਤੱਕ ਕਦੇ ਆਪਾਂ ਨਾ ਦੇਖਿਆ ਹੋਵੇ ਨਾ ਸੁਣਿਆ ਹੋਵੇ, ਕਿ ਕੁਛ ਨਵੀਂ ਚੀਜ਼ ਕੀ ਹੋ ਸਕਦੀ ਹੈ, ਕਿਉਂਕਿ ਫਿਲਮ ਦਾ ਮਾਹੌਲ ਤਾਂ ਉਹੀ ਆ, ਉਸੇ ਤਰੀਕੇ ਦੀ ਫਿਲਮ ਹੈ, ਬਟ ਕਹਾਣੀਆਂ ਜਿਵੇਂ ਹਰ ਵਾਰੀ ਨਵੀਆਂ ਨਵੀਆਂ ਚੱਲਦੀਆਂ ਨੇ ਤਾਂ ਇਹਦੇ 'ਚ ਕੁਛ ਕੁ ਚੀਜ਼ਾਂ ਇੱਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਵਧੀਆ ਲੱਗਣਗੀਆਂ ਖਾਸ, ਅਤੇ ਨਵੀਆਂ ਹੋਣਗੀਆਂ, ਅਤੇ ਬਸ ਇਹੀ ਹੈ ਜੀ। ਬਿਲਕੁਲ, ਉਸੇ ਦਾ ਹੀ ਇੰਤਜ਼ਾਰ ਹੈ। ਨਿਰਮਲ ਰਿਸ਼ੀ ਮੈਡਮ, ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ, ਮਾਈਕ ਉਹਨਾਂ ਤੱਕ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਆਪ ਜੀ ਨੂੰ ਇਹੀ ਦੱਸਣਾ ਚਾਹੂੰਗੀ ਕਿ ਅਸੀਂ ਜਦੋਂ ਪੈਦਾ ਹੁੰਦੇ ਹਾਂ ਅਰਦਾਸ ਹੁੰਦੀ ਹੈ, ਕੋਈ ਘਰ 'ਚ ਫੰਕਸ਼ਨ ਕਰਦੇ ਹਾਂ ਅਰਦਾਸ ਹੁੰਦੀ ਹੈ, ਜਦੋਂ ਅਸੀਂ ਇਸ ਦੁਨੀਆ ਤੋਂ ਜਾਂਦੇ ਹਾਂ ਫਿਰ ਵੀ ਕਿੰਨੀ ਵਾਰੀ ਅਰਦਾਸ ਹੁੰਦੀ ਹੈ। ਮੈਨੂੰ ਇਹ ਫਿਲਮ ਕਰਕੇ ਇੰਨਾ ਆਨੰਦ ਆਇਆ ਨਾ ਜੀ, ਮੈਂ ਮਤਲਬ ਮੈਨੂੰ ਕਿਤੇ ਕਿਤੇ ਵਿੱਚ ਵਿੱਚ ਰੋਣਾ ਵੀ ਆਉਂਦਾ ਰਿਹਾ ਵੀ ਇਹ ਅਰਦਾਸ ਇਹੋ ਜਿਹੀ ਚੀਜ਼ ਹੈਗੀ ਹੈ ਵੀ ਅਸੀਂ ਕਦੇ ਵੀ ਕਿਸੇ ਗੱਲ ਪਿੱਛੇ ਜਦੋਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ, ਡਿਵੋਸ਼ਨ ਨਾਲ ਅਰਦਾਸ ਕਰਨੀ ਚਾਹੀਦੀ ਹੈ। ਸਾਡੇ ਅੰਤ ਦਾ ਨਹੀਂ ਪਤਾ ਅਤੇ ਸਾਡੇ ਜੰਮਣ ਦਾ ਵੀ ਨਹੀਂ ਪਤਾ, ਸਾਨੂੰ ਪਤਾ ਹੈ ਪਰ ਅੰਤ ਦਾ ਤਾਂ ਬਿਲਕੁਲ ਨਹੀਂ ਪਤਾ। ਅਤੇ ਇਹਦੇ 'ਚ ਇਹ ਦੱਸਿਆ ਵੀ ਅਸੀਂ ਕਿਸੇ ਤੋਂ ਵੀ ਮਾਫ਼ੀ ਮੰਗਣ ਲਈ ਜਾਂ ਆਪਣੀਆਂ ਗਲਤੀਆਂ ਸਾਰੀ ਜ਼ਿੰਦਗੀ ਕਰਦੇ ਹਾਂ ਵੀ ਦੇਰ ਨਾ ਕਰੀਏ। ਅਸੀਂ ਦੇਰ ਕਰ ਦਿੰਦੇ ਹਾਂ ਤਦ ਤੱਕ ਬੰਦਾ ਚਲਾ ਜਾਂਦਾ ਹੈ, ਜੇ ਅਸੀਂ ਗਲਤੀਆਂ ਕਰਦੇ ਹਾਂ ਤਾਂ ਉਸ ਵਿੱਚ ਮਾਫ਼ੀ ਮੰਗਣੀ ਬਹੁਤ ਜ਼ਰੂਰੀ ਹੈ। ਅਰਦਾਸ ਕਰਿਆ ਕਰੋ ਸਾਰੇ ਦੁਨੀਆ ਦੇ ਭਲੇ ਲਈ, ਤਾਂ ਫਿਰ ਰੱਬ ਤੁਹਾਨੂੰ ਮੁੜ ਕੇ ਤੁਹਾਡੇ ਲਈ ਭਲਾ ਆਪੇ ਹੋ ਜਾਂਦਾ, ਕੋਈ ਨਹੀਂ ਤੁਹਾਨੂੰ ਕਹਿੰਦਾ, ਪਰ ਜੇ ਤੁਸੀਂ ਸਾਰਿਆਂ ਦੇ ਭਲੇ ਲਈ ਅਰਦਾਸ ਕਰਦੇ ਹੋ ਤਾਂ ਰੱਬ ਆਪੇ ਤੁਹਾਡੇ ਲਈ ਅਰਦਾਸ ਹੋ ਜਾਂਦੀ ਹੈ। ਇਸ ਕਰਕੇ ਇਹ ਸਿੱਖਿਆ ਵੀ ਅਰਦਾਸ ਕਰਨਾ ਭੁੱਲਿਓ ਨਾ, ਆਪਣੇ ਲਈ ਨਹੀਂ ਸਾਰਿਆਂ ਲਈ ਕਰਿਆ ਕਰੋ, ਤੁਹਾਡੇ ਲਈ ਤਾਂ ਆਪੇ ਹੋ ਜਾਇਆ ਕਰੋਗੇ। ਇਹ ਬਹੁਤ ਵੱਡੀ ਸਿੱਖ ਹੈ ਇਹ, ਜੇ ਤੁਸੀਂ ਮੰਨ ਲਓ ਤਾਂ। ਕਦੇ ਵੀ ਜਿੱਥੇ ਵੀ ਜਾਓ, ਕਦੇ ਵੀ ਕਿਸੇ ਮੰਦਰ ਜਾਓ, ਗੁਰਦੁਆਰੇ ਜਾਓ, ਕਿਸੇ ਪੀਰ ਦੀ ਦਰਗਾਹ ਕਿਤੇ ਵੀ ਜਾਓ, ਇਹ ਕਿਹਾ ਕਰੋ ਸਰਬੱਤ ਦਾ ਭਲਾ, ਆਪਦਾ ਭਲਾ ਨਾ ਮੰਗਿਆ ਕਰੋ, ਉਹ ਇੰਨੇ ਸਾਰੇ ਭਲਿਆਂ 'ਚ ਤੁਹਾਡਾ ਤਾਂ ਆਪਦਾ ਭਲਾ ਹੋ ਜਾਂਦਾ। ਇਹ ਸਿੱਖਿਆ ਹੈ ਸਰਦਾਰ ਤੋਂ ਮੈਂ, ਬਹੁਤ ਬਹੁਤ ਸ਼ੁਕਰੀਆ। ਔਰ ਨਿਰਮਲ ਮੈਡਮ, ਗੱਲ ਇੱਦਾਂ ਹੁੰਦੀ ਹੈ ਕਿ ਬੜੇ ਘੱਟ ਚੁਣਿੰਦਾ ਅਤੇ ਟਾਵੇਂ ਆਰਟਿਸਟ ਐਸੇ ਹੁੰਦੇ ਜਿਹੜੇ ਆਪਣੇ ਆਪ ਦੇ ਵਿੱਚ ਇੰਸਟੀਟਿਊਟ ਹੁੰਦੇ ਆ, ਔਰ ਤੁਸੀਂ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਹੋ। ਮੈਡਮ, ਤੁਹਾਡੇ ਤੋਂ ਨਵੇਂ ਆਰਟਿਸਟ ਤੁਹਾਡੇ ਪੁਰਾਣੇ ਤਜਰਬੇ ਤੋਂ ਅੱਜ ਤੱਕ ਅਤੇ ਅੱਗੇ ਵੀ ਸਿੱਖਦੇ ਰਹਿਣਗੇ। ਜੀ ਮੈਡਮ, ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਉਮਰ ਦਾ ਬਹੁਤ ਲੰਬਾ ਵਕਤ ਤੁਸੀਂ ਫਿਲਮਾਂ ਦੇ ਨਾਲ ਹੰਡਾਇਆ ਹੈ,
ਜੇ ਮੈਂ ਅੱਜ ਦੀ ਘੜੀ ਵੀ ਪੁੱਛਾਂ, ਮੈਡਮ ਅੱਜ ਦੀ ਘੜੀ ਵੀ ਸਿੱਖਦੇ ਹੋ ਤਾਂ ਕੀ ਸਿੱਖਿਆ ਜਾ ਰਿਹਾ ਜਾਂ ਚੱਲਦਾ ਰਹਿੰਦਾ ਸਿੱਖਣ ਦਾ ਇਹ ਦੌਰ? ਬਸ ਮੈਨੂੰ ਇਹ ਲੱਗਦਾ ਹੁੰਦਾ ਕਿ ਪਰਮਾਤਮਾ ਦਾ ਨਾਂ ਲੈ ਕੇ ਲੱਗੇ ਰਹੋ, ਹਾਰ ਨਾ ਮੰਨੋ। ਮੈਂ ਹਿੰਦੀ ਦੀ ਕਵਿਤਾ ਪੜ੍ਹੀ ਸੀ ਵੀ ਨੀਰਜ ਦੀ, ਵੀ ਹਾਰ ਮਿਲੇ ਪਗ ਪਗ ਪਲ ਮੁਝਕੋ, ਔਰ ਮਿਲਤੀ ਹੈ ਹਾਰੇ ਪਰ ਹਾਰ ਨਹੀਂ ਮਾਨੂੰਗਾ। ਜ਼ਿੰਦਗੀ ਦੁਬਾਰਾ ਨਹੀਂ ਆਉਣੀ, ਮੁੜ ਕੇ ਵਾਪਸ ਵੀ ਨਹੀਂ ਆਉਣਾ, ਤਸਵੀਰਾਂ 'ਤੇ ਨਾ ਇੰਤਜ਼ਾਰ ਕਰੋ। ਜੇ ਹਾਰ ਨਹੀਂ ਮੰਨਣੀ ਨਾ ਤਾਂ ਕੰਮ ਕਰੋ, ਲਗਾਤਾਰ ਕਰਦੇ ਰਹੋ, ਕਿਸੇ ਨਾ ਕਿਸੇ ਦਿਨ ਤੁਹਾਨੂੰ ਦਰਵਾਜ਼ਾ ਜ਼ਰੂਰ ਖੁੱਲੂਗਾ। ਮੈਂ ਕੋਈ ਇੰਨੀ ਮੈਂ ਐਵੇਂ ਨਹੀਂ ਕੀਤਾ, ਮੈਂ ਬਸ ਲੱਗੀ ਰਹੀ ਹਾਂ ਅਤੇ ਰੱਬ ਨੇ ਮੇਰੇ ਕਿੱਡੇ ਸੋਹਣੇ ਦਰਵਾਜ਼ੇ ਖੋਲ੍ਹ ਤੇ। ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਮੇਰੀ ਸਾਰੀ ਇੰਡਸਟਰੀ ਦਾ ਵੀ ਮੈਨੂੰ ਕਿਸ ਉਮਰ 'ਚ ਜਾ ਕੇ ਇਹਨਾਂ ਨੇ ਮੈਨੂੰ ਕੰਮ ਦਿੱਤਾ ਅਤੇ ਮੈਂ ਇਹਨਾਂ ਦੇ ਸਿਰ 'ਤੇ ਜਿਉਣੀ ਹਾਂ। ਤੁਸੀਂ ਵੀ ਇਵੇਂ ਹੀ ਕਰਿਓ, ਛੱਡਿਓ ਨਾ ਵਿੱਚ, ਲਗਾਤਾਰ ਲੱਗੇ ਰਹੋ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਗੁਰਮੀਤ ਭੋਗੀ ਭਾਅ ਜੀ। ਗੱਲ ਇੱਦਾਂ ਕਿ ਅੱਜ ਕੱਲ੍ਹ ਜਿਵੇਂ ਕ੍ਰਿਕਟ ਦਾ ਦੌਰ ਚੱਲਦਾ ਜੀ, ਔਰ ਕ੍ਰਿਕਟ ਦੇ ਵਿੱਚ ਉਸ ਬੈਟਸਮੈਨ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਜਿਹੜਾ 360 ਡਿਗਰੀ ਖੇਡਦਾ, ਔਰ ਐਕਟਿੰਗ ਦੇ ਵਿੱਚ ਤੁਹਾਡਾ ਜਿਹੜਾ ਸਫ਼ਰ ਨਾਟਕਾਂ ਤੋਂ ਸ਼ੁਰੂ ਹੋਇਆ, ਪਰਛਾਵੇਂ ਤੋਂ ਲੈ ਕੇ ਜਾਂ ਉਸ ਤੋਂ ਪਹਿਲਾਂ ਹੁਣ ਤੱਕ ਆਪਾਂ ਤੁਹਾਡੇ ਸਫ਼ਰ ਨੂੰ ਦੇਖਿਆ, ਕੀ ਆਪਾਂ ਇਹ ਮੰਨ ਸਕਦੇ ਹਾਂ ਕਿ ਅਰਦਾਸ ਦੀ ਇਹ ਲੜੀ ਦੇ ਨਾਲ ਤੁਸੀਂ 360 ਡਿਗਰੀ ਪੂਰੇ ਹੋਏ ਹੋ ਖੇਡਣ ਦੇ ਵਿੱਚ? ਬਹੁਤ ਸ਼ੁਕਰੀਆ ਜੀ ਜੱਸੀ ਜੀ, ਥੈਂਕ ਯੂ ਸੋ ਮੱਚ। ਔਰ ਮੈਂ ਬਤੌਰ ਕਲਾਕਾਰ ਤਾਂ ਕਦੇ ਵੀ ਨਹੀਂ ਸਾਨੂੰ ਲੱਗਦਾ ਕਿ ਅਸੀਂ 360 ਡਿਗਰੀ ਕਵਰ ਕਰ ਲਈ, ਕਿਤੇ ਨਾ ਕਿਤੇ ਅਜੇ ਵੀ ਲੱਗਦਾ ਕੁਛ ਕਰਨ ਵਾਲਾ ਬਾਕੀ ਹੈ, ਔਰ ਉਹ ਕਰਦੇ ਰਹਾਂਗੇ। ਜਿਹੜੀ ਗੱਲ ਮੈਡਮ ਨਿਰਮਲ ਰਿਸ਼ੀ ਜੀ ਨੇ ਕਹੀ ਨਾ, ਉਹ ਇਹਦੇ ਨਾਲ ਜੁੜਦੀ ਹੈ ਕਿ ਲਗਾਤਾਰਤਾ ਜਿਹੜੀ ਹੈ ਉਹ ਤੁਹਾਨੂੰ ਜਗਿਆਸਾ 'ਚ ਰੱਖਦੀ ਹੈ, ਔਰ ਜਗਿਆਸਾ ਤੁਹਾਨੂੰ ਹੋਰ ਕੰਮ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ। ਜਿੱਦਣ ਲੱਗਾ 360 ਡਿਗਰੀ ਖੇਲ ਰਿਹਾ ਉੱਦਣ ਇਨਿੰਗ ਖਤਮ ਹੋ ਜਾਂਦੀ ਹੈ ਤੁਹਾਡੀ। ਸੋ ਇਹਦੀ ਮੈਂ ਗੱਲ ਕਰਾਂ ਫਿਲਮ ਦੀ, ਅਤੇ ਅਸੀਂ ਅਕਸਰ ਪ੍ਰੋਡਿਊਸਰਸ ਨੂੰ ਵਧਾਈ ਦਿੰਦੇ ਹੁੰਦੇ ਹਾਂ ਫਿਲਮ ਦੀ, ਬਹੁਤ ਮੁਬਾਰਕਾਂ ਜੀ, ਹੈ ਨਾ। ਪਰ ਇਹਦੇ ਲਈ ਆਈ ਵੁੱਡ ਲਾਈਕ ਟੂ ਸੇ ਥੈਂਕਸ ਟੂ ਗਿੱਪੀ ਗਰੇਵਾਲ। ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਇਹੋ ਜਿਹੀਆਂ ਫਿਲਮਾਂ ਬਣਾਉਣ ਵਾਸਤੇ, ਔਰ ਸਾਨੂੰ ਇਹੋ ਜਿਹਾ ਇੱਕ ਫਿਲਮਾਂ ਦਾ ਦੌਰ ਦੇਣ ਵਾਸਤੇ, ਫਿਲਮ ਦੇਣ ਲਈ ਨਹੀਂ, ਇਹਦੇ ਨਾਲ ਦੌਰ ਚੱਲਦੇ ਨੇ। ਇੱਕ ਚੰਗੀ ਜਦੋਂ ਸ਼ੁਰੂਆਤ ਹੁੰਦੀ ਹੈ ਉਹਦੇ ਨਾਲ ਦੌਰ ਚੱਲਦੇ ਨੇ। ਕਹਿੰਦੇ ਕੁਛ ਦੇਰ ਕੀ ਖਾਮੋਸ਼ੀ ਹੈ ਫਿਰ ਸੇ ਸ਼ੋਰ ਆਏਗਾ, ਤੁਹਾਰਾ ਵਕਤ ਆਇਆ ਹੈ ਹਮਾਰਾ ਦੌਰ ਆਏਗਾ। ਸੋ ਅਸੀਂ ਬੜੇ ਸਾਲ ਖਾਮੋਸ਼ੀ ਰੱਖੀ, ਮੈਂ ਆਪਣੀ ਗੱਲ ਕਰਾਂ ਜੇ, ਇੱਕ ਕਲਾਕਾਰ ਦੀ ਤੌਰ 'ਤੇ ਕੰਮ ਕਰਨ ਨੂੰ ਬਹੁਤ ਤਰਸੇ ਹਾਂ, ਕਮੇਡੀਅਨ ਦੀ ਤੌਰ 'ਤੇ ਬੜੇ ਸਾਲ ਕੰਮ ਕੀਤਾ, ਪਰ ਉਮੀਦ ਸੀ ਕਿ ਸਾਡਾ ਦੌਰ ਆਏਗਾ, ਔਰ ਆ ਸਾਰੇ ਥੀਏਟਰ ਆਰਟਿਸਟ ਬੈਠੇ ਨੇ, ਸਾਰਿਆਂ ਦਾ ਦੌਰ ਆਇਆ। ਬਿਲਕੁਲ ਜੀ, ਔਰ ਫਿਲਮ ਦੇ ਵਿੱਚ ਕੁਛ ਗਲਿਟਰਿੰਗ ਚੀਜ਼ਾਂ ਵਿਕਦੀਆਂ ਹੁੰਦੀਆਂ ਸੀ ਜਿਹੜੀਆਂ ਗਲਿਟਰ ਕਰਦੀਆਂ ਸੀ, ਚਮਕਦੀਆਂ ਸੀ, ਪਰ ਉਹਨਾਂ 'ਚ ਅਸਰ ਨਹੀਂ ਸੀ ਹੁੰਦਾ। ਕੋਲ ਜਾ ਕੇ ਵੇਖੀਦਾ ਸੀ ਅਤੇ ਲੱਗਦਾ ਸੀ ਲਿਸ਼ਕਣਾ ਕਾਗਜ਼ ਹੀ ਹੈ ਬਸ। ਉਹ ਯਥਾਰਥ ਕਦੋਂ ਵਿਕੇਗਾ ਉਹਦੀ ਉਡੀਕ ਸੀ, ਇਹਨਾਂ ਫਿਲਮਾਂ ਦੇ ਨਾਲ ਉਹ ਦੌਰ ਆਇਆ ਮੈਂ ਕਹਿ ਸਕਦਾ ਜੀ। 16 ਦੇ ਵਿੱਚ ਜਦੋਂ ਫਿਲਮ ਆਉਂਦੀ ਹੈ ਅਰਦਾਸ, ਵਾਕਈ ਪਹਿਲਾਂ ਮੈਂ ਹੀ ਗਿੱਪੀ ਉਹਨਾਂ ਨੂੰ ਰੋਕਿਆ ਕਿ ਛੱਡੋ ਪਰਾਂ ਭਾਅ ਜੀ ਪੰਗਾ ਕਿਉਂ ਲੈਣਾ, ਕਹਿ ਰਹੀ ਹੁਣ ਜੱਟਾਂ ਵਰਗੀਆਂ ਫਿਲਮਾਂ ਬਣਾਉਂਦੇ ਪਏ ਆ, ਠਾਹ ਠਾਹ ਚੱਲਦੀਆਂ ਪਈਆਂ, ਅਤੇ ਮੈਂ ਕਿਹਾ ਇਹ ਕਿਹੜਾ ਪੰਗਾ ਲੈਣ ਲੱਗੇ? ਕਹਿੰਦੇ ਨਹੀਂ ਭਾਅ ਜੀ ਮਨ 'ਚ ਹੈ। ਅਤੇ ਫਿਰ ਜਦੋਂ ਮੈਂ ਕਿਹਾ ਮਨ 'ਚ ਜਿਹੜੀ ਚੀਜ਼ ਆਉਂਦੀ ਹੈ ਨਾ ਫਿਰ ਉਹ ਕਰ ਲੈਣੀ ਚਾਹੀਦੀ, ਕਿਉਂਕਿ ਮਨ 'ਚ ਪਤਾ ਨਹੀਂ ਸਾਡੇ ਆਈ ਹੈ ਕਿ ਸਤਿਗੁਰੂ ਨੇ ਪਾਈ ਹੈ। ਕਿਆ ਬਾਤ ਹੈ, ਸ਼ਾਨਦਾਰ ਸ਼ਾਨਦਾਰ। ਸੋ ਮੈਂ ਕਿਹਾ ਕਰ ਲੈਣੀ ਚਾਹੀਦੀ, ਫਿਰ ਅਸੀਂ ਉਹ ਚੀਜ਼ ਕੀਤੀ ਅਤੇ ਉਸ ਤੋਂ ਇਹ ਦੌਰ ਸ਼ੁਰੂ ਹੁੰਦਾ। ਔਰ ਮੈਂ ਪਹਿਲੀ ਫਿਲਮ ਅਸੀਂ ਬਣਾ ਕੇ ਦੂਜੀ ਬਾਰੇ ਇਹ ਸੋਚਿਆ ਸੀ ਕਿ ਪਹਿਲੀ ਇੰਨੀ ਹਿੱਟ ਹੋਈ ਹੈ, ਦੂਜੀ ਸਾਨੂੰ ਬਣਾਉਣੀ ਚਾਹੀਦੀ ਹੈ, ਹੈ ਨਾ। ਅਰਦਾਸ ਕਰਾਂ ਜਦੋਂ ਆਪਣਾ ਜਲਵਾ ਦਿਖਾਉਂਦੀ ਹੈ, ਫਿਰ ਸਾਨੂੰ ਲੱਗਦਾ ਕਿ ਹੁਣ ਤੀਜੀ ਬਣਾਉਣੀ ਪੈਣੀ ਹੈ।
ਪਹਿਲੀ ਚਾਹੀਦੀ ਸੀ, ਹੁਣ ਪੈਣੀ ਸੀ ਕਿ ਲੋਕਾਂ ਨੂੰ ਉਡੀਕ ਸੀ। ਪਰ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਦੂ ਬਾਅਦ ਤਾਂ ਨਾ ਅਸੀਂ ਬਣਾਉਣੀ ਪੈਣੀ ਹੈ ਨਾ ਚਾਹੀਦੀ ਹੈ, ਸਾਡੀ ਜ਼ਿੰਮੇਦਾਰੀ ਬਣ ਗਈ ਅੱਜ ਤੋਂ ਬਾਅਦ ਕਿ ਇੱਦਾਂ ਦਾ ਸਿਨੇਮਾ ਅਸੀਂ ਕਰਦੇ ਰਹੀਏ, ਤਾਂ ਕਿ ਸਿਨੇਮਾ ਹਮੇਸ਼ਾ ਆਪਣੇ ਆਪ ਨੂੰ ਸਮਰੱਥ ਮਹਿਸੂਸ ਕਰਦਾ ਰਹੇ, ਪੰਜਾਬੀ ਸਿਨੇਮਾ। ਔਰ ਜਦੋਂ ਅਸੀਂ ਅਰਦਾਸ ਵਰਗੀ ਫਿਲਮ ਦੀ ਗੱਲ ਕਰਦੇ ਹਾਂ ਤਾਂ ਇਹਦਾ ਨਾਮ ਟਾਈਟਲ ਦੇ ਮਗਰ ਵੀ ਇੱਕ ਕਹਾਣੀ ਹੈ। ਅਸੀਂ ਪਹਿਲੋਂ ਬਣਾਈ ਫਿਲਮ ਅਰਦਾਸ, ਉਹ ਲੋਕਾਂ ਨੇ ਅਥਾਹ ਪਿਆਰ ਦਿੱਤਾ, ਫਿਰ ਅਸੀਂ ਬਣਾਈ ਅਰਦਾਸ ਕਰਾਂ। ਉਹਦੇ 'ਚ ਇੱਕ ਸਿਮਿਲਰਟੀ ਸੀ ਕਿ ਅਰਦਾਸ ਵੀ ਅਸੀਂ ਮੋਸਟਲੀ ਆਪਣੀ ਇੱਛਾ ਲੈ ਕੇ ਜਾਂਦੇ ਹਾਂ ਕਿ ਸਤਿਗੁਰੂ ਆਹ ਕਰ ਦਿਓ ਸਾਡੇ ਲਈ ਜਾਂ ਇੱਦਾਂ ਹੋ ਜਾਏ। ਅਰਦਾਸ ਕਰਾਂ ਤੋਂ ਤਾਂ ਕਲੀਅਰ ਹੈ ਕਿ ਮੈਂ ਆਪਣੀ ਬੇਨਤੀ ਲੈ ਕੇ ਗਿਆ। ਅਸੀਂ ਉਸ ਤੋਂ ਬਾਅਦ ਬੜੀਆਂ ਸਿਟਿੰਗਸ ਹੋਈਆਂ ਕਿੱਦਾਂ ਦੀ ਫਿਲਮ ਬਣਾਈ ਜਾਵੇ, ਬੜੇ ਆਈਡੀਆ ਡਿਸਕਸ ਹੋਏ। ਮੀਨਵਾਈਲ ਕੋਵਿਡ ਆ ਗਿਆ, ਕੋਵਿਡ 'ਚ ਸਭ ਕੁਝ ਬੰਦ ਹੋ ਗਿਆ, ਪਰ ਉਹ ਸਾਨੂੰ ਇੱਕ ਥੋਟ ਦੇ ਗਿਆ ਕੋਵਿਡ ਕਿ ਜਦੋਂ ਅਸੀਂ ਹੁਣ ਅਗਲੀ ਗੱਲ ਕਰਨੀ ਹੈ ਨਾ, ਸਾਡਾ ਫਲਸਫਾ ਤਾਂ ਇਹ ਕਹਿੰਦਾ ਆਪਣੇ ਲਈ ਥੋੜ੍ਹਾ ਇਕੱਲੀ ਹੁੰਦੀ ਹੈ ਤਾਂ ਸਰਬਤ ਲਈ ਹੁੰਦੀ ਹੈ। ਉੱਥੋਂ ਕਿਤੇ ਨਾ ਕਿਤੇ ਆਈਡੀਆ ਥੋਟ ਆਇਆ ਇਹ ਵਾਲਾ ਕਿ ਅੱਗੋਂ ਜਿਹੜੀ ਫਿਲਮ ਬਣੇਗੀ ਉਹਦਾ ਨਾਮ ਹੋਏਗਾ ਅਰਦਾਸ ਸਰਬਤ ਦੇ ਭਲੇ ਦੀ, ਕਿਉਂਕਿ ਸਾਰਿਆਂ ਨੂੰ ਸਮੱਸਿਆ 'ਚ ਦੇਖਿਆ। ਥੈਂਕ ਯੂ ਜੀ। ਸੰਸਾਰ ਨੂੰ ਜੂਝਦਿਆਂ ਦੇਖਿਆ ਅਤੇ ਲੱਗਾ ਕਿ ਸਾਡਾ ਤਾਂ ਫਲਸਫਾ ਹੀ ਹੈ ਕਿ ਅਰਦਾਸ ਸਰਬਤ ਦੇ ਭਲੇ ਦੀ। ਔਰ ਇਸ ਫਿਲਮ ਦੇ ਵਿੱਚ ਨਿੱਜੀ ਤਕਲੀਫਾਂ ਤਾਂ ਕਈ ਪਰਿਵਾਰਾਂ ਦੀਆਂ ਦੇਖਣ ਨੂੰ ਮਿਲਣਗੀਆਂ, ਪਰ ਉਹਦੇ ਵਿੱਚ ਵੀ ਤੁਹਾਨੂੰ ਲੱਗੇਗਾ ਕਿ ਨਿੱਜੀ ਨਹੀਂ, ਅਸਲ 'ਚ ਇਹ ਸਮੁੱਚੀ ਗੱਲ ਹੈ। ਇਹ ਸਮਾਜ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਨੇ, ਪਨਪ ਰਹੀਆਂ ਨੇ, ਵੱਧ ਰਹੀਆਂ ਨੇ, ਉਹਨਾਂ ਨੂੰ ਲੈ ਕੇ ਇਹ ਜੇ ਇੱਕ ਕੰਪਾਈਲੇਸ਼ਨ ਹੈ ਸਾਡੇ ਜਜ਼ਬਾਤ ਦੀ ਔਰ ਸਤਿਗੁਰੂ ਦੇ ਓਟ ਆਸਰੇ ਦੀ ਕਿ ਜਦੋਂ ਅਰਦਾਸ ਸਰਬਤ ਦੇ ਭਲੇ ਦੀ ਕਰਦੇ ਹਾਂ ਤਾਂ ਸਤਿਗੁਰੂ ਆਪ ਮਿਹਰ ਕਰਦੇ ਨੇ। ਔਰ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਵੱਡੀ ਸਿਲਵਰ ਸਕਰੀਨ 'ਤੇ ਲੋਕਾਂ ਨੂੰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਹੋਣਗੇ। ਬਹੁਤ ਸਾਰੀ ਸੰਗਤ ਨੇ ਜਿਹੜੇ ਬਾਹਰ ਰਹਿੰਦੇ ਨੇ, ਈਵਨ ਇੱਥੇ ਰਹਿਣ ਵਾਲਿਆਂ ਨੇ ਵੀ ਬਹੁਤਿਆਂ ਨੇ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਤਾਂ ਜਾਣਾ ਚਾਹੀਦਾ, ਜਾ ਕੇ ਦਰਸ਼ਨ ਕਰਨੇ ਚਾਹੀਦੇ। ਪਰ ਬਹੁਤ ਸਾਰੇ ਲੋਕਾਂ ਦੀਆਂ ਮਜਬੂਰੀਆਂ ਨੇ, ਉਹ ਬਾਹਰ ਰਹਿੰਦੇ ਨੇ, ਫੋਰਨ ਰਹਿੰਦੇ ਨੇ, ਉਹਨਾਂ 'ਚੋਂ ਵੀ ਕਈ ਮਜਬੂਰ ਨੇ, ਫੋਰ ਸਮ ਰੀਜ਼ਨ ਉਹ ਇੰਡੀਆ ਹੀ ਨਹੀਂ ਆ ਸਕਦੇ। ਉਹਨਾਂ ਨੂੰ ਵੱਡੀ ਸਕਰੀਨ 'ਤੇ ਮਹਾਰਾਜ ਦੇ ਦਰਸ਼ਨ ਹੋਣੇ ਆਪਣੇ ਆਪ 'ਚ ਵੀ ਇੱਕ ਵੱਡੀ ਪ੍ਰਾਪਤੀ ਹੋਏਗੀ। ਅਤੇ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਖਤਮ ਕਰਾਂਗਾ ਕਿ ਥੈਂਕ ਯੂ ਸੋ ਮੱਚ ਗਿੱਪੀ ਜੀ ਕਿ ਸਾਨੂੰ ਇਹੋ ਜਿਹਾ ਕੰਮ ਕਰਨ ਦਾ ਵੀ ਤੁਸੀਂ ਪਲੈਟਫਾਰਮ ਦਿੱਤਾ। ਵਰਨਾ ਫਿਲਮਾਂ ਤਾਂ ਅਸੀਂ ਕਰੀ ਜਾਣੀਆਂ, ਅੱਗੋਂ ਵੀ ਕਰਾਂਗੇ, ਪਰ ਇਹ ਇੱਕ ਕਲਾਕਾਰ ਲਈ ਔਰ ਇੱਕ ਸਮਾਜਿਕ ਜ਼ਿੰਮੇਵਾਰ ਇਨਸਾਨ ਲਈ ਬਹੁਤ ਅਹਿਮ ਗੱਲ ਹੁੰਦੀ ਹੈ ਜਦੋਂ ਸੁਸਾਇਟੀ ਲਈ ਇੱਦਾਂ ਦਾ ਕੰਮ ਕਰਨ ਦਾ ਮੌਕਾ ਮਿਲਦਾ। ਬਹੁਤ ਸ਼ੁਕਰੀਆ ਜੀ। ਬਿਲਕੁਲ ਪ੍ਰਿੰਸ ਵੀਰੇ, ਹਾਂ ਹੈਗਾ ਮਾਈਕ, ਕੋਈ ਗੱਲ। ਪ੍ਰਿੰਸ ਵੀਰੇ, ਜਦੋਂ ਦੁੱਧ ਦੇ ਨਾਲ ਐਕਸਪੈਰੀਮੈਂਟ ਹੁੰਦਾ, ਫਿਰ ਦਹੀਂ, ਲੱਸੀ ਜਾਂ ਮੱਖਣ ਬਣਦਾ, ਫਿਰ ਜਦੋਂ ਉਹਦੇ ਤੋਂ ਹੋਰ ਐਕਸਪੈਰੀਮੈਂਟ ਹੁੰਦਾ, ਹੋਰ ਜ਼ੋਰ ਲੱਗਦਾ, ਫਿਰ ਉਹ ਘਿਓ ਬਣਦਾ। ਔਰ ਫਿਲਮਾਂ ਦੇ ਸਫ਼ਰ ਦੇ ਵਿੱਚ ਮੌਕਾ ਅਰਦਾਸ ਸਰਬਤ ਦੇ ਭਲੇ ਦੀ ਤੱਕ ਪਹੁੰਚਿਆ ਅਤੇ ਮੈਨੂੰ ਲੱਗਦਾ ਇਹ ਐਕਸਪੈਰੀਮੈਂਟ ਟੌਪ ਦਾ ਹੋਣ ਵਾਲਾ, ਤੁਹਾਡੇ ਲਈ ਬੜਾ ਅਲੱਗ ਅਤੇ ਵੱਖਰਾ ਹੋਣ ਵਾਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ। ਮੈਂ ਅੱਗੇ ਅਮਨ ਗੁਰੂ ਨੂੰ ਕਹੀ ਜਾਂਦਾ ਸੀ, ਮੈਂ ਕਿਹਾ ਮੇਰੀ ਨਾ ਐਕਟ ਵਾਲਾ ਕੰਮ ਠੀਕ ਸੀਗਾ, ਮੈਂ ਇਕੱਲਾ ਨਿਕਲਦਾ ਸੀ, ਭੱਜਾਉਂਦਾ ਸੀ। ਮੈਂ ਕਿਹਾ ਬਾਈ ਨੇ ਗੱਡੀ ਦਵਾ ਤੀ, ਹੁਣ ਤਿੰਨ ਜਣੇ ਪਹਿਲਾਂ ਉਹ ਤਿਆਰ ਹੁੰਦੇ ਆ, ਮੈਂ ਵਿੱਚ ਹੀ ਬਹਿ ਕੇ ਮੈਂ ਕਿਹਾ ਸਕੂਟਰੀ ਵਾਲਾ ਕੰਮ ਠੀਕ ਸੀ ਵੀ ਮੈਂ ਨਿਕਲ ਆਉਂਦਾ ਸੀ।
ਅਰਦਾਸ ਸਰਬਤ ਦੇ ਭਲੇ ਦੀ ਪਹਿਲੀ ਅਰਦਾਸ 'ਚ ਵੀ ਸੀਗਾ ਮੈਂ, ਅਤੇ ਉਹਦੇ 'ਚ ਕਰੈਕਟਰ ਮੇਰਾ ਸੀਗਾ, ਅਤੇ ਉਹ ਮੈਂ ਹੰਬਲ ਦੀ ਪਹਿਲੀ ਫਿਲਮ ਕੀਤੀ ਸੀਗੀ ਅਤੇ ਉਹਦੇ ਉਦੋਂ ਬਾਅਦ ਤਾਂ ਫਿਰ ਚਲੋ ਜਿੱਥੇ ਵੀ ਜਿਵੇਂ ਵੀ ਹੁੰਦਾ ਮੈਨੂੰ ਮੌਕਾ ਮਿਲਦਾ ਹੀ ਰਹਿੰਦਾ। ਇਹ ਅਰਦਾਸ ਦੀ ਜਦੋਂ ਗੱਲ ਹੋਈ ਤਾਂ ਮੈਨੂੰ ਬਾਈ ਜੀ ਦਾ ਮੈਸੇਜ ਆ, ਕਿੱਥੇ ਆ? ਮੈਂ ਕਿਹਾ ਜੀ ਇੱਥੇ ਹੀ ਆ, ਮੈਂ ਮੁਹਾਲੀ ਹਾਂ, ਆਫਿਸ ਆ ਜਾ। ਮੈਂ ਉੱਥੋਂ ਆਇਆ ਅਤੇ ਬਾਈ ਕਹਿੰਦੇ ਵੀ ਤੇਰੀ, ਤੂੰ ਕਹਿੰਦਾ ਹੁੰਦਾ ਵੀ ਜਿੱਦੇ ਮੈਂ ਸੰਤੁਸ਼ਟ ਹੋ ਗਿਆ ਵੀ ਉਦੋਂ ਬਾਅਦ ਫਿਰ ਕੰਮ ਦਿਓ ਹੋ ਜਾਂਦਾ, ਲੈ ਵੀ ਤਿਆਰ ਹੋ ਜਾ। ਮੈਂ ਸਿੰਪਲੀ ਗੱਲ ਰਹੀ, ਮੈਂ ਕਿਹਾ ਵੀ ਠੀਕ ਹੈ ਜੀ, ਹਾਂਜੀ ਤੈਨੂੰ ਤੇਰਾ ਕਰੈਕਟਰ ਸੁਣਾਉਣਾ। ਕਰੈਕਟਰ ਸੁਣਾ ਤਾਂ, ਫਿਲਮ ਕਰ ਲਈ, ਮੈਂ ਗਿਆ ਡਬਿੰਗ ਕਰਨ। ਮੈਨੂੰ ਲੱਗਦਾ ਮੇਰੇ 6-7 ਡਾਇਲੋਗ ਆ, 8 ਡਾਇਲੋਗ ਆ, ਉਹ 2 ਦਿਨਾਂ 'ਚ ਕੀਤੀ ਆ ਮੈਂ ਉਹ ਡਬ ਜੀ। ਅੱਛਾ। ਹਾਂ, ਮੈਨੂੰ ਸਾਰੇ ਕਹਿੰਦੇ ਹੁੰਦੇ ਵੀ ਇਹ ਬੜੀ ਛੇਤੀ ਕਰ ਜਾਂਦਾ, ਬੜੀ ਛੇਤੀ ਕਰ ਜਾਂਦਾ, ਅਤੇ ਉਹ 8 ਡਾਇਲੋਗ ਮੇਰੇ ਤੋਂ 2 ਦਿਨਾਂ 'ਚ ਹੋਏ। ਕਾਰਨ? ਕਾਰਨ ਬਸ ਦੇਖ ਕੇ ਹੀ ਪਤਾ ਲੱਗਣਾ। ਹਾਂ ਵੀ ਉਹ ਬਾਈ ਮੈਨੂੰ ਕਹਿੰਦੇ ਸੀ ਵੀ ਤੇਰੀ ਜ਼ਿੰਦਗੀ ਦਾ, ਵਾਰਨਿੰਗ ਵੇਲੇ ਵੀ ਕਿਹਾ ਸੀ ਵੀ ਇਹਦੀ ਜ਼ਿੰਦਗੀ ਦਾ ਖਤਰਨਾਕ ਕਰੈਕਟਰ ਹੈ, ਔਰ ਉਹ ਸੱਚੀ ਵੀ ਉਹ ਉਦੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਏਦੋਂ ਵੱਡਾ ਕੋਈ ਕਰੈਕਟਰ ਕਰ ਪਾਊਂਗਾ ਮੈਂ। ਪੰਮੇ ਪੰਮੇ ਵਰਗੇ ਤਾਂ ਚੱਲਦੇ ਸੀ, ਪਰ ਉਹ ਜੋ ਇਹ ਕਰੈਕਟਰ ਹੈ ਜੋ ਇਹ ਬਾਈ ਜੀ ਨੇ ਕਰਾਇਆ, ਉਹ ਤਸੱਲੀ ਕਰਾਤੀ ਵੀ ਇੱਕ ਪਾਸਿਓਂ ਘੁੱਗੀ ਭਾਜੀ ਨੂੰ ਕਹਿਤਾ, ਇੱਕ ਪਾਸਿਓਂ ਆਪ ਫੜ ਲਿਆ, ਅਤੇ ਫੜ ਕੇ ਆਪਾਂ ਵਾਟਾ ਨਹੀਂ ਚੜਾਉਂਦੇ ਹੁੰਦੇ, ਕੱਪੜੇ ਸੁਕਾਉਣੇ ਹੁੰਦੇ ਆ, ਨਿਚੋੜ ਕੇ ਰੱਖਤਾ, ਸਾਰੀ ਕਲਾਕਾਰੀ ਨਿਚੋੜਤੀ। ਕਹਿੰਦੇ ਹੁਣ ਕੱਢ, ਕਿੱਥੇ ਐਕਟਿੰਗ ਤੇਰੇ ਕੋਲੇ, ਕੱਢ ਹੁਣ। ਖਰਾਬ ਆ, ਕਿਆ ਬਾਤ ਹੈ। ਮਤਲਬ ਸਵਾਦ ਵੀ ਇਸੇ ਤਰ੍ਹਾਂ ਹੀ ਆਉਂਦਾ ਕਿ ਜਦੋਂ ਉਹ ਕੰਮ ਵੀ ਕਰਵਾ ਲਿਆ ਜਾਵੇ ਜਿਹਦੇ ਲਈ ਬੰਦਾ ਤਿਆਰ ਨਾ ਹੋਵੇ ਅਤੇ ਖੁੱਬਣਾ ਹੋਵੇ। ਬਿਲਕੁਲ ਬਿਲਕੁਲ, ਮੈਨੂੰ ਹੁਣ ਵੀ ਯਾਦ ਹੈ ਬੱਸ ਦੇ ਵਿੱਚ ਸੀਗਾ ਇੱਕ ਸ਼ੋਰਟ, ਗੁੜੀਆ ਆਉਂਦੀ ਆ, ਉਹ ਮੈਨੂੰ ਨਾ ਪਿੰਨੀ ਫੜਾਉਂਦੀ ਅਤੇ ਉਹਦਾ ਪਿਓ ਲੜ ਪੈਂਦਾ ਵੀ ਤੂੰ ਇਹਦੇ ਕੋਲ ਪਿੰਨੀ ਕਿਉਂ ਦਿੱਤੀ, ਔਰ ਉਹ ਮੈਂ ਐਂ ਫੜ ਕੇ ਅਤੇ ਐਂ ਝਾਕ ਪਿਆ। ਦੁਬਾਰਾ ਇੱਧਰ ਕੈਮਰਾ ਲੱਗਿਆ, ਇੱਧਰਲੇ ਪਾਸੇ ਸ਼ੀਸ਼ੇ 'ਚ ਲੱਗਿਆ, ਮੈਂ ਕਿਹਾ ਵੀ ਹੋ ਗਿਆ ਛੁੱਟ ਬਹਿ ਗਏ। ਬਾਈ ਮੈਨੂੰ ਅੱਗੋਂ ਬੈਠੇ, ਕਿਉਂਕਿ ਰੋਲ ਵੀ ਕਰ ਰਹੇ ਸੀ, ਮੈਨੂੰ ਐਂ ਕਰਕੇ, ਤਾਂ ਮੈਂ ਹਾਂਜੀ, ਕਹਿੰਦੇ ਨਹੀਂ ਦੰਦੀ ਵੱਢ ਕੇ ਇੱਧਰ ਨੂੰ ਝਾਕੀ ਪਿੰਨੀ ਨੂੰ, ਔਰ ਪਹਿਲਾਂ ਮੇਰੇ ਅੱਖ 'ਚ ਭੋਰਾ ਵੀ ਹੰਝੂ ਜਾਂ ਕੁਛ ਨਹੀਂ ਸੀ, ਮੈਂ ਕਰਕੇ ਐਂ ਝਾਕਿਆ। ਉਹ ਪਤਾ ਨਹੀਂ ਕੀ ਗੱਲ ਸੀ ਜਾਂ ਇਹਨਾਂ ਨੇ ਕੀ ਸੋਚ ਕੇ ਕਿਹਾ, ਬਲਜੀਤ ਭਾਅ ਜੀ ਨੇ ਲਿਆ ਕੇ ਕਹਿੰਦੇ ਮੈਂ ਇੱਥੇ ਲਾਊਂਗਾ ਕੈਮਰਾ, ਉਹ ਇੱਧਰ ਬਾਹਰ ਦੀ ਲੱਗਿਆ, ਉਹ ਮੇਰਾ ਪੂਰਾ ਟਾਈਟ ਲੱਗਿਆ ਹੋਇਆ। ਮੈਂ ਜਦੋਂ ਹੀ ਉਹ ਦੰਦੀ ਵੱਢ ਕੇ ਐਂ ਕਰਕੇ ਐਂ ਝਾਕਿਆ, ਅਤੇ ਵੀ ਉਹਨਾਂ ਚੇਥਰੇ ਉਹਨੇ ਹੌਲੀ ਹੌਲੀ, ਅਤੇ ਪਤਾ ਹੀ ਨਹੀਂ ਕਿੱਥੋਂ ਹੰਝੂ ਆਈ ਜਾਂਦੇ ਆ ਕੀ, ਅਤੇ ਬਾਈ ਕਹਿੰਦੇ ਹੋਰ ਬਣੀ ਆ ਗੱਲ, ਵੀ ਇੰਨੀ ਨਿੱਕੀ ਨਿੱਕੀ ਗੱਲ 'ਤੇ ਕੰਮ ਹੋਇਆ, ਇੰਨਾ ਸਵਾਦ ਆਇਆ, ਇੰਨਾ ਮਜ਼ਾ ਆਇਆ, ਬਾ ਪੁੱਛੋ ਨਾ, ਨਜ਼ਾਰੇ ਹੀ ਲਏ ਆ। ਬਹੁਤ ਖੂਬ। ਅੱਛਾ ਜੈਸਮੀਨ, ਗੱਲ ਇਹ ਹੈ ਕਿ ਇਹ ਸੱਚ ਹੈ ਕਿ ਇਸ ਪ੍ਰੋਜੈਕਟ ਦੇ ਨਾਲ ਜੁੜਨਾ ਜੈਸਮੀਨ ਦੇ ਲਈ ਇੰਨਾ ਕੁ ਖਾਸ ਸੀ? ਇਸ ਤੋਂ ਪਹਿਲਾਂ ਜਿੰਨੇ ਵੀ ਗਾਣਿਆਂ ਦੇ ਨਾਲ, ਫਿਲਮਾਂ ਦੇ ਨਾਲ ਜੈਸਮੀਨ ਜੁੜੀ, ਇਹ ਅਰਦਾਸ ਸਰਬਤ ਦੇ ਭਲੇ ਦੀ ਇੱਕ ਐਸਾ ਪ੍ਰੋਜੈਕਟ, ਇੱਕ ਐਸਾ
ਬੈਂਚਮਾਰਕ ਤੁਹਾਡੇ ਲਈ ਸੈੱਟ ਹੋਏਗਾ ਜਾਂ ਹੋ ਰਿਹਾ, ਇਹਦੀ ਤੁਸੀਂ ਸਭ ਤੋਂ ਜ਼ਿਆਦਾ ਘਰੇ ਗੱਲ ਕੀਤੀ, ਕੀ ਹੈ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਫਸਟ ਆਫ ਆਲ ਮੈਨੂੰ ਲੱਗਿਆ ਮੈਂ ਬਲੈਸਡ ਹਾਂ ਦੈਟ ਆਈ ਵਾਜ਼ ਅਪਰੋਚ ਟੂ ਬੀ ਅ ਪਾਰਟ ਆਫ ਅਰਦਾਸ। ਮੈਮ ਕਹਿ ਰਹੇ ਥੇ ਅਰਦਾਸ ਕਿਆ ਕਰੋ, ਅਰਦਾਸ ਕਿਆ ਕਰੋ, ਮੁਝੇ ਲਗਤਾ ਹੈ ਯੇ ਅਰਦਾਸੋਂ ਕਾ ਹੀ ਫਲ ਥਾ ਕਿ ਮੁਝੇ ਅਰਦਾਸ ਕਾ ਪਾਰਟ ਬਣਾਇਆ ਗਿਆ। ਇਤਨੀ ਬੜੀ ਫਿਲਮ ਹੈ ਔਰ ਟਰਸਟ ਮੀ, ਮੈਂ ਹਜ਼ੂਰ ਸਾਹਿਬ ਮੇਰੇ ਲਈ ਬੜੀ ਬੜੀ ਸਪੈਸ਼ਲ ਜਗ੍ਹਾ, ਕਿਉਂਕਿ ਮੈਂ ਛੋਟੀ ਥੀ ਤੋ ਆਪਣੀ ਫੈਮਲੀ ਕੇ ਸਾਥ ਗਈ ਥੀ ਔਰ ਵਹਾਂ ਜਾ ਕੇ ਇੱਕ ਅਗੇਨ ਵੋ ਨੋਸਟੈਲਜੀਆ ਮੁਝੇ ਹਿੱਟ ਕੀਆ। ਸੋ ਮੁਝੇ ਲਗਾ ਯੇ ਪੂਰੀ ਯੂਨੀਵਰਸ ਕੀ ਪਲੈਨਿੰਗ ਥੀ ਔਰ ਆਈ ਥਿੰਕ ਇਸਸੇ ਬੈਟਰ ਸ਼ੁਰੂਆਤ, ਕਿਉਂਕਿ ਮੇਰੀ ਪੰਜਾਬੀ ਮੈਂ ਸ਼ੁਰੂਆਤ ਹੈ ਹੋ ਹੀ ਨਹੀਂ ਸਕਦੀ, ਦੈਟ ਆਈ ਐਮ ਬਿਕਮਿੰਗ ਅ ਪਾਰਟ ਆਫ ਫਿਲਮ ਲਾਈਕ ਅਰਦਾਸ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਹੰਬਲ ਜੀਓ ਪਨੋਰਮਾ ਐਵਰੀਬਡੀ ਐਂਡ ਆਫਕੋਰਸ ਯੇ ਸਟਾਰਕਾਸਟ ਪੂਰੀ, ਇਟਸ ਬਿਕਮ ਲਾਈਕ ਅ ਫੈਮਲੀ ਟੂ ਮੀ। ਵਾਕਈ ਬੜੇ ਮਾਣ ਦੀ ਗੱਲ ਹੈ। ਹੈਪੀ ਵੀਰੇ, ਦੇਖੋ ਤੁਸੀਂ ਆਪਣੇ ਗਾਣੇ ਲਿਖੇ ਗਾਏ, ਬਹੁਤ ਸਾਰੀਆਂ ਫਿਲਮਾਂ ਦੇ ਲਈ ਤੁਸੀਂ ਗਾਣੇ ਲਿਖੇ ਗਾਏ, ਪਰ ਜਦੋਂ ਗੱਲ ਸੰਜੀਦਗੀ ਦੀ ਆਉਂਦੀ ਹੈ ਔਰ ਪਤਾ ਹੈ ਕਿ ਇਸ ਤੋਂ ਪਹਿਲਾਂ ਜੋ ਅਰਦਾਸ ਜਾਂ ਅਰਦਾਸ ਕਰਾਂ ਨੇ ਜੋ ਬੈਂਚਮਾਰਕ ਸੈੱਟ ਕੀਤੇ ਔਰ ਉਸ ਤੋਂ ਬਾਅਦ ਜਦੋਂ ਇਹ ਚੀਜ਼ ਦਾ ਹਿੱਸਾ ਬਣਨਾ ਔਰ ਇਹਨਾਂ ਖਿਆਲਾਂ 'ਚੋਂ ਗੁਜ਼ਰਨਾ ਕਿ ਇੱਕ ਨਵਾਂ ਇਗਜ਼ਾਮ ਹੈ ਤੁਹਾਡੇ ਲਈ, ਤਾਂ ਕਿਹੜੇ ਕਿਹੜੇ ਚੈਲੇਂਜ 'ਚੋਂ ਉਦੋਂ ਹੈਪੀ ਗੁਜ਼ਰਿਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੱਸੀ ਵੀਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਚੈਲੇਂਜ ਅਰਦਾਸ ਹਮੇਸ਼ਾ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿ ਕਿੱਦਾਂ ਲਿਖੀਦਾ, ਇੱਕ ਉਹ ਤੇ ਮਾਰਾ ਗੱਲ ਹੁੰਦਾ ਵੀ ਜੇ ਮੈਂ ਲਿਖਾਂ ਤੇ ਮੈਂ ਕਹਾਂ ਕਿ ਮੈਂ ਆਇਆ ਕੀਤਾ, ਹੈ ਨਾ, ਉਹ ਮੇਰੇ ਵੱਲੋਂ ਕਦੇ ਕੋਈ ਖਾਸ ਐਫਰਟ ਮੈਂ ਕਰਦਾ ਨਹੀਂ, ਉਹ ਸਾਰਾ ਕੁਛ ਮਾਰਾ ਹੀ ਕਰਦੇ ਆ। ਉਹ ਜਦੋਂ ਇੱਕ ਸ਼ੇਰ ਸੀ ਪਹਿਲੀ ਅਰਦਾਸ ਸੀਗਾ ਜੀ ਕਿ ਟੁੱਟਿਆ ਕੱਚ ਵੀ ਜੁੜ ਜਾਂਦਾ ਹੈ, ਦੁੱਖ ਆਉਂਦਾ ਆਉਂਦਾ ਮੁੜ ਜਾਂਦਾ ਹੈ, ਪਰ ਰੱਖਣੀ ਪੈਂਦੀ ਆਸ, ਸੱਤ ਗੁਰ ਦਿਲੋਂ ਪੜ੍ਹ ਲੈਂਦੇ ਨੇ ਜੇ ਦਿਲੋਂ ਹੋਵੇ ਅਰਦਾਸ। ਸੋ ਬਿਲਕੁਲ ਮੈਂ ਅਰਦਾਸ ਕਰਕੇ ਸ਼ੁਰੂ ਕਰਦਾ ਜਿਹੜੇ ਵੀ ਅਰਦਾਸ ਦੇ ਗਾਣੇ ਹੁੰਦੇ ਆ। ਬਾਕੀ ਗਿੱਪੀ ਬਾਈ ਨਾਲ ਮੈਂ ਹਮੇਸ਼ਾ ਕਹਿੰਦਾ ਸਭ ਤੋਂ ਸੌਖਾ ਕੰਮ ਕਰਨਾ ਮੈਨੂੰ ਗਿੱਪੀ ਬਾਈ ਨਾਲ ਲੱਗਦਾ, ਕਿਉਂਕਿ ਇੰਨੇ ਅਸੀਂ ਆਹ ਫਿਲਮ ਦੇ ਗਾਣੇ ਅਰਦਾਸ ਸਰਬੱਤ ਦੇ ਭੁੱਲ ਦੇ ਵੀ ਅਸੀਂ 3 ਦਿਨ 'ਚ ਗਾਣੇ ਬਣਾ ਲਏ, ਅਤੇ ਮਤਲਬ ਇੰਨੀ ਛੇਤੀ ਮੈਂ ਕਦੇ ਮੇਰੇ ਤੋਂ ਮਾਰਾ ਨਹੀਂ ਲਿਖਾ ਰਹੀ, ਇਹ ਗਿੱਪੀ ਬਾਈ ਕੋਲ ਬੈਠੀ ਦਾ ਅਤੇ ਉਹ ਬਣ ਜਾਂਦੇ ਨੇ ਗਾਣੇ ਜੀ। ਅਤੇ ਮੈਂ ਇੱਕ ਗੱਲ ਹੋਰ ਸਪੈਸ਼ਲੀ ਮੈਂ ਸਾਰੇ ਮੀਡੀਆ ਥਰੂ ਦੱਸਣਾ ਚਾਹੁੰਦਾ, ਮੈਨੂੰ ਇੱਦਾਂ ਲੱਗਦਾ ਵੀ ਜਿਹੜੇ ਆਹ ਫਿਲਮ ਦੇ ਗਾਣੇ ਆ ਮੇਰੇ ਅੱਜ ਤੱਕ ਦੇ ਬੈਸਟ ਗਾਣੇ ਮੇਰੇ ਵੱਲੋਂ ਮਾਰਾ ਨਹੀਂ ਲਿਖਾਈ, ਬਹੁਤ ਬਹੁਤ ਵੱਡੀ ਫਿਲਮ ਆ। ਸਾਰੇ ਆਡੀਅੰਸ ਨੂੰ ਮੈਂ ਬੇਨਤੀ ਕਰਦਾ, ਤੁਸੀਂ ਜ਼ਰੂਰ ਜਿੱਦਾਂ ਸਾਡੀਆਂ ਪਹਿਲਾਂ ਫਿਲਮਾਂ ਨੂੰ ਪਿਆਰ ਦਿੱਤਾ, ਇਹ ਫਿਲਮ ਨੂੰ ਬਹੁਤ ਪਿਆਰ ਦਿਓ, ਧੰਨਵਾਦ। ਹੈਪੀ ਵੀਰੇ, ਕੀ ਇਹ ਵੀ ਰਹਿੰਦਾ ਗਿੱਪੀ ਵੱਲੋਂ ਜਿਵੇਂ ਤੁਹਾਡਾ ਇੱਕ ਇਸ ਤੋਂ ਪਹਿਲਾਂ ਆਇਆ ਸੀ ਜੋ ਵਾਹ ਗੁਰੂ ਵਾਹ, ਕਿ ਗਿੱਪੀ ਦੇ ਵੱਲੋਂ ਕਦੇ ਵੀ ਯਾਰ ਇੱਦਾਂ ਦਾ ਕੁਛ ਇੱਦਾਂ ਦਾ ਟੱਚ, ਜਾਂ ਤੁਹਾਡੇ ਪੁਰਾਣੇ ਗਾਣਾ ਦਾ ਕੋਈ ਐਗਜ਼ਾਮਪਲ ਦੇ ਕੇ ਗਿੱਪੀ ਨੇ ਕਿਹਾ ਯਾਰ ਇੱਦਾਂ ਦਾ ਕੁਛ ਇੱਦਾਂ ਦਾ ਵੀ ਕੁਛ ਰਹਿੰਦਾ? ਨਹੀਂ, ਗਿੱਪੀ ਬਾਈ ਦਾ ਪਤਾ ਨਹੀਂ ਕਿਉਂ ਮੈਂ, ਇਹਨਾਂ ਨੇ ਬਸ ਮੈਨੂੰ ਇੱਕ ਮਾੜੀ ਜਿਹੀ ਕਹਾਣੀ ਦੱਸਣੀ ਹੁੰਦੀ ਹੈ, ਬਾਈ ਨੇ ਨਾਲ ਦੇ ਨਾਲ ਕੰਮ ਸ਼ੁਰੂ ਹੋ ਜਾਂਦਾ ਜੀ। ਜਿਵੇਂ ਇਹਦਾ ਬਾਈ ਰਾਜ ਸਾਹਿਬ ਵਾਲਾ ਗਾਣਾ ਬੜਾ ਕਮਾਲ ਦਾ ਲੱਗਦਾ, ਮੈਨੂੰ ਸਾਡਾ ਮੈਂ ਮੇਰਾ ਜੀ ਕਰਦਾ ਮੈਂ ਸੁਣਾ ਦਾ, ਪਰ ਮੈਂ ਸੁਣਾ ਗਾਣੇ। ਹਾਂਜੀ ਹਾਂ, ਦੋ ਸਰਬੱਤ ਦੇ ਭਲੇ ਦਾ ਮੰਤਰਾ ਸੁਣਾ ਦਿੰਦਾ। ਅਰਦਾਸ ਕਰੋ ਸਰਬੱਤ ਦੇ ਭਲੇ ਦੀ, 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 ਅਰਦਾਸ ਕਰੋ ਸਰਬੱਤ ਦੇ ਭਲੇ ਦੀ। ਗੁਰੂ ਦਸਤਰ ਨਿਰਵਸਤਰ ਦੇ ਲਈ ਬਾਣੇ, ਭੁੱਖਿਆਂ ਦੇ ਲਈ ਰੋਟੀ ਮੰਗ ਲਿਆ ਨਿਰਵਸਤਰ ਲਈ ਬਾਣੇ,
ਭੁੱਖਿਆਂ ਦੇ ਲਈ ਰੋਟੀ ਮੰਗ ਲੈਂਦੇ ਵਸਤਰ ਲਈ ਬਾਣੇ ਜਿੰਨਾ ਟਾਈਮ ਸੋਚਣ ਲਈ ਲਾ ਰਿਹਾ ਇਹਨੇ ਲਿਖਣ ਲਈ ਇੰਨਾ ਟਾਈਮ ਲਾਇਆ ਨਹੀਂ ਇੱਕ ਚਲੋ ਹੋਰ ਸੁਣਾ ਲਓ ਬਾਈ ਦਾ ਮੈਨੂੰ ਫੇਵਰੇਟ ਗਾਣਾ ਜੀ ਅਰਦਾਸ ਸਰਬਤ ਦੇ ਭਲੇ ਦੀ ਇਸ ਮੂਵੀ ਦੇ ਵਿੱਚ ਬਤੌਰ ਪ੍ਰੋਡਿਊਸਰ ਆਪਣੇ ਨਾਲ ਕੁਮਾਰ ਮੰਗਟ ਪਾਠਕ ਜੀ ਜੁੜੇ ਨੇ। ਕੁਮਾਰ ਸਰ, ਬਾਲੀਵੁੱਡ ਦੇ ਵਿੱਚ ਜਿਹੜਾ ਤੁਹਾਡਾ ਹੁਨਰ ਦਿਖਿਆ ਹੈ, ਹਵਾਵਾਂ ਦੇ ਰੁੱਖ ਬਦਲੇ ਆ ਤੁਸੀਂ, ਔਰ ਜਦੋਂ ਤੁਸੀਂ ਪੰਜਾਬੀ ਸਿਨੇਮਾ ਵੱਲ ਇਸ ਤੋਂ ਪਹਿਲਾਂ ਨਜ਼ਰ ਮਾਰੀ ਜਾਂ ਪੰਜਾਬੀ ਦੀ ਸਿਨੇਮਾ ਦੀ ਵਾਈਬ ਨੂੰ ਦੇਖਦੇ ਸੀ, ਔਰ ਉਸ ਤੋਂ ਬਾਅਦ ਇਹ ਵਾਈਬ ਤੁਸੀਂ ਹੁਣ ਖੁਦ ਫੀਲ ਕੀਤੀ, ਕਿੱਦਾਂ ਦੀ ਲੱਗੀ ਹੈ ਵਾਈਬ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਅ ਜੀ, ਮੈਂ ਪੰਜਾਬੀ ਹੈ ਜੀ, ਮੈਂ ਅਨੰਦਪੁਰ ਸਾਹਿਬ 'ਤੇ ਹੈ ਜੀ, ਉਹਦਾ ਕੋਲ ਪਿੰਡ ਹੈ ਬਸਵਾਲ, ਉੱਥੇ ਦਾ ਰਹਿਣ ਵਾਲਾ ਹੈ। ਵਾਹ, ਤਾਂ ਪੰਜਾਬ ਮੇਰੇ ਖੂਨ ਵਿੱਚ ਹੈਗਾ, ਤਾਂ ਇੱਥੇ ਬੁਲਾਉਣੇ ਜ਼ਰੂਰ ਨਹੀਂ, ਮੈਂ ਖੁਦ ਚੱਲ ਕੇ ਆਇਆ। ਵਾਹ ਜੀ, ਔਰ ਆਈ ਐਮ ਵੈਰੀ ਥੈਂਕਫੁਲ ਟੂ ਗਿੱਪੀ ਭਾਅ ਜੀ ਕਿ ਉਹਨੇ ਇਸ ਫੈਮਿਲੀ ਮੈਂ ਮੇਰੇ ਕੋ ਆਪਣਾ ਸਾਥ ਵੀ ਲਿਆ ਹੈ, ਔਰ ਪੂਰੀ ਸਟਾਰ ਕਾਸਟ, ਪੂਰੀ ਸਭ ਕੋ ਬਹੁਤ ਬਹੁਤ ਥੈਂਕ ਯੂ। ਬਹੁਤ ਅੱਛੀ ਫਿਲਮ ਬਣੀ ਹੈ, ਮੈਨੇ ਫਿਲਮ ਦੇਖੀ ਹੈ। ਵਾਹ, ਸ਼ੁਕਰੀਆ ਜੀ। ਦਿਵਿਆ, ਇੱਕ ਸੈਕਿੰਡ ਜੀ, ਨੈਕਸਟ ਸੈਕਿੰਡ ਜੀ। ਮੈਂ ਜਿੱਦਣ ਕੁਮਾਰ ਜੀ ਨੇ ਫਿਲਮ ਦੇਖੀ ਅਤੇ ਇਹਨਾਂ ਨੇ ਮੈਨੂੰ ਫੋਨ ਕੀਤਾ, ਕਿਉਂਕਿ ਦੇਖੋ ਪੈਸੇ ਲੱਗੇ ਹੁੰਦੇ ਨੇ ਬਹੁਤ ਹਰ ਪ੍ਰੋਜੈਕਟ ਦੇ ਵਿੱਚ, ਤਾਂ ਮੈਨੂੰ ਜੈਨੂਅਲੀ ਇਹਨਾਂ ਨੇ ਫੋਨ ਕਰਕੇ ਕਿਹਾ, ਕਹਿੰਦੇ ਭਾਅ ਜੀ ਰਿਲੀਜ਼ ਤੋਂ ਬਾਅਦ ਕੀ ਹੋਏਗਾ ਮੈਨੂੰ ਨਹੀਂ ਪਤਾ, ਇੰਨੀ ਅੱਛੀ ਫਿਲਮ ਬਣਾਈ ਹੈ, ਮੈਂ ਤਾਂ ਥੈਂਕ ਯੂ ਲਈ ਫੋਨ ਕੀਤਾ ਸੀ। ਅਤੇ ਫਿਰ ਮੈਨੂੰ ਯਾਦ ਆ ਸਾਡਾ ਫੋਨ ਵੀ ਰੱਖਿਆ ਗਿਆ, ਉਸ ਤੋਂ ਬਾਅਦ ਇਹਨਾਂ ਦਾ ਦੁਬਾਰਾ ਮੈਨੂੰ ਫੋਨ ਆਇਆ, ਕਹਿੰਦੇ ਮੈਂ ਕਹਿਣਾ ਭੁੱਲ ਗਿਆ ਸੀ ਕਿ ਗਾਣੇ ਬਹੁਤ ਅੱਛੇ ਨੇ, ਸੋ ਸਪੈਸ਼ਲੀ ਮੈਨੂੰ ਇਹਨਾਂ ਨੇ ਕਿਹਾ, ਕਹਿੰਦੇ ਗਾਣੇ ਹਰ ਚੀਜ਼। ਫਿਰ ਉੱਥੇ ਵੀ ਜਦੋਂ ਟੀਮ ਨੇ ਦੇਖੀ, ਕਿਉਂਕਿ ਚਲੋ ਕੁਮਾਰ ਜੀ ਤਾਂ ਪੰਜਾਬੀ ਅੰਡਰਸਟੈਂਡ ਕਰਦੇ ਸੀ, ਬਹੁਤ ਬੰਦੇ ਇੱਦਾਂ ਦੇ ਸੀ ਜਿਨ੍ਹਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਉਂਦੀ ਉੱਥੇ ਬੰਬੇ ਜਦੋਂ ਦੇਖੀ, ਸੋ ਇਕੱਲੇ ਇਕੱਲੇ ਬੰਦੇ ਨੇ ਮਤਲਬ ਇੰਨੀ ਤਾਰੀਫ ਕੀਤੀ, ਸੋ ਮੈਨੂੰ ਮੈਂ ਦੋ ਤਿੰਨ ਵਾਰੀ ਹਰਦੀਪ ਨੂੰ ਪੁੱਛਿਆ, ਹਰਦੀਪ ਇੱਥੇ ਆਉਣਾ, ਮੈਂ ਕਿਹਾ ਯਾਰ ਹਰਦੀਪ ਇਹਨਾਂ ਨੂੰ ਸੱਚੀ ਉਹ ਇੰਨੀ ਵਧੀਆ ਲੱਗੀ ਹਨ। ਸੋ ਥੈਂਕ ਯੂ ਕੁਮਾਰ ਜੀ ਤੁਸੀਂ, ਕਿਉਂਕਿ ਕਦੇ ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਤੂੰ ਕੀ ਬਣਾਏਗਾ, ਮੇਰੇ 'ਤੇ ਟਰੱਸਟ ਦਿਖਾਇਆ, ਮੇਰੇ 'ਤੇ ਫੇਥ ਦਿਖਾਇਆ, ਥੈਂਕ ਯੂ ਸੋ ਮੱਚ ਦਿਵਾਏ, ਥੈਂਕ ਯੂ ਸੋ ਮੱਚ ਤੁਹਾਡਾ। ਔਰ ਮੈਂ ਇੱਧਰ ਵੀ ਬੌਬੀ ਭਾਅ ਜੀ ਦਾ ਖਾਸ ਤੌਰ ਦੇ ਉੱਤੇ ਥੈਂਕ ਯੂ ਕਰਨਾ ਚਾਹੁੰਦਾ, ਤੁਸੀਂ ਜ਼ੋਰਦਾਰ ਇੱਕ ਵਾਰ ਇਹਨਾਂ ਦੇ ਲਈ ਤਾੜੀਆਂ। ਸੋ ਨੰਦੇੜ ਸਾਹਿਬ ਸਾਡੀ ਜਿਹੜੀ ਸ਼ੂਟਿੰਗ ਹੋਈ ਆ, ਸੋ ਭਾਅ ਜੀ ਹੋਣਾ ਕਰਕੇ ਹਜ਼ੂਰ ਸਾਹਿਬ, ਸੋ ਇਹਨਾਂ ਨੇ ਬਹੁਤ ਸਾਨੂੰ ਸਪੋਰਟ ਕੀਤੀ, ਸੋ ਬਹੁਤ ਵਧੀਆ ਤਰੀਕੇ ਨਾਲ ਉੱਥੇ ਸ਼ੂਟਿੰਗ ਹੋਈ ਆ, ਔਰ ਭਾਅ ਜੀ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਪ੍ਰਾਊਡ ਫੀਲ ਕਰਾਈਏ ਕਿ ਅਸੀਂ ਵਧੀਆ ਫਿਲਮ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ। ਵਾਹ ਜੀ ਵਾਹ, ਸ਼ਾਨਦਾਰ। ਦਿਵਿਆ ਜੀ, ਦਿਵਿਆ ਜੀ, ਅਕਸਰ ਬਾਲੀਵੁੱਡ ਕੀ ਪਲ ਪਲ ਕੀ ਖਬਰ ਆਪਕੋ ਰਹਿਤੀ ਹੈ ਜੀ, ਜੀ ਪੰਜਾਬੀ ਸਿਨੇਮਾ ਕੀ ਖਬਰ ਸੇ ਕਿਤਨੇ ਵਾਕਿਫ ਰਹਿਤੇ ਥੇ ਯਾ ਰਹੇ ਹੈਂ ਆਪ? ਸਬਸੇ ਪਹਿਲੇ ਸਭ ਕੋ ਸਤਿ ਸ਼੍ਰੀ ਅਕਾਲ, ਐਂਡ ਸਬਸੇ ਪਹਿਲੇ ਮੈਂ ਬੋਲਣਾ ਚਾਹੂੰਗਾ ਗਿੱਪੀ ਭਾਅ ਜੀ ਐਂਡ ਕੁਮਾਰ ਜੀ ਕਾ ਸ਼ੁਕਰੀਆ, ਬਿਕੋਜ਼ ਇਨਕੇ ਵਜ੍ਹਾ ਸੇ ਮੈਂ ਇਤਨੀ ਬੜੀ ਫਿਲਮ ਮੇ ਇਨਕਾ ਪਾਰਟ ਬਣ ਪਾਇਆ ਹੂੰ, ਐਂਡ ਇਹ ਪਾਰਟ 3 ਹੈ ਟੈਕਨੀਕਲੀ, ਬਟ ਮੈਂ ਚਾਹਤਾ ਹੂੰ ਕਿ ਇਸਕੇ ਔਰ ਪਾਰਟ ਬਣਤੇ ਰਹੇ ਔਰ ਹਮੇ ਇਸਕੋ ਪ੍ਰੋਡਿਊਸ ਕਰੇ। ਵਾਹ ਜੀ ਵਾਹ। ਪਿਕਚਰ ਦੇਖਣੇ ਕੇ ਬਾਅਦ ਮੈਂ ਜ਼ਿਆਦਾ ਨਹੀਂ ਬੋਲੂੰਗਾ, ਬਟ
ਮੈਂ ਪਰਸਨਲੀ ਇਤਨਾ ਰੋਇਆ ਹੂੰ, ਇਤਨਾ ਰੋਇਆ ਹੂੰ। ਮੈਂ ਭਾਜੀ ਕੋ ਫੋਨ ਕਰਾਂ, ਭਾਜੀ ਯਾਰ ਕਿਆ ਦਾੜੀ ਗਿਲੀ ਹੋ ਗਈ ਯਾਰ, ਭਾਜੀ ਓਹੋ ਕਿਆ ਪਿਕਚਰ ਬਣਾਈ ਹੈ ਆਪਨੇ। ਮੈਂ ਬਸ ਉਨਕੋ ਥੈਂਕ ਯੂ ਬੋਲਦਾ ਰਹਾ ਕਿ ਭਾਜੀ ਥੈਂਕ ਯੂ ਸੋ ਮਚ ਕਿ ਆਪਨੇ ਮੁਝੇ ਇਸ ਪਿਕਚਰ ਕਾ ਪਾਰਟ ਬਣਾਇਆ। ਬਹੁਤ ਖੂਬ, ਕਿਆ ਬਾਤ ਹੈ। ਐਂਡ ਆਪਕੇ ਕੁਸ਼ਚਨ ਪੇ ਵਾਪਸ ਆਤਾ ਹੂੰ। ਮੁਝੇ ਪੰਜਾਬੀ ਫਿਲਮ ਕੇ ਬਾਰੇ ਮੇਂ ਬਹੁਤ ਨੌਲੇਜ ਹੈ। ਸਿਰਫ ਯਹੀ ਚੀਜ਼ ਹੈ ਕਿ ਇੱਕ ਸਹੀ ਮੌਕਾ ਹੋਤਾ ਹੈ, ਇੱਕ ਸਹੀ ਵਕਤ ਹੋਤਾ ਹੈ ਪਿਕਚਰ ਕਾ ਪਾਰਟ ਬਣਨੇ ਕਾ। ਸੋ ਬਸ ਯੇ ਸਹੀ ਮੌਕਾ ਥਾ ਔਰ ਡੈਸਟੀਨੀ ਥੀ ਤੋ ਮੈਂ ਯਹਾਂ ਪੇ ਆ ਗਿਆ। ਯਾ ਸ਼ੁਕਰੀਆ। ਹੁਣ ਜਿਹੜੀਆਂ ਤਿੰਨ ਸ਼ਖਸੀਅਤਾਂ ਦਾ ਆਪਾਂ ਜ਼ਿਕਰ ਕਰਨ ਲੱਗੇ ਹਾਂ, ਪੰਜਾਬੀ ਸਿਨੇਮਾ ਦੇ ਵਿੱਚ ਜਦੋਂ ਜਦੋਂ ਆਪਾਂ ਮੂਵੀਜ਼ ਦੇਖੀਆਂ, ਪੰਜਾਬੀ ਦਾ ਸੁਭਾਅ ਆਪਾਂ ਨੂੰ ਜਿਨ੍ਹਾਂ 'ਚੋਂ ਦੇਖਣ ਨੂੰ ਮਿਲਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਹੁਣ ਆਪਾਂ ਰੁਪਿੰਦਰ ਰੂਪੀ ਜੀ, ਮੈਡਮ ਮਾਈਕ। ਹਾਂ ਮੈਡਮ, ਜਿੰਨੇ ਤੁਹਾਡੇ ਡਾਇਲੋਗਸ ਆਪਾਂ ਸੁਣਦੇ ਹਾਂ, ਤੁਸੀਂ ਆਪ ਜਦੋਂ ਡਾਇਲੋਗ ਸਕਰੀਨ ਦੇ ਉੱਤੇ ਪਲੇ ਕਰਦੇ ਹੋ, ਸ਼ੂਟਿੰਗ ਦਾ ਦੌਰ ਚੱਲ ਰਿਹਾ, ਕੀ ਉਹ ਡਾਇਲੋਗਸ ਨਿੱਜੀ ਜ਼ਿੰਦਗੀ 'ਚ ਤੁਹਾਡੀਆਂ ਗੱਲਾਂ ਬਾਤਾਂ ਦਾ ਹਿੱਸਾ ਬਣਦੇ ਹੈ? ਉਹ ਅਸਰਦਾਰ ਡਾਇਲੋਗ ਜਿਹੜੇ ਤੁਸੀਂ ਸਿਨੇਮਾ 'ਤੇ ਯੂਜ਼ ਕਰਦੇ ਹੋ, ਤੁਹਾਡੀ ਨਿੱਜੀ ਜ਼ਿੰਦਗੀ 'ਚ ਵੀ ਇਜ਼ਾਫਾ ਹੁੰਦਾ ਹੈ ਉਹਨਾਂ ਡਾਇਲੋਗ ਦਾ, ਕਿ ਯਾਰ ਹਾਂ ਗੱਲਾਂ ਬਾਤਾਂ 'ਤੇ ਉਹ ਡਾਇਲੋਗ ਆਉਂਦੇ? ਨਹੀਂ ਜੀ, ਮੈਨੂੰ ਲੱਗਦਾ ਹੁੰਦਾ ਵੀ ਲਾਈਫ ਹੀ ਇੱਦਾਂ ਦੀ ਹੈ ਨਾ, ਉਹ ਡਾਇਲੋਗ ਐਂ ਲੱਗਦਾ ਉਹ ਜ਼ਿੰਦਗੀ 'ਚੋਂ ਨਿਕਲੇ ਤਾਂ ਹੁੰਦੇ ਨੇ ਸਾਰੇ ਡਾਇਲੋਗ, ਅਤੇ ਐਂ ਲੱਗਦਾ ਬਸ ਆਮ ਘਰੇ ਬੈਠਿਆਂ ਗੱਲਾਂ ਕਰੀ ਜਾਂਦੇ ਹਾਂ, ਲੱਗਦਾ ਹੀ ਨਹੀਂ ਵੀ ਸ਼ੂਟ ਕਰ ਰਹੇ ਹਾਂ, ਅਤੇ ਬੜਾ ਮਜ਼ਾ ਆਉਂਦਾ ਜੀ ਕੰਮ ਕਰਕੇ। ਬਾਕੀ ਆਪਾਂ ਅਰਦਾਸ 'ਤੇ ਆਉਂਦੇ ਹਾਂ ਜੀ, ਹੈ ਨਾ? ਬਿਲਕੁਲ ਬਿਲਕੁਲ। ਅਤੇ ਜਦੋਂ ਮੈਂ ਪਹਿਲੀ ਅਰਦਾਸ ਦੇਖੀ ਫਿਰ ਦੂਜੀ ਵੀ ਦੇਖੀ, ਮੈਨੂੰ ਲੱਗਾ ਹਾਏ ਰੱਬਾ ਐਡੀ ਸੋਹਣੀ ਫਿਲਮ ਦਾ ਹਿੱਸਾ ਮੈਂ ਕਿਉਂ ਨਹੀਂ ਹਾਂ? ਕਿਉਂਕਿ ਹਰ ਆਰਟਿਸਟ ਨੂੰ ਹੁੰਦਾ ਕਿ ਮੈਂ ਵੀ ਇੱਕ ਵਧੀਆ ਫਿਲਮ 'ਚ, ਇੱਕ ਚੰਗੀ ਫਿਲਮ ਜਿਹਨੂੰ ਮੈਂ ਕਹਿੰਦੀ ਹਾਂ ਸਾਰੀ ਦੁਨੀਆ ਨੇ ਦੋਨੇ ਫਿਲਮਾਂ ਨੂੰ ਰੱਜਵਾਂ ਪਿਆਰ ਦਿੱਤਾ, ਅਤੇ ਲੱਗਦਾ ਵੀ ਅਸੀਂ ਵੀ ਇੱਕ ਚੰਗੇ ਪ੍ਰੋਜੈਕਟ ਦਾ ਹਿੱਸਾ ਬਣੀਏ। ਸੋ ਮੈਨੂੰ ਜਦੋਂ ਇਸ ਫਿਲਮ ਲਈ ਕਾਲ ਆਈ ਤਾਂ ਮੈਨੂੰ ਇੰਨਾ ਚਾਅ ਚੜ੍ਹਿਆ ਮੈਂ ਦੱਸ ਨਹੀਂ ਸਕਦੀ, ਔਰ ਨਾਲ ਹੀ ਇੱਕ ਹੋਰ ਬਹੁਤ ਵੱਡੀ ਫਿਲਮ ਸੀ ਅਤੇ ਮੈਨੂੰ ਪਤਾ ਨਾ ਲੱਗੇ ਹੁਣ ਮੈਂ ਕੀ ਕਰਾਂ, ਹੈ ਨਾ? ਬਟ ਅਰਦਾਸ ਤਾਂ ਪਤਾ ਨਹੀਂ ਮੈਂ ਕਿੰਨੀਆਂ ਕੁ ਅਰਦਾਸਾਂ ਕੀਤੀਆਂ ਸੀ ਤਾਂ ਸ਼ਾਇਦ ਮੇਰੀ ਝੋਲੀ ਪਈ ਸੀ। ਅਤੇ ਫਿਰ ਮੈਂ ਇੱਕ ਛੋਟੀ ਜਿਹੀ ਗੱਲ ਆ ਨਿੱਜੀ, ਕਿ ਮੈਂ ਅਮੈਰੀਕਾ ਜਾਣਾ ਸੀ ਅਤੇ ਫਿਰ ਮੈਨੂੰ ਮੇਰੀਆਂ ਡੇਟਾਂ ਵਿੱਚ ਆਉਂਦਿਆਂ ਸੀ, ਮੈਂ ਕਿਹਾ ਰੱਬਾ ਹੁਣ ਮੈਂ ਕੀ ਕਰਾਂ, ਕਿਉਂਕਿ ਮੇਰੇ ਕੋਲ ਵੀਜ਼ਾ ਵੀ ਮੇਰਾ ਖਤਮ ਹੋ ਰਿਹਾ ਸੀ, ਜਾਣਾ ਜ਼ਰੂਰੀ ਸੀਗਾ ਬਹੁਤ। ਅਤੇ ਫਿਰ ਮੈਂ ਅੱਖਾਂ ਬੰਦ ਕਰਕੇ ਰੱਬ ਮੂਹਰੇ ਅਰਦਾਸ ਕੀਤੀ ਅਤੇ ਹੁਣ ਜੋ ਤੂੰ ਕਰੇਂਗਾ ਵਧੀਆ ਕਰੇਂਗਾ, ਫਿਰ ਮੈਂ ਮੇਰੀ ਅਰਦਾਸ ਫਿਲਮ ਨੂੰ ਚੁਣਿਆ ਜੀ, ਅਤੇ ਫਿਰ ਮੈਂ ਅਰਦਾਸ ਵਿੱਚ ਆ ਗਈ ਅਤੇ ਅੱਜ ਮੈਂ ਬਹੁਤ ਖੁਸ਼ ਹੈ ਅਰਦਾਸ ਫਿਲਮ ਕਰਕੇ। ਮਤਲਬ ਅਰਦਾਸ ਫਿਲਮ ਕਰਦੇ ਆਏ ਲੱਗਿਆ ਜਿਵੇਂ ਅਸੀਂ ਸਾਰੇ ਸਾਰੇ ਹੱਜ ਨਾਲੇ ਹੁੰਦੇ ਹਾਂ, ਸਾਰੇ ਤੀਰਥ ਨਾਲੇ ਹੁੰਦੇ ਹਾਂ, ਜਿਵੇਂ ਕੋਈ ਮਤਲਬ ਇੱਦਾਂ ਦਾ ਕੋਈ ਛੱਡਿਆ ਹੀ ਨਹੀਂ ਜਗ੍ਹਾ ਜਿੱਥੇ ਆਪਾਂ, ਸਾਡੀਆਂ ਬੁੜੀਆਂ ਆਮ ਕਹਿੰਦੀਆਂ ਜੀ ਭਾਈ ਮੈਂ ਤਾਂ ਹੁਣ ਤੀਰਥ ਨਹਾਉਣ ਜਾਣਾ ਜੀ, ਬਹੁਤ ਹੋ ਗਿਆ। ਸੱਚੀ ਫਿਲਮ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਐਂਡ ਵਾਲੇ ਦਿਨ ਤੱਕ ਐਂ ਲੱਗਦਾ ਸੀ ਜਿਵੇਂ ਅਸੀਂ ਨਾ ਵੀ ਤੀਰਥ ਯਾਤਰਾ 'ਤੇ ਆਏ ਹੋਈਏ। ਜ਼ਿੰਦਗੀ ਦੀਆਂ ਉਹ ਕੌੜੀਆਂ ਸੱਚਾਈਆਂ ਜਿਨ੍ਹਾਂ ਨੂੰ ਬੰਦਾ ਮੰਨਦਾ ਹੀ ਨਹੀਂ, ਹਮੇਸ਼ਾ ਉਹਦੇ ਮੂਹਰੇ ਘਰਾਂ 'ਚ ਵਾਪਰਦੀਆਂ ਨੇ, ਉਹ ਸੱਚਾਈਆਂ ਤੋਂ ਇਹ ਫਿਲਮ ਜਾਣੂ ਕਰਵਾਊਗੀ ਸਾਰਿਆਂ ਨੂੰ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਜੀ ਕਿ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਹੰਬਲ ਮੋਸ਼ਨ ਦਾ, ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ। ਔਰ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਦਾਂ ਦੀਆਂ ਫਿਲਮਾਂ ਸਾਡੀ ਪੰਜਾਬੀ ਇੰਡਸਟਰੀ ਲਈ ਹੁਣ ਬਣ ਰਹੀਆਂ ਨੇ, ਤਾਂ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ। ਮੈਂ ਦੁਬਾਰਾ ਗਿੱਪੀ ਜੀ ਦਾ ਔਰ ਹੰਬਲ ਮੋਸ਼ਨ ਦਾ ਥੈਂਕਸ ਕਰਦੀ ਹਾਂ ਇਸ ਫਿਲਮ ਦਾ ਮੈਨੂੰ ਪਾਰਟ ਬਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਡਮ। ਗੁਰਪ੍ਰੀਤ ਮੈਡਮ, ਪੰਗੂ ਮੈਡਮ,
ਜਿੰਨੀ ਵਾਰ ਜਦੋਂ ਜਦੋਂ ਤੁਸੀਂ ਸੈੱਟ 'ਤੇ ਰਹੇ, ਜਿਵੇਂ ਆਪਾਂ ਹੁਣੇ ਰੁਪਿੰਦਰ ਮੈਡਮ ਦੇ ਵਲਵਲਿਆਂ ਨੂੰ ਜਾਣਿਆ, ਕਿਹੜੇ ਕਿਹੜੇ ਵਲਵਲਿਆਂ 'ਚੋਂ ਤੁਸੀਂ ਗੁਜ਼ਰਦੇ ਰਹੇ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਪ੍ਰੋਡਿਊਸਰ ਜੀ ਦਾ ਧੰਨਵਾਦ। ਅਰਦਾਸ ਪਹਿਲੀ ਫਿਲਮ ਦੀ ਮੈਂ ਹਿੱਸਾ ਸੀ, ਦੂਜੀ 'ਚ ਵੀ ਮੇਰਾ, ਦੂਜੀ 'ਚ ਨਹੀਂ ਸੀ, ਤੀਜੀ ਫਿਲਮ ਜਦੋਂ ਅਰਦਾਸ ਸ਼ੁਰੂ ਹੋ ਗਈ ਤਾਂ ਉਦੋਂ ਤੱਕ ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਫਿਲਮ ਦਾ ਹਿੱਸਾ। ਅਤੇ ਮੈਂ ਕਿਸੇ ਹੋਰ ਨਾਲ ਤਾਂ ਗੱਲ ਨਹੀਂ ਕਰੀ, ਰਿਸ਼ੀ ਭੈਣ ਜੀ ਨਾਲ ਗੱਲ ਕਰੀ ਜਾਂ ਮੇਰੀ ਰੂਪੀ ਨਾਲ ਗੱਲ ਹੋਈ, ਅਤੇ ਮੈਨੂੰ ਐਂ ਲੱਗੇ ਵੀ ਹੈ ਰੱਬਾ ਮੈਨੂੰ ਮਾੜਾ ਜਿਹਾ ਖੜਨ ਦਾ ਮੌਕਾ ਮਿਲ ਜਾਵੇ, ਮੈਨੂੰ ਕਰਾਊਡ 'ਚ ਹੀ ਖੜ ਜਾ ਮੈਂ। ਰੂਪੀ ਨੂੰ ਪਤਾ ਹੈ ਮੇਰਾ ਮਨ ਵੀ ਭਰਿਆ ਸੀ। ਚਲੋ ਉਹੀ ਗੱਲ ਮੈਨੂੰ ਫਿਰ ਲੱਗਿਆ ਕਿ ਜੇ ਮੇਰੇ ਕਰਨ ਵਾਲਾ ਕਰੈਕਟਰ ਹੋਇਆ ਤਾਂ ਗਿੱਪੀ ਹੁਣਾਂ ਨੇ ਮੈਨੂੰ ਆਵਾਜ਼ ਮਾਰ ਹੀ ਲੈਣੀ ਹੈ। ਅਤੇ ਪਹਿਲੀ ਫਿਲਮ ਦੇ ਵਿੱਚ ਲੱਗਦਾ ਸੀਗਾ ਕਿ ਇੱਕ ਅੱਖੜ ਜਿਹਾ ਕਰੈਕਟਰ, ਲੋਕਾਂ ਨੇ ਮੈਨੂੰ ਬਹੁਤ ਪਛਾਣ ਦਿੱਤੀ ਉਸ ਫਿਲਮ ਲਈ, ਮੈਂ ਰਿਹਾ ਰਹੂੰਗੀ ਸਦਾ, ਕਿਉਂ ਕਰੈਕਟਰ ਤਾਂ ਮੇਰਾ ਇੱਦਾਂ ਦਾ ਸੀ। ਅਤੇ ਮੈਨੂੰ ਇਹ ਪ੍ਰਾਊਡ ਹੋਇਆ ਕਿ ਮੈਂ ਗੁਰਪ੍ਰੀਤ ਘੁੱਗੀ ਦੀ ਮਾਂ ਤਾਂ ਹਾਂ ਨਾ, ਐਡਾ ਟੈਲੈਂਟਡ ਬੱਚੇ ਦੀ ਮਾਂ। ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਜਦੋਂ ਇਹ ਫਿਲਮ ਸ਼ੁਰੂ ਹੋ ਗਈ, ਉਸ ਤੋਂ ਬਾਅਦ ਮੈਨੂੰ ਕਾਲ ਆ ਗਈ ਹਰਦੀਪ ਦੀ, ਕਹਿੰਦੇ ਮੈਮ ਇੱਕ ਕਰੈਕਟਰ ਹੈ ਤੁਹਾਡੇ ਲਈ। ਵੈਸੇ ਮੈਨੂੰ ਰਿਸ਼ੀ ਮੈਡਮ ਨੇ ਦੱਸਤਾ ਸੀ, ਕਹਿੰਦੇ ਹੈਗਾ ਇੱਕ ਕਰੈਕਟਰ, ਤੁਹਾਡੇ ਖਬਰੀ ਸੈੱਟ ਤੇ ਸੀਗੇ। ਨਹੀਂ ਗਿੱਪੀ ਮੈਂ ਇੱਕ ਗੱਲ ਕਹੂੰਗੀ, ਹਰ ਇੱਕ ਗੱਲ ਹਰ ਇੱਕ ਫਿਲਮ 'ਚ ਸਾਤੋਂ ਕਹਿ ਨਹੀਂ ਹੁੰਦਾ। ਬਹੁਤ ਫਿਲਮਾਂ ਇਹੋ ਜਿਹੀਆਂ ਸਾਨੂੰ ਐਂ ਲੱਗਦਾ ਵੀ ਜੇ ਉਹਦੇ ਵਿੱਚ ਮੈਂ ਹੈ ਨਹੀਂ ਤਾਂ ਕੋਈ ਏਡੀ ਗੱਲ ਨਹੀਂ। ਪਰ ਅਰਦਾਸ ਸਰਬੱਤ ਦੇ ਭਲੇ ਲਈ, ਅਤੇ ਇਹਦੇ ਵਿੱਚ ਜੇ ਮੈਂ ਨਾ ਹੁੰਦੀ ਤਾਂ ਫਿਲਮ ਲਈ ਤਾਂ ਦੁਆਵਾਂ ਬਹੁਤ ਕਰਦੀ, ਪਰ ਆਪਣੇ ਆਪ ਨੂੰ ਕੋਸਦੀ ਕਿ ਸ਼ਾਇਦ ਰੱਬ ਨੇ ਤੂੰ ਕੋਈ ਇਹੋ ਜਿਹਾ ਕਰਮ ਹੀ ਇਹੋ ਜਿਹਾ ਕਰਿਆ ਸੀ। ਅਤੇ ਹੁਣ ਮੈਨੂੰ ਇਹ ਲੱਗਦਾ ਕਿ ਬਹੁਤ ਵਧੀਆ ਕਰਮ ਕਰਿਆ ਸੀ। ਜਿੱਦਾਂ ਮੈਂ ਸੈੱਟ 'ਤੇ ਗਈ ਪਹਿਲਾਂ ਤਾਂ ਮੈਂ ਘਰੋਂ ਕਿਹਾ ਕਿ ਕੋਈ ਚੰਗਾ ਹੀ ਕਰਮ ਕਰਿਆ ਸੀ ਮੈਂ ਇਸ ਫਿਲਮ ਦਾ ਹਿੱਸਾ। ਅਤੇ ਉੱਥੇ ਜਾ ਕੇ ਵੀ ਸਗੋਂ ਮੈਂ ਅੱਗੇ ਕਦੇ ਨਰਵਸ ਨਹੀਂ ਹੋਈ, ਉਦੋਂ ਮੈਂ ਉੱਥੇ ਨਰਵਸ ਸੀ। ਇੱਕ ਸੀਨ ਸੀ ਮੈਨੂੰ ਯਾਦ ਹੈ, ਦੱਸ ਮੇਰੀ ਹੱਸੇ ਬਹੁਤ ਹੈ। ਅਤੇ ਪਰ ਮੈਨੂੰ ਇਹ ਲੱਗਦਾ ਮੈਂ ਕਦੇ ਐਂ ਕਹਿੰਦੀ ਹੁੰਦੀ ਸੀ ਸੁਤੇ ਸਵਾ ਕਿ ਕਿੰਨਾ ਵਧੀਆ ਹੋਵੇ, ਪਹਿਲਾਂ ਥੀਏਟਰ ਕੀਤਾ ਕਿ ਯਾਰ ਇੱਕ ਆਰਟਿਸਟ ਮੈਂ ਕਿਹਾ, ਕਹਿੰਦੇ ਕਿਹੋ ਜਿਹੀ ਮੌਤ ਮੰਗਦਾ, ਮੈਂ ਕਿਹਾ ਜੇ ਅਰਦਾਸ। ਚਲੋ ਮੈਨੂੰ ਇੱਕ ਮੌਕਾ ਮਿਲ ਗਿਆ, ਹੁਣ ਮੈਂ ਕਲੀਅਰ ਨਹੀਂ ਕਰਦੀ, ਤੁਸੀਂ ਫਿਲਮ ਦੇਖੋਗੇ ਕਲੀਅਰ ਹੋ ਜੂ। ਬਲਵਲੇ ਬਿਆਨ ਨਹੀਂ ਕੀਤੇ ਜਾ ਸਕਦੇ ਕਿ ਇਸ ਰਬਤ ਦੇ ਭਲੇ ਦੀ ਮੈਂ ਹਿੱਸਾ। ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਪੂਰੀ ਟੀਮ ਦਾ, ਕਿ ਖਾਸ ਕਰਕੇ ਉਸ ਬਾਬੇ ਦਾ ਜਿਹਨੇ ਕੋਈ ਇੱਦਾਂ ਦਾ ਕਰਮ ਕਰਾ ਲਿਆ ਕਿ ਅਸੀਂ ਇਸ ਫਿਲਮ ਦਾ ਹਿੱਸਾ। ਅਤੇ ਹੁਣ ਮੈਂ ਇਹ ਜੇ ਗਿੱਪੀ ਹੁਣਾਂ ਕਹਿੰਦੇ ਨਾ ਥੋੜ੍ਹਾ ਕੋਈ ਸੈਂਸਰ ਹੈ, ਤਾਂ ਮੈਂ ਕਹਿ ਦੂੰ ਅੱਗੇ ਤੋਂ ਮੌਕਾ ਹੀ ਨਾ ਦਿਓ, ਅੱਗੇ ਫਿਲਮ ਬਣੂਗੀ ਨਾ ਤੁਸੀਂ ਮੌਕਾ ਹੀ ਨਾ ਦਿਓ, ਪਹਿਲੇ ਕਾਲ ਕਰ ਲਿਓ। ਸੀਮਾ ਮੈਡਮ, ਮੈਡਮ ਇਹ ਗੱਲ ਹਰੇਕ ਦੇ ਨਾਲ ਜੁੜਦੀ ਹੈ ਕਿ ਥਾਪੀਆਂ ਬਹੁਤ ਕੰਮ ਕਰਦੀਆਂ ਹੁੰਦੀਆਂ, ਛੋਟੇ ਬੱਚੇ ਨੇ ਜਦੋਂ ਕੁਝ ਵਧੀਆ ਕੀਤਾ ਹੁੰਦਾ ਉਹਦੀ ਪਿੱਠ 'ਤੇ ਪੇਰੈਂਟਸ ਥਾਪੀਆਂ ਦਿੰਦੇ, ਵੈਰੀ ਗੁੱਡ। ਜਦੋਂ ਪਿਛਲੀ ਅਰਦਾਸ ਕਰਾਂ ਕੀਤੀ, ਉਹ ਤੋਂ ਬਾਅਦ ਕਿਹੜੀਆਂ ਤਾਰੀਫਾਂ ਐਸੀਆਂ ਮਿਲੀਆਂ ਜਿਹੜੀਆਂ ਸੀਮਾ ਮੈਡਮ ਨੂੰ ਹਜੇ ਤੱਕ ਨਹੀਂ ਭੁੱਲੀਆਂ, ਕੋਈ ਐਸੀ ਯਾਦ ਹੋਵੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਜਿਹੜਾ ਤੁਸੀਂ ਡਾਇਲੌਗ ਜੋ ਕੁਐਸਚਨ ਪੁੱਛਿਆ, ਮੇਰਾ ਮਨ ਇੱਥੇ ਹੀ ਭਰ ਰਿਹਾ ਹੈ ਕਿ ਗਿੱਪੀ ਜੀ ਨੇ ਜਦੋਂ ਮੈਨੂੰ ਸਭ ਤੋਂ ਪਹਿਲਾਂ ਅਰਦਾਸ ਦਾ ਹਿੱਸਾ ਬਣਾਇਆ ਤਾਂ ਮੇਰੀਆਂ ਤਾਂ ਉਹ ਹੀ ਹਾਲੇ ਤੱਕ ਤਾਰੀਫਾਂ ਨੂੰ ਭੁੱਲਦੀਆਂ, ਨਾ ਲੋਕਾਂ ਨੂੰ ਭੁੱਲਦੀਆਂ ਨੇ, ਮੈਨੂੰ ਤਾਂ ਭੁੱਲਣੀਆਂ ਹੀ ਕੀ ਹੈ। ਉਹ ਮੈਂ ਸ਼ਾਇਦ ਦਿਲ ਤੋਂ ਪਤਾ ਨਹੀਂ ਕਿੰਨੀਆਂ ਦੁਆਵਾਂ ਦਿੰਦੀ ਹਾਂ ਦਿਨ ਰਾਤ, ਅਤੇ ਸ਼ੁਕਰੀਆ ਕਰਦੀ ਹਾਂ ਪਹਿਲਾਂ ਤਾਂ ਗਿੱਪੀ ਜੀ ਦਾ ਅਤੇ ਸਾਡੇ ਪ੍ਰੋਡਿਊਸਰ ਸਾਡੇ ਕੋਲ ਸਟਾਰ ਜਿੰਨੇ ਵੀ ਬੈਠੇ ਇਹਨਾਂ ਸਾਰਿਆਂ ਦਾ।
ਅਤੇ ਮੈਂ ਪਹਿਲੀ ਅਰਦਾਸ ਵੀ ਅਤੇ ਦੂਜੀ ਅਰਦਾਸ ਕਰਾਂ ਜੀ ਵੀ ਅਤੇ ਅਰਦਾਸ ਸਰਬੱਤ ਦੇ ਭਲੇ ਦੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਅਰਦਾਸ ਦਾ ਹਮੇਸ਼ਾ ਹਿੱਸਾ ਬਣਦੀ ਰਹੀ ਹਾਂ ਅਤੇ ਮੈਂ ਵੀ ਬੜਾ ਧਰਮ ਰੋਕ ਕੇ ਬਣ ਲੂੰਗੀ। ਠੀਕ ਹੈ, ਕਿਉਂਕਿ ਇੱਕੋ ਹੀ ਇਹੋ ਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਹੱਕ ਸਮਝਦੇ ਹੋ ਅਤੇ ਤੁਹਾਡਾ ਦਿਲ ਕਹਿੰਦਾ ਕਿ ਤੁਸੀਂ ਇੱਥੇ ਕੰਮ ਕਰੋ। ਹਰ ਜਗ੍ਹਾ ਨਹੀਂ ਕਿਹਾ ਜਾਂਦਾ ਅਤੇ ਇੱਥੇ ਅਸੀਂ ਜੇ ਰੋਕ ਕੇ ਵੀ ਮੰਗਾਂਗੇ ਤਾਂ ਇੱਥੇ ਕੁਛ ਤਾਂ ਇਹੋ ਜਿਹਾ ਹੋਊਗਾ ਕਿ ਅਸੀਂ ਗਿੱਪੀ ਨੂੰ ਹਮੇਸ਼ਾ ਕਹਾਂਗੇ ਕਿ ਸਾਨੂੰ ਆਪਣੀ ਫਿਲਮ ਦਾ ਹਰ ਇੱਕ ਦਾ ਹਿੱਸਾ ਬਣਾਇਓ। ਅਤੇ ਮੈਂ ਬਹੁਤ ਖੁਸ਼ ਹਾਂ, ਜਿਹੜਾ ਸੀਨ ਅਸੀਂ ਕੀਤਾ ਹੈ ਉਹ ਤੁਸੀਂ ਦੇਖ ਲਓਗੇ ਮੇਰਾ ਜਿਹਾ ਜਿਹਾ ਸੁਭਾਅ ਹੈ ਅਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਗਿੱਪੀ ਜੀ ਨੇ ਕੰਮ ਕਰਵਾਇਆ ਅਤੇ ਟੀਜ਼ਰ ਦੇਖਿਆ, ਸ਼ੁਰੂਆਤ ਹੋਈ ਹੈ, ਰੋਏ ਹਾਂ ਮੈਂ ਅਤੇ ਸੋਹੀ ਸਾਹਿਬ ਦਬਾ ਕੇ। ਅਤੇ ਇੰਨਾ ਕਿ ਸਾਡੇ ਰਿਸ਼ੀ ਮੈਮ ਇਹ ਸਾਰੇ ਸਟਾਰਕਾਸਟ ਗਏ ਹੋਏ ਸੀ ਹਜ਼ੂਰ ਸਾਹਿਬ, ਪਰ ਸਾਨੂੰ ਇਹ ਲੱਗਦਾ ਸੀ ਕਿਉਂਕਿ ਸਾਡੇ ਨਾਲ 24 ਘੰਟੇ ਗੱਲ ਹੁੰਦੀ ਸੀ ਅਤੇ ਸਾਡੇ ਹਜ਼ੂਰ ਸਾਹਿਬ ਹਾਜ਼ਰੀ ਲੱਗਦੀ ਰਹੀ ਹੈ ਅਤੇ ਸਾਡੇ ਨਾਂ ਦੀ ਅਰਦਾਸ ਵੀ ਹੋਈ ਹੈ, ਪ੍ਰਸ਼ਾਦ ਵੀ ਪਹੁੰਚਿਆ, ਮੈਮ ਨੇ ਉੱਥੇ ਖੜ ਕੇ ਵੀ ਸਾਨੂੰ ਫੋਨ ਕੀਤਾ। ਸੋ ਇਹੋ ਜਿਹੀਆਂ ਫਿਲਮਾਂ ਬਣਦੀਆਂ ਰਹਿਣ, ਅਸੀਂ ਇਹੀ ਕਹਿੰਦੇ ਹਾਂ ਵੀ ਅਸੀਂ ਪਤਾ ਨਹੀਂ ਕੀ ਪੁੰਨ ਕੀਤੇ ਨੇ, ਇਹੋ ਜਿਹੀਆਂ ਫਿਲਮਾਂ ਦਾ ਅਸੀਂ ਹਿੱਸਾ ਬਣਿਆ, ਪੱਕਾ ਕੋਈ ਪੁੰਨ ਤਾਂ ਕੀਤੇ ਨੇ। ਸੋ ਬਸ ਸਾਡੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਇਹ ਫਿਲਮਾਂ ਨਾ ਕਿਸਮਤ ਨਾਲ ਹੀ ਬਣਦੀਆਂ, ਪਤਾ ਨਹੀਂ ਕਿਵੇਂ ਬਣ ਜਾਂਦੀਆਂ, ਇਹ ਪਰਮਾਤਮਾ ਵਾਹਿਗੁਰੂ ਆਪ ਹੀ ਬਣਾਉਂਦੇ ਨੇ ਅਤੇ ਇਹ ਅਰਦਾਸ ਸਰਬੱਤ ਦੇ ਭਲੇ ਦੀ ਇਹ ਆਪ ਹੀ ਬਣ ਜਾਂਦੀ ਹੈ। ਸੋ ਬਾਕੀ ਸਾਰਿਆਂ ਦੀ ਮਿਹਨਤ ਹੈ, ਕੋਸ਼ਿਸ਼ ਕੀਤੀ ਹੈ, ਪਰ ਅਰਦਾਸ ਤਾਂ ਅਰਦਾਸ ਹੈ। ਅਸੀਂ ਇਹੀ ਕਹਾਂਗੇ ਕਿ ਅਰਦਾਸ ਸਰਬੱਤ ਦੇ ਭਲੇ ਦੀ ਹੈ ਅਤੇ ਤੁਸੀਂ ਸਾਰਿਆਂ ਨੇ ਦੇਖਣ ਜਾਣਾ ਅਤੇ ਬਾਕੀ ਦੁਬਾਰਾ ਤੋਂ ਮੈਂ ਫਿਰ ਹੰਬਲ ਮੋਸ਼ਨ ਪਿਕਚਰ ਅਤੇ ਗਿੱਪੀ ਗਰੇਵਾਲ ਅਤੇ ਸਾਡੀ ਸਾਰੀ ਸਟਾਰਕਾਸਟ, ਘੁੱਗੀ ਜੀ, ਸੋਹੀ ਸਾਹਿਬ, ਰਿਸ਼ੀ ਮੈਮ, ਰੂਪੀ ਮੈਮ, ਪੰਗੂ ਮੈਮ, ਮਲਕੀਤ ਜੀ, ਪ੍ਰਿੰਸ, ਸਾਡਾ ਬੋਲੀ, ਬਾਕੀ ਹੈਪੀ ਰਾਏਕੋਟੀ, ਇਹ ਤਾਂ ਹਮੇਸ਼ਾ ਹੀ ਅਕਸਰ ਪਤਾ ਨਹੀਂ ਕੀ ਸੋਚ ਕੇ ਲਿਖਦੇ ਨੇ, ਸਮਝ ਨਹੀਂ ਆਉਂਦੀ। ਅਸੀਂ ਇਹਨਾਂ ਨੂੰ ਹੁਣ ਵੀ ਪੁੱਛ ਕੇ ਹਟੇ ਹਾਂ ਵੀ ਕੀ ਸੋਚਦੇ ਹੋ, ਤੁਹਾਡਾ ਪੈਨ ਕਿਹਾ ਜਾ ਕੀ ਲਿਖ ਜਾਂਦਾ। ਅਤੇ ਸਾਰਿਆਂ ਦਾ ਜੇ ਮੈਂ ਨਾਮ ਭੁੱਲ ਗਿਆ, ਜੈਸਮੀਨ, ਸਾਡੇ ਪ੍ਰੋਡਿਊਸਰ ਸਾਹਿਬ, ਸਾਰਿਆਂ ਦਾ ਥੈਂਕਸ ਕਰਦੀ ਹਾਂ ਦਿਲ ਤੋਂ। ਬਸ ਦਿਲ ਦੇ ਵਿੱਚ ਇੱਦਾਂ ਹੈ ਕਿ ਇਹ ਸਤੰਬਰ ਨਾ ਜਿਹੜਾ ਆ ਜੁਲਾਈ ਅਗਸਤ ਛਾਲ ਜੀ ਮਾਰ ਕੇ ਆ। ਥੈਂਕ ਯੂ ਜੀ। ਡਾਕਟਰ ਤੋਂ ਵੱਧ ਕਿਸੇ ਨੂੰ ਦੁਆਵਾਂ ਮਿਲੀਆਂ ਨੇ ਮਤਲਬ ਗਿੱਪੀ ਵੀ ਹੋਊਗਾ। ਸੋਹੀ ਸਾਹਿਬ, ਇੱਕ ਮਿੰਟ, ਮੈਂ ਇਹ ਕਹਿਣਾ ਚਾਹੁੰਦੀ ਸੀ, ਮੈਂ ਤਾਂ ਨਹੀਂ ਮਤਲਬ ਮੈਂ ਅਰਦਾਸ ਦਾ ਹਿੱਸਾ ਮੈਂ ਸੋਚਿਆ ਵੀ ਨਹੀਂ ਸੀ ਬਣੂਗੀ, ਮੈਂ ਨਹੀਂ ਬਣੀ ਸੀ। ਮੈਂ ਜਦੋਂ ਗਿੱਪੀ ਜੀ ਨੇ ਅਰਦਾਸ ਦਾ ਮਿਊਜ਼ਿਕ ਲਾਂਚ ਕੀਤਾ ਤਾਂ ਮੈਂ ਉਦੋਂ ਆਈ ਸੀ ਪਹਿਲੀ ਵਾਰ, ਮੈਨੂੰ ਬਹੁਤ ਅੱਛਾ ਲੱਗਿਆ ਸੀ। ਪਤਾ ਨਹੀਂ ਇਹ ਮੁੰਡਾ ਕਿਵੇਂ ਸਾਡੇ ਦਿਲ 'ਚ ਘਰ ਕਰ ਗਿਆ। ਮੈਨੂੰ ਲੱਗਦਾ ਕਿ ਕੋਈ ਰੱਬ ਨੇ ਇਹਨੂੰ ਕਿਹਾ ਹੋਊਗਾ ਵੀ ਇਹਨਾਂ ਸਾਰਿਆਂ ਨੂੰ ਲੈਣਾ ਅਤੇ ਵੀ ਤੁਸੀਂ ਇਹਨਾਂ ਤੋਂ ਕੰਮ ਕਰਾਉਣਾ। ਅਤੇ ਇਹ ਵੈਸੇ ਵੀ ਅਸੀਂ ਇਹਨੂੰ ਸਾਰੇ ਇਹਦੀ ਟੀਮ ਨੂੰ ਵੀ ਇਹਨੂੰ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ, ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਥੋੜ੍ਹਾ ਨਹੀਂ। ਮੈਂ ਸ਼ਾਇਦ ਨਾ ਆਉਂਦੀ, ਮੈਂ ਕਹਿੰਦੇ ਗਿੱਪੀ, ਮੈਂ ਕਿਹਾ ਮੈਨੂੰ ਤੁਸੀਂ ਛੁੱਟੀ ਦੇ ਦਿਓ, ਮੈਂ ਤਾਂ ਗਿੱਪੀ ਦੇ ਉਹ ਕਰਕੇ ਆਉਣਾ ਹੈਗਾ, ਮੈਨੂੰ ਬਹੁਤ ਅੱਛਾ। ਘੁੱਗੀ ਜੀ ਹੋਰਾਂ ਨਾਲ ਕੰਮ ਕਰਕੇ, ਸੋਹੀ ਹੋਰਾਂ ਨਾਲ, ਸਾਰੇ ਬੋਲੀ, ਪ੍ਰਿੰਸ, ਆਪਣੇ ਰਾਏਕੋਟੀਆ ਅਤੇ ਕੁਮਾਰ ਜੀ,
ਔਰ ਸਾਰੇ ਉਸ ਮਲਕੀ ਤੁਰਨ ਦਾ ਸੀਨ ਦੇਖਿਆ ਮੈਂ ਰੋ ਪਈ। ਭੰਗੂ ਮੈਡਮ ਦਾ ਜਦੋਂ ਘੁੱਗੀ ਉਹ ਐਕਸੀਡੈਂਟ ਹੋਇਆ ਤਾਂ ਰੋਈ। ਮੈਨੂੰ ਬਹੁਤ ਅੱਛਾ ਲੱਗਿਆ, ਬਸ ਮੈਨੂੰ ਮੇਰੀ ਜ਼ਿੰਦਗੀ ਦੀ ਲਾਸਟ ਹੀ ਸਮਝ ਲਓ ਵੀ ਮੈਨੂੰ ਇੰਨੀ ਅੱਛੀ ਫਿਲਮ ਲੱਗੀ। ਲਓ ਜੀ ਤੁਸੀਂ ਹੁਣ ਜਿਹਨੂੰ ਮਰਜ਼ੀ ਕਰ, ਮੈਂ ਤੁਹਾਡਾ ਧੰਨਵਾਦ ਕਰਨਾ। ਉਹ ਕਹਿੰਦੇ ਭੁੱਲ ਗਈ ਭਾਈ ਸਾਰੇ ਅੰਬਲ ਦਾ, ਸਾਰੀ ਟੀਮ ਦਾ। ਸੋਹੀ ਸਾਹਿਬ, ਹੁਣ ਸੀਨੀ ਮੈਡਮ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਅਸੀਂ ਇਕੱਠੇ ਰੋਏ ਹਾਂ, ਉਦੋਂ ਕੀ ਚੱਲ ਰਿਹਾ ਸੀਗਾ ਜਦੋਂ ਇਹ ਇਸ ਜਜ਼ਬਾਤਾਂ ਤੋਂ ਗੁਜ਼ਰੇ ਕਿ ਵੀ ਭਾਵੁਕ ਹੋਏ ਜਾਂ ਇਹ? ਭਾਵੁਕ ਤਾਂ ਗਿੱਪੀ ਬਾਈ ਮੈਨੂੰ ਆਲਵੇਜ਼ ਕਰ ਦਿੰਦੇ ਹੈ। ਪਹਿਲਾਂ ਜਦੋਂ ਪਹਿਲੀ ਅਰਦਾਸ ਕੀਤੀ ਮੈਨੂੰ ਰਾਣਾ ਰਣਵੀਰ ਦਾ ਫੋਨ ਗਿਆ, ਬਾਬਾ ਜੀ ਫਿਲਮ ਸ਼ੁਰੂ ਕਰ ਰਹੇ ਹਾਂ, ਡੇਟਾਂ ਦੱਸੋ। ਉਹ ਮੈਂ ਇੱਕ ਹੋਰ ਪਾਸੇ ਮਾੜੇ ਜਿਹੇ ਹਾਂ ਕਹਿ ਬੈਠਿਆ ਸੀਗਾ, ਅਤੇ ਮੈਂ ਕਿਹਾ ਪੁੱਛ ਕੇ ਮੈਂ ਮਾੜਾ ਜਿਹਾ ਉੱਧਰ ਰਾਏ ਕਰ ਲਾਂ। ਫਿਰ ਗਿੱਪੀ ਬਾਈ ਦਾ ਜੱਟ ਜਾਗ ਗਿਆ, ਅੱਛਾ ਪਹਿਲਾਂ ਉੱਧਰ ਡੇਟਾਂ ਦਿਓਗੇ ਫਿਰ ਮੈਨੂੰ? ਅਸੀਂ ਪਾਗਲ ਹਾਂ, ਅਸੀਂ ਨਾਂ ਲਿਖਿਆ ਤੁਹਾਡੇ ਕਰੈਕਟਰ ਦਾ ਜਵਾਲਾ ਸਿੰਘ ਸੋਹੀ। ਅੱਛਾ ਜੀ, ਤੇ ਸੋਹੀ ਸਾਨੂੰ ਇੱਦਾਂ ਕਹਿ ਰਿਹਾ। ਉਸ ਤੋਂ ਬਾਅਦ ਚਲੋ ਡਨ ਹੋ ਗਈ, ਮੈਂ ਇੱਧਰ ਆ ਗਿਆ। ਇੱਧਰ ਆ ਗਿਆ ਤਾਂ ਗਿੱਪੀ ਸਾਹਿਬ ਮੇਰੇ ਜਾਣ ਤੋਂ ਪਹਿਲਾਂ ਸੈੱਟ 'ਤੇ ਖੜ੍ਹੇ ਹੁੰਦੇ ਸੀ, ਜਦੋਂ ਮੈਂ ਸਭ ਤੋਂ ਪਹਿਲਾਂ ਹੁੰਦਾ ਸੀ। ਮੈਨੂੰ ਯਾਦ ਆ ਐਕਟਰਾਂ 'ਚੋਂ ਸਭ ਤੋਂ ਪਹਿਲਾਂ ਇਹ। ਹਾਂ, ਇਹ ਇਹਨਾਂ ਨੇ ਮੈਨੂੰ ਇਸ ਦੀ ਸ਼ਾਬਾਸ਼ੀ ਦਿੱਤੀ ਕਿ ਸੋਹੀ ਸਾਹਿਬ ਆ ਕੇ ਬਹਿ ਜਾਂਦੇ ਹੋ, ਅਤੇ ਜਿਹੜੇ ਇੱਥੇ ਹੋਰ ਸਟਾਰ ਨੇ ਉਹ ਘੱਟੋ ਘੱਟ 2-4 ਦਿਨ ਬਾਅਦ ਟਾਈਮ 'ਤੇ ਆਉਣ ਲੱਗ ਗਏ। ਕਹਿੰਦੇ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰਾ ਬਹੁਤ ਟਾਈਮ ਬਚਾ ਰਹੇ ਹੋ। ਫਿਰ ਇੱਕ ਮੈਂ ਬਹੁਤ ਹੱਕਣ ਦਾ ਜਿਹੜਾ ਕੰਮ ਸੀ ਉਹ ਮੈਨੂੰ ਆਉਂਦਾ ਸੀ, ਜੱਟਾਂ ਦੀਆਂ ਬੋਤਾਂ, ਉਹਦੇ 'ਚ ਮੈਂ ਮਾਰਕ 'ਤੇ ਆਪੇ ਤੱਤ ਕਰਕੇ ਆਪੇ ਵਾਪਸ ਆ ਜਾਂਦਾ ਸੀ। ਇਹ ਪ੍ਰੋਡਿਊਸਰ ਨੇ ਇੰਨੇ ਖੁਸ਼ ਹੋਏ, ਮੇਰੇ ਹਾਫ ਸ਼ਿਫਟ ਭੱਜ ਗਈ ਅੱਜ ਜੱਟਾ। ਬਹੁਤ ਮਜ਼ਾ ਆਇਆ ਕੰਮ ਕਰਕੇ ਇਹਨਾਂ ਨਾਲ, ਅਤੇ ਫਿਰ ਤਾਂ ਅਰਦਾਸ ਦੇ ਚਰਚੇ ਸਾਰੀ ਦੁਨੀਆਂ 'ਚ ਹੋਏ। ਫਿਰ ਬਾਪੂ ਦੇ ਕਹਿਣ 'ਤੇ ਹੀਰੋ ਗਾਣਾ ਗਾ ਰਿਹਾ ਪੰਚਾਇਤ ਵਾਲਾ, ਕਾਨੂੰਨ ਦੇਵ ਪੰਚਾਇਤ ਵਾਲਾ, ਤੇ ਉਹ ਕਰੈਕਟਰ ਮੇਰਾ ਅੱਜ ਵੀ ਦੁਨੀਆਂ ਨਾਲ ਜਾਣਾ। ਤਾਂ ਪਿੰਡਾਂ ਵਾਲੇ ਜਿਹੜੇ ਮੇਰੇ ਪਿੰਡ ਦੇ ਬੰਦੇ, ਮੈਂ ਹੁਣ ਅੱਜ ਕੱਲ੍ਹ ਪਿੰਡ ਰਹਿਣ ਲੱਗ ਗਿਆ, ਉਹ ਅਰਦਾਸ ਨੂੰ ਯਾਦ ਕਰਦੇ ਨੇ। ਉਹ ਯਾਰ ਪਰਮਜੀਤ, ਤੂੰ ਉਹ ਰੋਲ ਐਡਾ ਵਧੀਆ ਤੁਹਾਨੂੰ ਖੇਡ ਗਿਆ ਵੀ ਤੂੰ ਪਿੰਡਾਂ ਨੂੰ ਜੰਮ ਪਾਲਾ ਹੈ ਇਹ। ਮੈਂ ਕਿਹਾ ਫਿਰ ਇਹ ਤਾਂ ਰਾਈਟਰ ਡਾਇਰੈਕਟਰ ਉਹਨਾਂ ਨੂੰ ਅੱਖ ਸੀ ਕਿ ਨਹੀਂ ਵਿਆਹ ਜੱਟ ਵਾਲਾ ਰੋਲ ਤਾਂ ਜੱਟ ਤੋਂ ਹੀ ਕਰਾਉਣਾ ਹੈ, ਜਿਹਦੇ ਸੁਭਾਅ 'ਚ ਥੋੜ੍ਹਾ ਜਿਹਾ ਉਹ ਕੁਛ ਮੈਨੂੰ ਅਕਸਰ ਕਿਹਾ ਜਾਂਦਾ ਅੜਬ ਲੱਗਦੀ ਫਿਲਮਾਂ ਤੋਂ ਲੋਕਾਂ 'ਚ ਪ੍ਰਭਾਵ ਬਣ ਜਾਂਦਾ ਹੈ। ਪਰ ਸੈਕਿੰਡ ਅਰਦਾਸ 'ਚ ਪਹਿਲੀ ਜ਼ਮੀਰ ਲੋਕਾਂ ਨੂੰ ਰਾਇਆ ਵੀ, ਸੈਕਿੰਡ 'ਚ ਫਿਰ ਲੋਕਾਂ ਨੂੰ ਰਾਇਆ ਦੁਖੀ, ਅੱਛਾ ਸੈਕਿੰਡ ਹੋਰ ਤਾਂ ਕਮਾਲ ਹੀ ਕਰ ਗਏ,
ਜੱਟ ਨੂੰ ਪੰਡਿਤ ਦਾ ਰੋਲ ਦਿੱਤਾ। ਮੈਨੂੰ ਮੰਤਰ ਪੜ੍ਹਨੇ ਆਉਣ ਨਾ, ਮੰਤਰ ਜਦੋਂ ਔਖਾ ਸਮਾਂ ਹੁੰਦਾ ਮੰਦਰ ਦੇ ਪੰਡਾਂ ਪੰਡਤਾਂ ਕੋਲ ਜਾਂਦੀਆਂ ਯੰਤਰੀਆਂ ਲੈ ਕੇ, ਉਹ ਮੈਨੂੰ ਇੱਕ ਸੂਰਜ ਦੇਵਤਾ ਦਾ ਇੱਕ ਮੰਤਰ ਯਾਦ ਸੀ ਥੋੜ੍ਹਾ ਜਿਹਾ, ਉਹ ਪੜ੍ਹਤਾ ਇਹ ਸੂਰਜ ਤੇਜੋ ਰਸੇ ਜਗਤ ਪਤੀ ਅਨੂ ਕੁੰਭਾਈ ਮੈਂ ਹੁੰਦਾ ਵੀ ਗਿਆ ਮਰ ਦੇਵਾ ਕਰ ਲੋਕ ਤਾਂ ਕਿਆ ਬਾਤ ਹੈ, ਝੱਟ ਬੰਦਾ ਸਾਰਾ ਤੁਹਾਨੂੰ ਮੰਤਰ ਪੜ੍ਹੀ ਜਾਂਦਾ। ਤੇ ਉਹ ਕੰਮ ਆ ਗਏ ਸਟਰਗਲ ਵੇਲੇ ਦੇ, ਸਟਰਗਲ 'ਚ ਬੰਦਾ ਕੋਈ ਪੰਡਿਤ ਨਹੀਂ ਛੱਡਦਾ, ਕੋਈ ਆਲੋਚਨਾ ਬਣਾਉਣ ਵਾਲਾ ਨਹੀਂ ਛੱਡਦਾ ਵੀ ਯਾਰ ਰੱਬਾ ਕਾਮਯਾਬ ਕਰ ਯਾਰ ਕਿਸੇ ਪਾਸਿਓਂ। ਔਰ ਮੈਂ ਤਾਂ ਧੱਕੇ ਹੀ ਬਹੁਤ ਖਾਧੇ ਨੇ, ਮੈਂ ਬਹੁਤ ਅਰਦਾਸਾਂ ਬਹੁਤ ਕਰਦਾ ਸੀਗਾ, ਅਤੇ ਅਰਦਾਸ ਮੇਰੀ ਅਰਦਾਸ ਫਿਲਮ 'ਚੋਂ ਸੁਣੀ ਗਈ। ਵਾਹ ਜੀ ਵਾਹ। ਉਸ ਤੋਂ ਬਾਅਦ ਫਿਰ ਤਾਂ ਪਿੱਛੇ ਮੁੜ ਕੇ ਦੇਖਿਆ ਵੀ ਦੇਹ ਦਨਾ ਦਨ ਬਹੁਤ ਕੰਮ ਇੰਡਸਟਰੀ 'ਚ ਬਹੁਤ ਆ, ਹੁਣ ਫਿਰ ਤੁਹਾਡੇ ਸਾਹਮਣੇ ਅਰਦਾਸ ਕਰਕੇ ਬੈਠਾ। ਇਹੀ ਪਹਿਲਾਂ ਫਸਰ ਹੈ ਗਿੱਪੀ ਬਾਈ ਲਿਖਦਾ ਇਹਦੇ 'ਚ, ਇਹਦੇ 'ਚ ਮੈਨੂੰ ਪਤਾ ਲੱਗਿਆ ਅੰਦਰੋਂ ਥੋੜ੍ਹਾ ਹੌਲੀ ਹੌਲੀ ਜੇ, ਕਹਿੰਦੇ ਸੋਚਿਆ ਵੀ ਯਾਰ ਦੋ ਫਿਲਮਾਂ 'ਚ ਸੋਹੀ ਹੈਗਾ ਸੀ ਅਤੇ ਇਹਦੇ 'ਚ ਜੇ ਸੋਹੀ ਨਾ ਹੋਵੇ ਚੰਗਾ ਜਾਂ ਨਹੀਂ ਲੱਗਦਾ, ਦੋ ਤਿੰਨ ਦੋ ਚਾਰ ਸੀਨ ਲਿਖ ਲੈਂਦੇ ਹਾਂ। ਦੋ ਚਾਰ ਸੀਨ ਲਿਖਦੇ ਲਿਖਦੇ ਐਡਾ ਸੋਹਣਾ ਰੋਲ ਲਿਖਤਾ ਭਾਜੀ। ਭਾਜੀ ਮੈਂ ਦੱਸਦਾ ਐਕਚੁਲੀ ਕੀ ਆ, ਜਿਵੇਂ ਉੱਧਰ ਭੰਗੂ ਮੈਮ ਦੇ ਖੁਫੀਆ ਬੰਦੇ ਸੀਗੇ ਸੈੱਟ 'ਤੇ, ਉਵੇਂ ਹੀ ਤੁਹਾਡੇ ਬੰਦੇ ਵੀ ਖੁਫੀਆ ਸੀਗੇ ਸੈੱਟ 'ਤੇ, ਉਹ ਪ੍ਰਿੰਸ ਕਮਲ ਜੀ ਹਰਦੀਪ ਹੈ ਨਾ ਇਹ ਸਾਰੇ। ਹੁਣ ਜਦੋਂ ਹਲੇ ਫਿਲਮ ਦਾ ਪਲੋਟ ਹੀ ਲਿਖ ਹੋਇਆ ਸੀ, ਹਲੇ ਕਹਾਣੀ ਲਿਖ ਹੋਈ ਸੀ, ਹਲੇ ਉਹ ਵੀ ਮੋਟੀ ਮੋਟੀ ਜਿਹਨੂੰ ਕਹਿੰਦੇ ਆ, ਪੂਰੀ ਨਹੀਂ ਸੀ ਲਿਖ ਹੋਈ, ਇਹ ਉਦੋਂ ਹੀ ਦੱਸਣ ਲੱਗ ਗਏ ਅੱਗੇ ਖਬਰਾਂ ਵੀ ਸੋਹੀ ਸਾਹਿਬ ਤੁਹਾਡਾ ਰੋਲ ਲਿਖ ਲਿਆ, ਸ਼ਾਇਦ ਛੋਟਾ ਲੱਗਦਾ ਹੈ, ਸ਼ਾਇਦ ਐਂ ਲੱਗਦਾ ਹੈ। ਫਿਰ ਜਦੋਂ ਸੋਹੀ ਸਾਹਿਬ ਸੈੱਟ 'ਤੇ ਮੈਨੂੰ ਕਹਿੰਦੇ ਰੋਲ ਤਾਂ ਮੇਰਾ ਕਾਫੀ ਬੜਾ ਲੱਗਦਾ, ਇਹ ਸਾਰੇ ਛੋਟਾ ਕਹੀ ਜਾਂਦੇ। ਮੈਂ ਕਿਹਾ ਨਹੀਂ ਜੀ ਰੋਲ ਛੋਟਾ ਨਹੀਂ ਹੈ, ਐਕਚੁਲੀ ਉਹ ਜਦੋਂ ਕਹਾਣੀ ਉਹ ਕੱਚੀ ਸੀ ਉਸ ਟਾਈਮ ਹੀ ਖਬਰਾਂ ਪਹੁੰਚਾਤੀਆਂ ਉਹਨਾਂ ਨੇ, ਪਹੁੰਚਾਤੀਆਂ ਹੋਣਗੀਆਂ ਮੇਰੇ ਕੋਲ ਪਰ ਮੈਨੂੰ ਜਦੋਂ ਫਾਈਨਲੀ ਮੇਰੇ ਕੋਲ ਆਹ ਕਰੈਕਟਰ ਖੇਡਣ ਨੂੰ ਮਿਲਿਆ, ਮੇਰੀ ਰੂਹ ਅਮਰਾਂ ਤੱਕ ਰੋਈ। ਐਡਾ ਸੋਹਣਾ ਕਰੈਕਟਰ, ਇੰਨਾ ਟਫ ਕਰੈਕਟਰ, ਪਰ ਬੰਦੇ ਕਹਿੰਦੇ ਵੀ ਤੁਹਾਨੂੰ ਕਿਹੜਾ ਰੋਲ ਖੇਡਣਾ ਔਖਾ ਲੱਗਦਾ ਹੈ, ਮੈਂ ਕਿਹਾ ਮੈਨੂੰ ਕੋਈ ਨਹੀਂ ਔਖਾ ਲੱਗਦਾ ਪਰ ਟ੍ਰੈਜਡੀ ਖੇਡਣੀ ਮੈਨੂੰ ਸੌਖੀ ਲੱਗਦੀ ਹੈ। ਉਹ ਜਿਹੜੀਆਂ ਰੂਹ ਦੀਆਂ ਗੱਲਾਂ ਕਰਨੀਆਂ ਨੇ, ਅੰਦਰੋਂ ਵਿਹਣੇ ਜਾਣ ਦੀਆਂ ਗੱਲਾਂ ਕਰਨੀਆਂ ਨੇ, ਉਹ ਕਰਨ ਤੋਂ ਬਾਅਦ ਜਿਹੜਾ ਸੁੱਖ ਮਿਲਦਾ ਨਾ ਤੁਹਾਨੂੰ, ਤੁਸੀਂ ਬਹੁਤ ਸਮੇਂ ਲਈ ਸਾਰੇ ਦੁੱਖਾਂ 'ਤੇ ਝਾੜੂ ਮੇਰ ਦਿੰਦੇ ਸਾਰਿਆਂ 'ਤੇ, ਰੋ ਕੇ ਲੋਕਾਂ ਨੂੰ ਰੋਆ ਕੇ ਵੀ, ਕੋਮੇਡੀ ਲੋਕ ਹੱਸਦੇ ਨੇ, ਇੱਥੇ ਰੋ ਕੇ ਲੋਕ ਖੁਸ਼ ਹੋ ਜਾਂਦੇ ਨੇ। ਆਹ ਸਿਨੇਮੇ 'ਚ ਜਿਹੜਾ ਪੀਪੀ ਸਾਹਿਬ ਨੇ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਨਾ, ਇਹ ਬਹੁਤ ਬਹੁਤ ਕਮਾਲ ਦੀ ਚੀਜ਼ ਹੈ। ਇਹ ਤੋਂ ਬਾਅਦ ਬੰਦਾ ਆਪਣੇ ਦੁੱਖ ਅੱਖਾਂ 'ਤੇ ਡੋਲ ਕੇ ਪਾਸੇ ਵਿਹਲਾ ਹੋ ਜਾਂਦਾ ਹੈ, ਉਹ ਕਮਾਲ ਦੀ ਚੀਜ਼ ਹੈ, ਬਹੁਤ ਵੱਡੀ ਦੇਣੀ ਤੁਹਾਡੀ ਇਹ ਆਹ ਸਮਾਜ ਵਾਸਤੇ ਬੜੀ ਸਿੱਖਿਆ ਮਿਲਦੀ ਹੈ। ਅਰਦਾਸ ਆਪਾਂ ਕਿੱਥੇ ਵੀ ਕਰਦੇ, ਸੁੱਖਾਂ 'ਚ ਅਰਦਾਸ ਕਰਦੇ ਹਾਂ, ਵਿਆਹ ਸ਼ਾਦੀਆਂ 'ਚ ਪੁੱਤਾਂ ਧੀਆਂ ਦੀਆਂ ਧੀ ਦੀ ਡੋਲੀ ਤੁਰਦੀ ਅਰਦਾਸਾਂ ਕਰਦੇ ਕਰਦੇ ਤੋੜਦੇ ਹਾਂ, ਦੁੱਖਾਂ 'ਚ ਕੋਈ ਸਾਡਾ ਚੱਲ ਵਸਿਆ ਉਦੋਂ ਅਸੀਂ ਅਰਦਾਸਾਂ ਕਰਦੇ ਹਾਂ ਪਰਮਾਤਮਾ ਇਹਨੂੰ ਆਪਦੀ ਝੋਲੀ 'ਚ ਲੈ ਲੈ, ਇਹਨੂੰ ਆਪਦੇ ਚਰਨਾਂ 'ਚ ਥਾਂ ਦੇ ਦੇ, ਅਰਦਾਸਾਂ ਕਰਦੇ ਹਾਂ। ਸੋ ਅਰਦਾਸ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਮੈਂ
ਪਰਮਾਤਮਾ ਅੱਗੇ ਫਿਰ ਅਰਦਾਸ ਕਰ ਦਾਂਗੇ ਸਾਡੀ ਅਰਦਾਸ ਨੂੰ ਸਫਲ ਕਰੇ। ਪਰ ਗਿੱਪੀ ਸਾਹਿਬ ਸਾਡੇ ਬਹੁਤ ਇੰਡਸਟਰੀ 'ਚ ਮੈਂ ਕੱਲ੍ਹ ਪਰਸੋਂ ਦੀ ਗੱਲ ਚੱਲੀ ਸੀ, ਉਹ ਮੈਂ ਕਿਹਾ ਸਾਡੀ ਇੰਡਸਟਰੀ ਦਾ 100 ਕਰੋੜ ਇੱਕ ਬੀਣ ਵਾਲਾ ਕੌਣ ਬਣਾਇਆ, ਤੁਸੀਂ ਮਿਲਦੇ ਜਾਓ 100 ਕਰੋੜ ਕਿਹਨੇ ਬਣਾਇਆ, ਕਿੱਥੇ ਕਰੇ ਬਾਦ ਨੇ। ਸੋ ਇੱਕ ਮੇਰੇ ਦੋਸਤ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਗਿੱਪੀ ਬਾਈ ਤਾਂ ਰਾਤ ਦੀ ਗੱਲ ਹੈ, ਬੈਠੇ ਗੱਲਾਂ ਕਰਦੇ ਸੀ, ਕਹਿੰਦਾ ਜਦੋਂ ਪਹਿਲਾ ਗਾਣਾ ਆਇਆ ਸੀ ਇੱਕ ਉਦੋਂ ਸੋਚਿਆ ਵੀ ਯਾਰ ਕਈਆਂ ਦੇ ਵਿੱਚ ਇਹ ਚਿੰਗਾਰੀ ਦਿਸਦੀ ਹੁੰਦੀ ਹੈ, ਕਹਿੰਦਾ ਮੈਂ ਦੇਖਿਆ ਵੀ ਯਾਰ ਆਹ ਬੰਦਾ ਜਿਹੜਾ ਆਹ ਮੁੰਡਾ ਗਾਇਆ ਕੇ ਗਿਆ ਇਹ ਯਾਰ ਫਿਲਮ ਐਕਟਰ ਬਣੂਗਾ, ਗੱਲ ਸੱਚ ਹੋ ਰਹੀ ਬੜੀ। ਪਰਮਾਤਮਾ ਦਿਖਾ ਦਿੰਦਾ। ਮੈਂ ਮੁੰਡਾ ਉੱਥੇ ਹੈਗਾ ਸਿਮਰਨਜੀਤ, ਮੈਂ ਸਿਮਰਨਜੀਤ ਗਾਣਾ ਗਾਉਂਦਾ ਸੀ, ਮੇਰੇ ਇੱਕ ਦੋਸਤ ਕੋਲ ਬੈਠਾ ਉੱਥੇ, ਮੈਂ ਉਹਦਾ ਗਾਣਾ ਵੀ ਦੇਖ ਕੇ ਗਾਣਾ 'ਚ ਮੈਂ ਦੇਖਿਆ ਵੀ ਗਾਣੇ ਦੀ ਟੈਕਨੀਕ ਉਹੀ ਸ਼ੋਟ ਨਹੀਂ ਘੱਟ ਦੋ ਲੋਕ ਲੈਂਦੇ ਸੀਗੇ। ਉਹਨਾਂ ਕਿਹਾ ਮੁੰਡਿਆ ਤੂੰ ਐਕਟਰ ਬਣ ਸਕਦਾ ਡਾਇਰੈਕਟਰ ਬਣ ਸਕਦਾ, ਉਹ ਲੋਕ ਉਸ ਤੋਂ ਬਾਅਦ ਪੁੱਤ ਜੱਟਾਂ ਦੀ ਫਿਲਮ ਲਈ ਉਹ ਕਮਲਜੀਤ ਬੈਠਾ ਮੈਂ ਗਿਆ ਸੀ ਪਿੰਡ ਮੇਰੇ ਕੋਲ, ਕਹਿੰਦੇ ਜੀ ਫਿਲਮ ਮਿਲ ਗਈ ਮੈਨੂੰ, ਫਿਲਮ ਕਰ ਰਿਹਾ ਸੀ ਮੈਂ, ਫਿਰ ਉਹ ਫਿਲਮ ਕੀਤੀ। ਉਹ ਇਹ ਗੁੱਥੀਆਂ ਨਹੀਂ ਰਹਿੰਦੀਆਂ ਹੁੰਦੀਆਂ, ਪਰਮਾਤਮਾ ਦੀ ਮਿਹਰ ਜਿਹਦੇ 'ਤੇ ਹੁੰਦੀ ਹੈ ਉਹ ਮਿਹਰ ਬਣੀ ਰਹੇ ਅਤੇ ਸਾਡੀ ਫਿਲਮ ਨੂੰ ਦਰਸ਼ਕਾਂ ਦਾ ਭਰਨਾ ਹੰਗਾਰਾ ਵੇਲੇ, ਇਹ ਮੇਰੀ ਅਰਦਾਸ ਹੈ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਰਾਣੀ ਸਾਹਿਬ। ਜਿਵੇਂ ਟੀਜ਼ਰ ਦੇਖਿਆ, ਬਾਕੀ ਕਿਰਦਾਰਾਂ ਦੀ ਪਹਿਲੀ ਝਲਕ ਆਪਾਂ ਨੂੰ ਪੋਸਟਰ ਤੋਂ ਦੇਖਣ ਨੂੰ ਮਿਲੀ ਸੀਗੀ, ਓਬਵੀਅਸ ਜੀ ਗੱਲ ਹੈ, ਮਤਲਬ ਹਰੇਕ ਦੇ ਆਪਣੇ ਆਪਣੇ ਚੈਲੰਜ ਸਕਰੀਨ ਦੇ ਉੱਤੇ ਦਿਖਣਗੇ, ਉਹ ਬਾਅਦ ਦੀ ਗੱਲ ਹੈ, ਪਰ ਪੋਸਟਰ 'ਚ ਹੀ ਔਰ ਉਸ ਤੋਂ ਬਾਅਦ ਟੀਜ਼ਰ 'ਚ ਵੀ ਪਤਾ ਲੱਗਿਆ। ਔਰ ਜਦੋਂ ਤੁਹਾਡੇ ਕਿਰਦਾਰ ਦੀ ਗੱਲ ਆਈ, ਬਾਕੀਆਂ ਨਾਲੋਂ ਵੱਖਰਾ ਦੇਖਣ 'ਚ ਹੀ ਲੱਗ ਰਿਹਾ, ਅਤੇ ਉਸ ਤੋਂ ਇਲਾਵਾ ਜਿਵੇਂ ਤੁਸੀਂ ਵੀਲ ਚੇਅਰ 'ਤੇ ਹੋ ਇਹ ਚੈਲੰਜ, ਇਸ ਤੋਂ ਇਲਾਵਾ ਹੋਰ ਕਿਰਦਾਰ ਦੀ ਖਾਸੀਅਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਮਝਦਾ ਕਿ ਸਾਡੇ ਪੰਜਾਬੀ ਸਿਨੇਮਾ ਦਾ ਧੰਨ ਭਾਗ ਦਾ ਦਿਨ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਕਿ ਕਿਸੇ ਫਿਲਮ ਦਾ ਟੀਜ਼ਰ ਇਸ ਤਰ੍ਹਾਂ ਰਿਲੀਜ਼ ਹੋ ਰਿਹਾ, ਇਹ ਸਾਡੇ ਲਈ ਵੱਡੀ ਗੱਲ ਹੈ। ਬਿਲਕੁਲ ਜੀ, ਸਾਡੇ ਪਦਮ ਸ਼੍ਰੀ ਮੈਡਮ ਨਿਰਮਲੀ ਜੀ ਨੇ ਇੱਕ ਗੱਲ ਸਾਂਝੀ ਕੀਤੀ ਹੈ ਕਿ 2019 ਦੇ ਵਿੱਚ ਇੱਕ ਸਾਡੀ ਫਿਲਮ ਜਦੋਂ ਅਰਦਾਸ ਕਰਵਾਈ ਤਾਂ ਪੰਜਾਬੀ ਸਿਨੇਮੇ ਦਾ ਪਹਿਲਾ ਸਮਾਂ ਸੀ ਜਦੋਂ ਅਸੀਂ ਮਿਊਜ਼ਿਕ ਲਾਂਚ ਕੀਤਾ ਤਾਜ ਹੋਟਲ ਦੇ ਚੰਡੀਗੜ੍ਹ, ਅਤੇ ਬੰਬੇ ਤੋਂ ਵੀ ਲੋਕ ਨਾ ਆਏ, ਸੁਨਿਧੀ ਚੌਹਾਨ ਜਾਂ ਹੋਰ ਲੋਕ ਬੰਬੇ ਤੋਂ ਵੀ ਲੋਕ ਆਏ ਮਿਊਜ਼ਿਕ ਰਿਲੀਜ਼ ਕਰਨ ਲਈ। ਉਹ ਸਮਾਂ ਵੀ ਸਾਡੇ ਲਈ ਅਰਦਾਸ ਦੇ ਨਾਲ ਜੁੜਿਆ ਸਮਾਂ ਹੈ ਕਿ ਪੰਜਾਬੀ ਸਿਨੇਮੇ ਦਾ ਸਭ ਤੋਂ ਵੱਡਾ ਅਤੇ ਪਹਿਲਾ ਸਮਾਂ ਸੀਗਾ। ਮੈਂ ਅੱਜ ਇੱਕ ਇਹ ਗੱਲ ਮਹਿਸੂਸ ਕਰਦਾ ਕਿ ਅਲੱਗ ਅਲੱਗ ਲੈਂਗੁਏਜ ਦਾ, ਅਲੱਗ ਅਲੱਗ ਜ਼ੁਬਾਨ ਦਾ ਜੋ ਸਿਨੇਮਾ ਬਣਦਾ, ਲੋਕ ਪ੍ਰਾਊਡ ਕਰਦੇ ਨੇ ਆਪਣੀ ਆਪਣੀ ਮਾਂ ਬੋਲੀ 'ਤੇ ਕਿ ਸਾਡੀ ਜ਼ੁਬਾਨ ਦਾ ਸਿਨੇਮਾ ਹੈ। ਕੋਈ ਬੰਦਾ ਕਹਿੰਦਾ ਕਿ ਸਾਡੇ ਕੋਲ ਇੱਕ ਵੱਡਾ ਮੇਕਰ ਰਾਜਾ ਮੌਲੀ ਹੈ, ਕੋਈ ਕਹਿੰਦਾ ਸਾਡੇ ਕੋਲ ਸੁਭਾਸ਼ ਕਈ ਵਰਗਾ ਸ਼ੋਮੈਨ ਹੈ, ਕੋਈ ਕਹਿੰਦਾ ਸਾਡੇ ਕੋਲ ਸੰਜੇ ਲੀਲਾ ਬੰਸਾਲੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਪ੍ਰਾਊਡ ਨਾ ਕਿ ਸਾਡੇ ਕੋਲ ਗਿੱਪੀ ਗਰੇਵਾਲ ਹੈ, ਸਾਡੇ ਕੋਲ ਹਿੰਬਲ ਮੋਸ਼ਨ ਹੈ। ਜਿਹੜਾ ਬੰਦਾ ਸਿਨੇਮੇ ਦੇ ਵਿੱਚ ਆ ਕੇ ਗਾਇਕੀ ਤੋਂ ਸਫ਼ਰ ਸ਼ੁਰੂ ਕਰਕੇ ਇੱਕ ਐਸਾ ਸੁਪਨਾ ਲੈਂਦਾ ਹੈ, ਅੱਜ ਸਾਡੇ ਕੋਲ ਕੁਮਾਰ ਮੰਗਲ ਪਾਠਕ ਜੀ ਵਰਗੇ ਜਿਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ, ਮੈਨੂੰ ਵੀ ਇਹਨਾਂ ਦੀ ਹਿੰਦੀ ਫਿਲਮ 'ਚ ਅਤਿਥੀ ਤੋਂ ਕੰਮ ਕਰਨ ਦਾ ਮੌਕਾ ਮਿਲਿਆ, ਜਿਹਨੇ ਵੱਡੀਆਂ ਵੱਡੀਆਂ ਫਿਲਮਾਂ ਬਣਾਈਆਂ, ਬੇਸ਼ੱਕ ਉਹ ਪੰਜਾਬ ਤੋਂ ਨੇ, ਅੱਜ ਸਾਡੇ ਪੰਜਾਬੀ ਸਿਨੇਮੇ ਦੀ ਕਿਸੇ ਕਾਨਫਰੰਸ ਬੈਠੇ ਨੇ, ਇਹ ਸਾਡੇ ਲਈ ਪ੍ਰਾਊਡ ਦੀ ਗੱਲ ਹੈ।
ਸਾਡੇ ਲਈ ਵੱਡੀ ਗੱਲ ਹੈ। ਇਹ ਗੱਲਾਂ ਤਾਂ ਹੋਈਆਂ ਜੇ ਸਾਡੇ ਮੇਕਰਸ ਨੇ ਚੰਗਾ ਸਿਨੇਮਾ ਸੋਚਿਆ, ਸਾਡੇ ਮੇਕਰ ਨੇ ਚੰਗਾ ਸਿਨੇਮਾ ਬਣਾਉਣ ਦੀ ਗੱਲ ਕੀਤੀ। ਹਰ ਬੰਦੇ ਦੀ ਆਪਣੀ ਇੱਕ ਮੁਹਾਰਤ ਹਾਸਲ ਹੁੰਦੀ ਹੈ। ਕੋਈ ਬੰਦਾ ਕਹਿੰਦਾ ਮੈਂ ਰੋਮਾਂਟਿਕ ਫਿਲਮ ਬਣਾਉਣਾ, ਪੰਮਾ ਜੀ ਜਿਹੜੀ ਫਿਲਮ ਮਸ਼ਹੂਰ ਹੋਏ, ਕੋਈ ਕਹਿੰਦਾ ਮੈਂ ਐਕਸ਼ਨ ਫਿਲਮ ਬਣਾਉਣਾ, ਕੋਈ ਕਹਿੰਦਾ ਮੈਂ ਫੈਮਿਲੀ ਫਿਲਮ ਬਣਾਉਣਾ, ਕਮੇਡੀ ਫਿਲਮ ਬਣਾਉਣਾ। ਪਰ ਹੰਬਲ ਮੋਸ਼ਨ ਹਰ ਤਰ੍ਹਾਂ ਦੀ ਫਿਲਮ ਬਣਾਉਂਦਾ। ਹੰਬਲ ਮੋਸ਼ਨ ਵਾਰਨਿੰਗ ਵੀ ਬਣਾਉਂਦਾ, ਹੰਬਲ ਮੋਸ਼ਨ ਅਰਦਾਸ ਵੀ ਬਣਾਉਂਦਾ, ਹੰਬਲ ਮੋਸ਼ਨ ਕੈਰੀਅਰ ਜੱਟਾ ਵੀ ਬਣਾਉਂਦਾ ਜਿਹੜੀ 100 ਕਰੋੜ ਨੂੰ ਪਾਰ ਕਰਦੀ ਹੈ। ਹੰਬਲ ਮੋਸ਼ਨ ਸਾਡੇ ਕੋਲ ਸਾਡੇ ਬੱਚਿਆਂ ਦੇ ਐਕਸਪ੍ਰੈਸ਼ਨ ਨੂੰ ਰੀਪ੍ਰਜੈਂਟ ਕਰਦੀ ਫਿਲਮ ਛਿੰਦਾ ਛਿੰਦਾ ਨੋ ਪਾਪਾ ਵੀ ਬਣਾਉਂਦਾ। ਸੋ ਇਸ ਕਰਕੇ ਸਾਨੂੰ ਵੈਰੀਏਸ਼ਨ ਦਾ ਸਿਨੇਮਾ ਚਾਹੀਦਾ। ਜਿਵੇਂ ਸਾਡੇ ਵੀਰ ਨੇ ਜੱਸੀ ਨੇ ਹੁਣ ਬੋਲਦੇ ਕਿਹਾ ਸੀ ਕਿ ਸਾਡੇ ਕੋਲ 70-80 ਫਿਲਮਾਂ ਬਣਦੀਆਂ, ਉਹ ਸਾਡੀਆਂ ਫਿਲਮਾਂ ਤਾਂ ਕਾਮਯਾਬ ਹੋਣਗੀਆਂ ਕਿਉਂਕਿ ਸਾਡੀ ਜਿਹੜੀ ਟੈਰੇਟਰੀ ਹੈ ਉਹ ਇਸ ਤਰ੍ਹਾਂ ਦੀ ਟੈਰੇਟਰੀ ਹੈ ਕਿ ਅਸੀਂ ਗਿਣਤੀ 'ਚ ਘੱਟ ਹਾਂ, ਪਰ ਅਸੀਂ ਵੈਰੀਏਸ਼ਨ ਦਾ ਸਿਨੇਮਾ ਜਦੋਂ ਲੈ ਕੇ ਆਵਾਂਗੇ ਉਦੋਂ ਸਿਨੇਮਾ ਕਾਮਯਾਬ ਹੋਊਗਾ। ਅਸੀਂ ਸਦਾ ਹੀ ਇੱਕੋ ਤਰ੍ਹਾਂ ਦੀਆਂ ਫਿਲਮਾਂ ਨਹੀਂ ਦੇਖ ਸਕਦੇ, ਸਦਾ ਹੀ ਅਸੀਂ ਕਮੇਡੀ ਨਹੀਂ ਦੇਖ ਸਕਦੇ, ਸਦਾ ਹੀ ਅਸੀਂ ਐਕਸ਼ਨ ਨਹੀਂ ਦੇਖ ਸਕਦੇ, ਸਦਾ ਹੀ ਅਸੀਂ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ। ਸੋ ਇਸ ਕਰਕੇ ਸਾਡੇ ਕੋਲ ਜੈਸਮੀਨ ਬੈਠੀ ਹੈ, ਮੈਂ ਕਹਿੰਦਾ ਵੀ ਗਿੱਪੀ ਗਰੇਵਾਲ ਹੋਣ ਦੀ ਮਿਹਰਬਾਨੀ ਹੈ ਕਿ ਉੱਥੋਂ ਚੱਕ ਕੇ ਕਿੱਥੋਂ ਲੋਕਾਂ ਨੂੰ ਸਾਡੇ ਸਿਨੇਮੇ ਨੂੰ ਵੱਡਾ ਕਰਨ ਲਈ ਕਿੱਥੋਂ ਕਿੱਥੋਂ ਲੋਕ ਪੈਦਾ ਕੀਤੇ। ਸਾਡੇ ਆਪਣੇ ਪੰਮੇ ਨੂੰ, ਸਾਡੇ ਵੀਰ ਪ੍ਰਿੰਸ ਨੂੰ ਕਿੰਨਾ ਚਿਰ ਥੀਏਟਰ ਵਿੱਚ ਲੱਗ ਗਿਆ, ਕਿੰਨਾ ਚਿਰ ਫਿਲਮਾਂ 'ਚ ਵੀ ਆਇਆ, ਸੀਰੀਅਲ ਵੀ ਬਣਾਏ, ਆਪ ਵੀ ਫਿਲਮਾਂ ਲਿਖੀਆਂ, ਪਰ ਕੋਈ ਪਾਰਖੂ ਅੱਖ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੂੰ ਪਛਾਣਦੀ ਹੈ ਕਿ ਤੂੰ ਯਾਰ ਇਸ ਕੰਮ ਲਈ ਬਣਿਆ ਇੱਥੇ ਆ। ਮੈਨੂੰ ਇਸ ਕਰਕੇ ਵੱਡੀਆਂ ਚੀਜ਼ਾਂ ਨੇ, ਸਿਨੇਮਾ ਉਦੋਂ ਵੱਡਾ ਹੁੰਦਾ ਜਦੋਂ ਸਾਡੀ ਫੈਮਿਲੀ ਸਿਨੇਮੇ ਨਾਲ ਜੁੜਦੀ ਹੈ। ਮੈਨੂੰ ਯਾਦ ਹੈ ਜਿਵੇਂ ਤੁਸੀਂ ਮੇਰਾ ਸਵਾਲ ਹੈ, ਮੈਂ ਸਵਾਲ 'ਤੇ ਆਉਣ ਲੱਗੇ, ਭਾਜੀ ਤੁਸੀਂ ਸਵਾਲ ਕੀਤਾ ਕਿੰਨਾ ਔਖਾ ਸੀ। ਮੈਨੂੰ ਲੱਗਦਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਵੀ ਨੇ, ਸੁੱਖ ਵੀ ਨੇ, ਤਕਲੀਫਾਂ ਵੀ ਨੇ, ਬਹੁਤ ਕੁਛ ਹੈ। ਪਰ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਜਿੰਨੀਆਂ ਤਕਲੀਫਾਂ ਨੇ ਉਹ ਇਕੱਲੀ ਇਕੱਲੀ ਤਕਲੀਫ ਗਿੱਪੀ ਬਾਈ ਹੋਰਾਂ ਨੇ ਸੋਚਿਆ ਹੋਇਆ ਵੀ ਇਕੱਲੀ ਇਕੱਲੀ ਅਰਦਾਸ 'ਚ ਕੱਟ ਦੇਣੀ ਹੈ। ਪਹਿਲੀ ਅਰਦਾਸ ਜਦੋਂ ਸ਼ੁਰੂ ਹੋਈ ਤਾਂ ਮੈਂ ਪਹਿਲੀ ਵਾਰ ਉਹਨਾਂ ਦੇ ਰੂਬਰੂ ਹੋਇਆ ਸੀ, ਇੱਕ ਗੀਤ ਕੀਤਾ ਸੀ ਉਹਨਾਂ ਦੇ ਨਾਲ, ਵਕਤ ਪਾ ਦੇਵਾਂਗੇ ਜ਼ਾਲਮ ਸਰਕਾਰਾਂ ਨੂੰ। ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਬੁਲਾ ਕੇ, ਮੈਨੂੰ ਕਹਿੰਦੇ ਰੌਣੀ ਸਾਹਿਬ ਤੁਹਾਡਾ ਰੋਲ ਫਿਲਮ 'ਚ ਬਹੁਤ ਲੰਬਾ ਹੈ। ਮੈਂ ਕਿਹਾ ਜੀ ਤਾਂ ਬਹੁਤ ਚੰਗੀ ਗੱਲ ਹੈ। ਕਹਿੰਦੇ ਪਰ ਇੱਕ ਗੱਲ ਹੈ ਕਿ ਤੁਹਾਡਾ ਡਾਇਲੋਗ ਕੋਈ ਨਹੀਂ। ਅੱਛਾ, ਮੈਂ 2 ਸਕਿੰਟ ਲਈ ਚੁੱਪ ਕਰ ਗਿਆ। ਕਹਿੰਦੇ ਵੀ ਕਰਨਾ ਕਿ ਨਹੀਂ ਕਰਨਾ। ਮੈਂ 2 ਸਕਿੰਟ ਦਾ ਪੌਜ਼ ਲਿਆ ਵੀ ਮੈਨੂੰ ਮੈਨੂੰ ਜਿਹੜੀ ਅੱਗੇ ਅਗਲੀ ਗੱਲ ਉਹਨੇ ਕਹੀ ਮੈਨੂੰ ਅੱਜ ਵੀ ਯਾਦ ਹੈ, ਮੈਂ ਬਹੁਤ ਸਾਰੇ ਇੰਟਰਵਿਊ 'ਚ ਬੋਲਿਆ। ਮੈਨੂੰ ਕਹਿੰਦੇ ਇਹ ਨਾ ਸੋਚਿਓ ਵੀ ਜੇ ਤੁਸੀਂ ਨਾ ਕਰਤੀ ਅਸੀਂ ਕਿਸੇ ਹੋਰ ਤੋਂ ਰੋਲ ਕਰਾਵਾਂਗੇ, ਅਸੀਂ ਟਰੈਕ ਹੀ ਕਰ ਦੇਣਾ ਫਿਲਮ 'ਚੋਂ। ਮੈਂ ਕਿਹਾ ਯਾਰ ਤੁਸੀਂ ਮੇਰੇ 'ਤੇ ਇੰਨਾ ਵਿਸ਼ਵਾਸ ਕੀਤਾ ਵੀ ਉਹ ਬੰਦਾ ਕੰਮ ਕਰੂਗਾ, ਮੈਂ ਕਰੂੰਗਾ। ਜਿਸ ਦਿਨ ਫਿਲਮ ਸ਼ੁਰੂ ਹੋਈ, ਪਹਿਲੀ ਅਰਦਾਸ 16 ਦੀ ਗੱਲ ਹੈ, ਜਦੋਂ ਸ਼ੁਰੂ ਹੋਈ ਫਿਲਮ ਉਹ ਸ਼ਾਇਦ 15 ਸ਼ੂਟ ਹੋਈ ਸੀ, 15 ਸ਼ੁਰੂ ਹੋਈ ਅਤੇ ਮੈਂ ਵੀ ਮੂਹਰਤ 'ਤੇ ਗਿਆ। ਮੇਰਾ ਕੰਮ 4-5 ਦਿਨ ਬਾਅਦ ਸ਼ੁਰੂ ਹੋਣਾ ਸੀ, ਪਰ ਮੈਂ ਉਹਦੇ ਇਹਨਾਂ ਨੂੰ ਬੇਨਤੀ ਕੀਤੀ ਜੀ ਵੀ ਤੁਸੀਂ ਜਿਹੜਾ ਮੈਨੂੰ ਕਰੈਕਟਰ ਸੁਣਾਇਆ ਹੈ ਵੀ ਉਹ ਜਿਹੜਾ ਮੇਰਾ ਪਾਰਟਨਰ ਨਾਲ ਦਾ ਮੈਨੂੰ ਮਿਲਾ ਦਿਓ ਮੜੇ ਉਹਦੇ ਨਾਲ। ਉਹ ਇਹਨਾਂ ਨੇ ਫਿਰ ਟੈਂਪੂ ਸੱਦ ਕੇ ਮੱਝ ਬੁਲਾਈ ਅਤੇ ਮੈਂ ਉਸੇ ਦਿਨ ਤੋਂ ਉਹਦੇ ਨਾਲ ਪ੍ਰੈਕਟਿਸ ਸ਼ੁਰੂ ਕੀਤੀ। ਮੈਂ ਤੁਹਾਨੂੰ ਉਹ ਗੱਲ ਦੱਸਦਾ ਕਿ ਕਰੈਕਟਰ ਹਾਈਲਾਈਟ ਕਿਵੇਂ ਹੁੰਦਾ। ਮੈਂ ਜਿੰਨੀ ਵਾਰ ਕੈਨੇਡਾ ਗਿਆ ਜੀ, ਇੱਕ ਮਿੰਟ ਭਾਅ ਜੀ, ਮੈਨੂੰ ਉਹ ਕਹਿੰਦੇ ਡਾਇਲੋਗ ਦੇ ਦਿਓ, ਮੇਰੇ ਟੀਮ ਵਾਲੇ ਕਹਿੰਦੇ ਭਾਅ ਜੀ ਡਾਇਲੋਗ ਕੀ ਦੇਣਾ, ਮੈਂ ਖਾਲੀ ਕਾਗਜ਼ ਦਿਆ ਜਾ ਕੇ ਨਹੀਂ ਸੀ ਕੋਈ। ਮੈਂ ਜਿੰਨੀ ਵਾਰ ਜੀ ਅਦਰ ਕੰਟਰੀ 'ਚ ਗਿਆ ਉਸ ਫਿਲਮ ਤੋਂ ਬਾਅਦ, ਤਾਂ ਉੱਥੇ ਰੇਡੀਓ ਜਦ ਚੱਲਦਾ, ਰੇਡੀਓ 'ਤੇ ਜਦੋਂ ਇੰਟਰਵਿਊ ਹੁੰਦੀ ਹੈ ਤਾਂ ਉਹ ਰੇਡੀਓ ਵਾਲਾ ਐਂਕਰ ਇਹ ਬੋਲਦਾ, ਲਓ ਜੀ ਸਾਡੇ ਸਟੂਡੀਓ 'ਚ ਅੱਜ ਆਏ ਹੋਏ ਨੇ ਉਹ ਬੰਦੇ ਜਿਹਨਾਂ ਨਾਲ ਤੁਹਾਡੀ ਅਸੀਂ ਤਾਰੁਫ ਕਰਾਉਣ ਲੱਗੇ ਹਾਂ, ਇੰਟਰਵਿਊ ਕਰਾਉਣ ਲੱਗੇ ਹਾਂ, ਉਹ ਹੈ ਬਫੈਲੋ ਮੈਨ। ਮੈਂ ਉਹਨੂੰ ਕਿਹਾ ਯਾਰ ਮੈਂ ਤਾਂ ਕੱਲ੍ਹ ਨੂੰ ਕਿਸੇ ਊਂਠ 'ਤੇ ਬਹਿ ਜੂੰਗਾ, ਫਿਰ ਤੁਸੀਂ ਕੀ ਕਹੋਗੇ, ਕੱਲ੍ਹ ਨੂੰ ਕਿਸੇ ਹਾਥੀ 'ਤੇ ਬਹਿਣ ਦਾ ਵੱਲ ਮਿਲ ਜੂਗਾ। ਸੋ ਇਸ ਤਰ੍ਹਾਂ ਉਹ ਫਿਲਮ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ ਜੀ ਮੇਰੇ ਨਾਲ, ਮੈਨੂੰ ਲੱਗਦਾ ਉਹ ਫਿਲਮ 'ਚ ਮੇਰੇ ਕਾਫੀ ਦੁੱਖ ਕੱਟੇ ਗਏ। ਹੋ ਸਕਦਾ ਜ਼ਿੰਦਗੀ 'ਚ ਅੱਗੇ ਜਾ ਕੇ ਬੋਲੇ ਹੋਣ ਦਾ ਕੰਮ ਹੋਵੇ, ਨਾਮ ਘੱਟ ਬੋਲਣਾ, ਉਹ ਫਿਲਮ 'ਚ ਕੱਟਿਆ ਗਿਆ। ਅਤੇ ਅਗਲੀ ਫਿਲਮ ਜਿਹੜੀ ਉਹ ਅਰਦਾਸ ਕਰਾਂ ਜਦੋਂ ਆਉਂਦੀ ਹੈ
ਉਹ ਸੱਚੀ ਮੁੱਚੀ ਅਰਦਾਸ ਭਾਗਾਂ ਦੀ ਗੱਲ ਹੈ। ਮੈਨੂੰ ਤਾਂ ਦੋ ਸੀਨਾਂ ਲਈ ਬੁਲਾਇਆ ਸੀ ਇਹਨਾਂ ਨੇ ਅਤੇ ਮੈਨੂੰ ਉੱਥੇ ਜਾ ਕੇ ਦੱਸਿਆ ਕਿ ਤੁਸੀਂ ਨਹੀਂ ਤੁਸੀਂ ਰਹਿਣ ਦਿਓ ਤੁਸੀਂ ਆਹ ਰੋਲ ਨਹੀਂ ਕਰਨਾ ਤੁਸੀਂ ਹੁਣ ਹੋਰ ਰੋਲ ਕਰੋਗੇ। ਸੋ ਜਿੰਨਾ ਕੁ ਬੰਦਾ ਹਾਲਾਤ ਦੇ ਹੱਥੋਂ ਫਰਸਟਰਡ ਹੁੰਦਾ ਜਾਂ ਇਹ ਕਹੀਏ ਕਿ ਜਨਰੇਸ਼ਨ ਗੈਪ ਦੇ ਵਿੱਚ ਜਿੰਨਾ ਕੁ ਬੰਦਾ ਪਿਸਦਾ ਬਜ਼ੁਰਗ ਬੰਦਾ ਉਨਾ ਕੁ ਮੈਂ ਅਰਦਾਸ ਕਰਾਂ 'ਚ ਪਿਸ ਲਿਆ। ਸੋ ਅਗਲੀ ਗੱਲ ਇਸ ਫਿਲਮ 'ਚ ਆਈ ਹੈ, ਇਸ ਫਿਲਮ 'ਤੇ ਹੋ ਸਕਦਾ ਸੀ ਵੀ ਹੋਰ ਥੋੜ੍ਹਾ ਵੱਡੇ ਹੋ ਕੇ ਗੋਡੇ ਗਾਡੇ ਜਵਾਬ ਦੇਣ, ਉਹ ਵੀਲਚੇਅਰ ਵਾਲਾ ਕੰਮ ਵੀ ਇੱਥੇ ਨਿਬੇੜ ਲਿਆ ਆਪਾਂ ਨੇ। ਸੋ ਇਸ ਕਰਕੇ ਮੇਰੇ ਲਈ ਇਹ ਫਿਲਮ ਇਹਦੇ ਸੀਰੀਜ਼ ਬਹੁਤ ਵੱਡੀ ਹੈ, ਸਿਰਫ ਸਾਡੇ ਲਈ ਨਹੀਂ ਜਿਹਨੇ ਅਸੀਂ ਬੰਦੇ ਬੈਠੇ ਹਾਂ, ਸਭ ਨੇ ਕਿਹਾ ਕਿ ਸਾਡੇ ਲਈ ਅਰਦਾਸ ਇੱਦਾਂ ਸਾਡੇ ਲਈ ਵੱਡੀ ਗੱਲ ਹੈ। ਮੈਂ ਕਹੂੰਗਾ ਕਿ ਪੰਜਾਬੀ ਸਿਨੇਮੇ ਲਈ ਵੱਡੀ ਗੱਲ ਹੈ ਜੀ, ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ, ਜਦੋਂ ਬੰਦਾ ਇਹ ਸੋਚਦਾ ਕਿ ਮੇਰੀ ਫਿਲਮ, ਹਰ ਪ੍ਰੋਡਿਊਸਰ ਮੰਗਲ ਸਾਹਿਬ ਇਹ ਸੋਚਦਾ ਕਿ ਮੇਰੀ ਫਿਲਮ ਸਸਤੇ 'ਚ ਬਣ ਜਾਣੀ ਚਾਹੀਦੀ ਹੈ, ਮੈਂ ਘੱਟ ਰੋਕੜਾ ਲਾ ਕੇ ਵੱਧ ਪੈਸੇ ਕਮਾਉਣੇ ਹੁੰਦੇ ਨੇ, ਇਹ ਐਕਸਪੀਰੀਅੰਸ ਹੁੰਦਾ ਬਿਜ਼ਨਸ ਦਾ ਜੀ। ਪਰ ਮੈਂ ਇਹ ਦੇਖਿਆ ਜਿੰਨੀਆਂ ਅਸੀਂ ਤਿੰਨੇ ਅਰਦਾਸਾਂ ਬਣਾਈਆਂ ਉਹਨਾਂ ਦੇ ਵਿੱਚ, ਤਿੰਨਾਂ ਫਿਲਮਾਂ ਦੇ ਵਿੱਚ ਇੱਕ ਗੱਲ ਅਸੀਂ ਦੇਖਦੇ ਰਹੇ ਵੀ ਨਹੀਂ ਯਾਰ ਕੰਪਰੋਮਾਈਜ਼ ਕੋਈ ਨਹੀਂ, ਫਿਲਮ ਬਣਾਉਣ ਲੱਗੇ ਹਾਂ, ਇਹ ਫਿਲਮ ਇੱਕ ਵਾਰ ਬਣਨੀ ਹੈ। ਇੱਕੋ ਇੱਕ ਮੇਕਰ ਸਾਡੇ ਕੋਲ ਪੰਜਾਬੀ ਦਾ ਜਿਹਨੇ, ਜਿੰਨਾ ਕੁ ਸਾਡਾ ਐਕਸਪੀਰੀਅੰਸ 28-30 ਸਾਲਾਂ ਦਾ, ਜਿਹਨੇ ਇਹ ਗੱਲ ਕਹੀ ਕਿ ਮੈਂ ਹੋਰ 500 ਫਿਲਮਾਂ ਤਾਂ ਬਣਾ ਲੂੰਗਾ ਪਰ ਇਹ ਫਿਲਮ ਅੱਜ ਹੀ ਬਣਨੀ ਹੈ ਤੋਂ ਬਾਅਦ ਬਣਨੀ ਹੈ। ਭਾਜੀ ਬਿਲਕੁਲ ਸਹੀ ਬੋਲਾ ਆਪਣੇ, ਖਰਚੇ ਕੇ ਮਾਮਲੇ ਉਹ ਸੋਚਤੇ ਹੀ ਨਹੀਂ ਹੈ, ਉਨਕੋ ਜਿਤਨਾ ਖੁਦ ਕਾ ਖਰਚਾ ਕਰਤੇ ਹੈ ਵੋ ਇਨਕੋ ਇਨਕੋ ਬੜੀ ਅੱਛੀ ਤਰ੍ਹਾਂ ਸੇ ਪਤਾ ਹੈ। ਮੈਂ ਵਿਨੋਦ ਜੀ ਔਰ ਗਿੱਪੀ ਭਾਜੀ ਸੇ ਬੋਲਤਾ ਹੂੰ, ਭਾਜੀ ਕੁਛ ਹਟ ਕੇ ਕਰਤੇ ਹੈ, ਕੁਛ ਹਟ ਕੇ ਕਰਤੇ ਹੈ। ਭਾਜੀ ਮੈਂ ਇੱਕ ਗੱਲ ਦੱਸਦਾ ਤੁਹਾਨੂੰ, ਆਪਾਂ ਮਿਹਨਤ ਕਰ ਸਕਦੇ ਹਾਂ ਪਰ ਜਿਹੜੀ ਚੀਜ਼ ਪੈਸੇ ਨਾਲ ਬਣਨੀ ਹੈ ਨਾ ਉਹਦਾ ਕੋਈ ਉਹ ਤੋੜ ਨਹੀਂ। ਕਿਉਂਕਿ ਜਦੋਂ ਅਸੀਂ ਜਾਣਾ ਸੀ ਮੈਨੂੰ ਯਾਦ ਆ ਹਜ਼ੂਰ ਸਾਹਿਬ ਅੱਲੀ ਨੂੰ, ਕਿਉਂਕਿ ਸਾਰੇ ਕੋਈ ਹਰ ਬੰਦੇ ਦੀ ਅਲੱਗ ਅਲੱਗ ਏਜ ਆ, ਜਿੰਨਾ ਮੈਂ ਭੱਜ ਨੱਠ ਸਕਦਾ ਹੋ ਸਕਦਾ ਰੌਣੀ ਸਾਹਿਬ ਉਹਨਾਂ ਨਾਲ ਭੱਜ ਨੱਠ ਸਕਦੇ ਹੁਣ, ਮੈਮ ਉਹਨਾਂ ਨਾਲ ਭੱਜ ਨੱਠ ਸਕਦੇ ਹੁਣ, ਹਰ ਬੰਦੇ ਦਾ ਕੰਫਰਟ। ਮੈਨੂੰ ਐਂ ਹੁੰਦਾ ਵਾ ਜਦੋਂ ਐਕਟਰ ਸੈੱਟ 'ਤੇ ਆ ਨਾ ਬਸ ਉਹ ਕਿਰਦਾਰ ਬਾਰੇ ਹੀ ਸੋਚੇ, ਇਹ ਨਾ ਉਹਦੀ ਪਰਸਨਲ ਜ਼ਿੰਦਗੀ 'ਚ ਕੀ ਚੱਲਦਾ, ਉਹਨੂੰ ਟੈਨਸ਼ਨ ਤਾਂ ਇਹ ਪਈ ਪਈ ਆ ਵੀ ਯਾਰ ਮੇਰੇ ਤਾਂ ਪਾਣੀ ਨਹੀਂ ਆਉਂਦਾ ਗੀਜ਼ਰ 'ਚ, ਮੈਨੂੰ ਕਮਰਾ ਮਾੜਾ ਦਿੱਤਾ, ਮੇਰੀ ਆਹ ਚੀਜ਼ ਆ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਦੂਸਰਾ ਮੈਨੂੰ ਐਂ ਲੱਗਦਾ ਵੈਸੇ ਵੀ ਕਿ ਖਾਸ ਕਰਕੇ ਜਿਹੜੇ ਕਰੈਕਟਰ ਇਸ ਟਾਈਮ ਜਿਹੜੇ ਬੈਠੇ ਨੇ ਸਾਰੇ ਦੇ ਸਾਰੇ ਐਕਟਰ, ਇਹਨਾਂ ਦਾ ਉਹ ਵਕਤ ਲੰਘ ਗਿਆ, ਹੁਣ ਇਹ ਰਿਲੈਕਸ ਹੋ ਕੇ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਮਜ਼ੇ ਨਾਲ ਕਿ ਯਾਰ ਇਹਨਾਂ ਦੀ ਕਲਾ ਸਾਹਮਣੇ ਆਵੇ, ਔਰ ਇਹ ਫਿਲਮ ਆਪਾਂ ਬਣਾਉਣੀ ਉਸ ਕੰਮ ਦੇ ਲਈ ਆ। ਵੱਡੀ ਗੱਲ ਇਹ ਸੀ ਜੀ, ਮੈਂ ਬਸ ਇੱਕ ਗੱਲ ਕਹਿ ਖਤਮ ਕਰਨ ਲੱਗਿਆ, ਜਦੋਂ ਅਸੀਂ ਅਰਦਾਸ ਕਰਾਂ ਕਰ ਰਹੇ ਸੀ ਤਾਂ ਰਾਣਾ ਜੰਗ ਬਹਾਦਰ ਜੀ ਅਤੇ ਸਰਦਾਰ ਸੋਹਲ ਸਿੰਘ ਸਾਡੇ ਸੀਨੀਅਰ ਨੇ, ਸਾਡੀ ਤਿੰਨਾਂ ਦੀ ਦੋਸਤੀ ਹੈ ਜੀ ਅਤੇ ਇਕੱਠੇ ਅਸੀਂ ਰਹੇ, ਇੱਕ ਦੋ ਵਾਰ ਮੈਨੂੰ ਸੋਹਲ ਸਾਹਿਬ ਨੇ ਕਿਹਾ ਕਿ ਆਪਾਂ ਯਾਰ ਗਿੱਪੀ ਨੂੰ ਗੱਲ ਕਹਿਣੀ ਹੈ, ਮੈਂ ਕਿਹਾ ਜੀ ਕੀ ਕਹਿਣਾ, ਕਹਿੰਦਾ ਯਾਰ ਆਪਾਂ ਤਿੰਨੇ ਤਾਂ ਹੁੰਦੇ ਹਾਂ ਐਡੇ ਐਡੇ ਹੋਟਲ ਦੇ ਰੂਮ ਲੈਣ ਦਾ ਕੀ ਫਾਇਦਾ, ਇੱਕ ਰੂਮ 'ਚ ਆਪਾਂ ਪੈਦਾ ਕਰਾਂਗੇ। ਉਹ ਕਹਿੰਦੇ ਨਹੀਂ ਭਾਈ ਇਹ ਤੁਹਾਨੂੰ ਇੱਦਾਂ ਹੀ ਰੱਖਣਾ ਅਤੇ ਤੁਸੀਂ ਨਾਲ ਨਾਲ ਇਕੱਠੇ ਰਹਿਣਾ ਅਤੇ ਅਸੀਂ ਇੱਕ ਮੀਟਿੰਗਾਂ 'ਚ। ਸੋਹੀ ਸਾਹਿਬ ਨੇ ਮੈਨੂੰ ਇੱਕ ਗੱਲ ਹੋਰ ਵੀ ਕਹੀ ਸੀਗੀ ਜੇ ਸੋਹੀ ਸਾਹਿਬ ਨੂੰ ਯਾਦ ਹੋਵੇ, ਉਹ ਤੁਸੀਂ ਸੁਣਾ ਸਕਦੇ ਹੋ। ਅੱਛਾ ਜੀ, ਮੈਨੂੰ ਯਾਦ ਆ ਕੈਨੇਡਾ ਦੇ ਵਿੱਚ ਸੀਗੇ ਅਤੇ ਇਹ ਸਮੁੰਦਰ ਦੇ ਕੰਢੇ 'ਤੇ ਖੜ੍ਹੇ, ਪਤਾ ਨਹੀਂ ਰਾਣਾ ਜੰਗ ਬਹਾਦਰ ਜੀ ਨੇ ਸੋਹੀ ਸਾਹਿਬ ਨੂੰ ਕੀ ਆਇਆ, ਮੇਰੇ ਕੋਲ ਆਏ ਮੈਨੂੰ ਕਹਿੰਦੇ ਇਹਨੂੰ ਸਾਲੇ ਨੂੰ ਕਿਸੇ ਤਰੀਕੇ ਨਾਲ ਸਮੁੰਦਰ 'ਚ ਨਹੀਂ ਸਿੱਟ ਸਕਦੇ ਆਪਾਂ। ਸੋ ਉਹ ਫਿਲਮ ਦੇ ਵਿੱਚ ਇੱਕ ਕਮਾਲ ਦੀ ਗੱਲ ਹੈ, ਅਸੀਂ ਜਿਹੜਾ 30-31 ਦਿਨ ਸ਼ੂਟ ਕੀਤਾ ਉੱਥੇ ਤਾਂ ਸੋਹੀ ਸਾਹਿਬ ਇੱਕ ਗੱਲ ਬੋਲਿਆ ਕਰਦੇ ਸੀ, ਕਹਿੰਦਾ ਜਦੋਂ ਕੋਈ ਬੰਦਾ ਆਪਾਂ ਨੂੰ ਮਿਲਦਾ ਉਹ ਬੰਦਾ ਕਹਿੰਦਾ ਜੀ ਮੈਂ ਬੰਬੇ ਤੋਂ ਆਇਆ ਮੈਂ ਬੰਬੇ ਵਾਸੀ ਹਾਂ, ਕੋਈ ਬੰਦਾ ਕਹਿੰਦਾ ਮੈਂ ਕੈਨੇਡਾ ਤੋਂ ਆਇਆ ਮੈਂ ਕੈਨੇਡਾ ਵਾਸੀ ਹਾਂ, ਮੈਂ ਅਮਰੀਕਾ ਵਾਸੀ ਹਾਂ, ਮੈਂ ਆਸਟ੍ਰੇਲੀਆ ਵਾਸੀ ਹਾਂ। ਕਹਿੰਦੇ ਯਾਰ ਐਂ ਲੱਗਦਾ ਜਿਹੜੇ ਆਹ ਦਿਨ ਆਪਾਂ ਕੱਟੇ ਨੇ ਇਹ ਸੁਰਗਾਂ 'ਚ ਕੱਟੇ ਨੇ, ਆਪਾਂ ਤਾਂ ਸੁਰਗਵਾਸੀ ਲੱਗਦੇ ਹਾਂ। ਸੋ ਸਾਡੇ ਲਈ ਬਲੈਸ ਹੈਗਾ ਜੀ, ਬਹੁਤ ਵੱਡੀ ਫਿਲਮ ਹੈ ਜੀ ਇਹ ਪੰਜਾਬੀ ਸਿਨੇਮੇ ਲਈ, ਜਿੰਨੀਆਂ ਫਰੈਂਚਾਈਜ਼ ਅੱਜ
ਇਸ ਪ੍ਰੋਡਕਸ਼ਨ ਹਾਊਸ ਕੋਲ ਨੇ, ਹਿੰਦੀ ਮੋਸ਼ਨ ਕੋਲ ਨੇ, ਇਸੇ ਕਰਕੇ ਨੇ ਕਿ ਜਦੋਂ ਫਿਲਮ ਬਣਾਉਂਦੇ ਨੇ ਤਾਂ ਫਿਲਮ ਨੂੰ ਵਧੀਆ ਤਰੀਕੇ ਨਾਲ ਬਣਾਉਂਦੇ ਨੇ। ਸਾਨੂੰ ਹਮੇਸ਼ਾ ਮਹਿਸੂਸ ਕਰਾਇਆ ਜਿਵੇਂ ਟੀਮ ਨੇ ਕਿ ਅਸੀਂ ਇੱਕ ਫੈਮਿਲੀ ਦੇ ਵਿੱਚ ਰਹਿ ਰਹੇ ਹਾਂ, ਅਸੀਂ ਇਕੱਠੇ ਰਹਿ ਰਹੇ ਹਾਂ, ਚਾਹੇ ਉਹ ਅਰਦਾਸ ਕਰਨ ਦੀ ਗੱਲ ਹੋਵੇ, ਚਾਹੇ ਅਰਦਾਸ ਦੀ ਗੱਲ ਹੋਵੇ, ਚਾਹੇ ਸਾਡੀ ਇਸ ਅਰਦਾਸ ਰੱਬ ਦੇ ਭਲੇ ਦੀ ਗੱਲ ਹੋਵੇ। ਜਿੰਨੀ ਜਿੰਨੀ ਜਗ੍ਹਾ ਵੀ ਗਏ, ਇਹੀ ਇੱਕ ਫੀਲ ਹੋਇਆ ਕਿ ਸਿਨੇਮਾ ਦੇ ਵਿੱਚ ਕੰਮ ਕਰਨ ਵਾਲੇ ਲੋਕ, ਚਾਹੇ ਉਹ ਟੈਕਨੀਸ਼ੀਅਨਸ ਨੇ, ਚਾਹੇ ਐਕਟਰਸ ਨੇ, ਇੱਕ ਫੈਮਿਲੀ ਹੈ, ਉਹ ਫੈਮਿਲੀ ਲੈ ਕੇ ਫਿਲਮ ਬਣਾ ਰਹੇ ਹਾਂ। ਸੋ ਮੇਰਾ ਬੜਾ ਅੱਛਾ ਐਕਸਪੀਰੀਅੰਸ ਹੈ ਲਾਈਫ ਦੀਆਂ, ਮੇਰੀ ਸਭ ਤੋਂ ਵੱਡੀ ਫਿਲਮ ਹੈ ਇਹ। ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਗੱਲਾਂ ਬਾਤਾਂ ਦਾ ਸਫ਼ਰ ਕਾਫੀ ਲੰਬਾ ਹੋ ਰਿਹਾ, ਇੱਕ ਗੱਲ ਕਰਨੀ ਬਣਦੀ ਜ਼ਰੂਰ ਹੈ। ਰਘਬੀਰ ਬੋਲੀਵੀਰਾ ਇਹਦੀ ਜ਼ਿੰਦਗੀ 'ਚ ਉਹ ਦਿਨ ਆਏ ਜਿਹੜਾ ਬੰਦਾ ਜਦੋਂ ਪ੍ਰੋਫੈਸ਼ਨ ਦੇ ਵਿੱਚ ਕਿਸੇ ਵੀ ਪ੍ਰੋਫੈਸ਼ਨ 'ਚ ਜੁੜਦਾ, ਉਹਦੀ ਖੁਆਇਸ਼ ਹੁੰਦੀ ਹੈ ਮੈਂ ਆਪਣੀ ਜ਼ਿੰਦਗੀ 'ਚ ਆਪਣਾ ਮਨਪਸੰਦ ਜਾਂ ਮੈਂ ਆਪਣੇ ਪੇਰੈਂਟਸ ਦੇ ਲਈ ਘਰ ਜ਼ਰੂਰ ਬਣਾਵਾਂ, ਵੱਡਾ ਹੋਵੇ, ਸ਼ਾਨਦਾਰ ਹੋਵੇ, ਘਰ ਬਣਾਇਆ ਰਘਬੀਰ ਬੋਲੀਵੀਰਾ ਨਾਲ। ਬਹੁਤ ਬਹੁਤ ਮੁਬਾਰਕਾਂ ਵੀ। ਇਸ ਮੁਕਾਮ ਦੇ ਪਿੱਛੇ ਅਰਦਾਸਾਂ ਦਾ ਕਿੰਨਾ ਕੁ ਰੋਲ ਹੈ? ਸਾਰਾ ਅਰਦਾਸਾਂ ਦਾ ਹੀ ਰੋਲ ਹੈ ਵੀਰੇ। ਮੈਂ ਜਦੋਂ ਨਿਕਲਿਆ ਸੀਗਾ ਨਾ ਪਿੰਡੋਂ 2003 'ਚ ਫਾਦਰ ਸਾਹਿਬ ਦੀ ਡੈਥ ਹੋਈ ਸੀ, ਤਾਂ ਕੁਛ ਦੇਖਦਾ ਨਹੀਂ ਸੀ ਅੱਗੇ, ਹੈ ਨਾ, ਵੀ ਕਿੱਧਰ ਨੂੰ ਜਾਣਾ, ਕਿਵੇਂ ਜਾਣਾ, ਕੀ ਕਰਨਾ। ਮੈਂ ਆਖਿਆ ਮੰਮੀ ਮੈਂ ਪੜ੍ਹਨਾ, ਉਹ ਕਹਿੰਦੇ ਮੇਰੇ ਕੋਲ ਉਨੇ ਪੈਸੇ ਨਹੀਂ, ਮੈਂ ਪੁੱਤ ਪੜ੍ਹਾ ਸਕਾਂ ਤੈਨੂੰ, ਤੂੰ ਕੋਈ ਕੰਮ ਸਿੱਖ ਲਾ। ਉਦੋਂ ਅਰਦਾਸ ਹੀ ਕਰੀ ਸੀ ਮਾਲਕ ਨੂੰ ਕਿ ਮੇਰਾ ਡੈਡੀ ਸੀਗੇ ਜਿਹੜੇ ਮੈਨੂੰ ਪਿੰਡ ਪਿੰਡ ਨਾ ਸਾਈਕਲ 'ਤੇ ਮੂਹਰੇ ਬਿਠਾ ਕੇ ਜਦੋਂ ਮੈਂ ਛੋਟਾ ਹੁੰਦਾ ਸੀ ਟੂਰਨਾਮੈਂਟਾਂ 'ਤੇ ਲੈ ਆਉਂਦੇ ਸੀਗੇ ਵੀ ਸਾਨੂੰ 5 ਮਿੰਟ ਦੇ ਦਿਉ, ਮੁੰਡੇ ਨੇ ਗਾਉਣਾ, ਇੱਦਾਂ ਦਾ ਕਰਦੇ ਨੇ। ਤਾਂ ਜਦੋਂ ਮੈਂ ਹੁਣ ਨਿਕਲਿਆ ਮੈਨੂੰ ਪਤਾ ਨਹੀਂ ਸੀ ਮੈਂ ਕਿੱਦਾਂ ਪੜ੍ਹਨਾ ਕਿੱਦਾਂ ਨਹੀਂ। ਮੈਂ ਸਕੂਲ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਿਆ, ਮਹਾਰਾਜ ਦੀ ਕਿਰਪਾ ਨਾਲ ਇਸ ਇੰਡਸਟਰੀ 'ਚ ਵੀ ਚਲੋ ਮੇਰਾ ਥੋੜ੍ਹਾ ਬਹੁਤਾ ਚੱਲਣ ਲੱਗ ਗਿਆ। ਅਤੇ ਇਸ 'ਚ ਹੀ ਆਪਣੀ ਜਿਹੜੀ ਮੇਰੀ ਕਿਰਤ ਹੈਗੀ ਇਹ 'ਚ ਕਰਕੇ ਮੇਰਾ ਇਹ ਸੀ, ਮੈਂ ਜਦੋਂ ਆਇਆ ਸੀ ਮੈਂ ਕੋਠਾ ਮੇਰਾ ਚੌਂਦਾ ਛੱਡ ਕੇ ਆਇਆ ਸੀ, ਘਰ ਸੀਗਾ ਜਿਹੜਾ, ਹੈ ਨਾ, ਬਾਲਿਆਂ ਵਾਲਾ ਜਿਵੇਂ ਆਪਣਾ ਹੁੰਦੇ ਹੈਗੇ। ਤਾਂ ਮੈਨੂੰ ਇਹੀ ਰਹਿੰਦਾ ਸੀਗਾ ਕਿ ਯਾਰ ਮੇਰੀ ਮੰਮੀ ਅਤੇ ਡੈਡੀ ਨੇ ਬਹੁਤ ਔਖਾ ਟਾਈਮ ਦੇਖਿਆ, ਮੈਂ ਉਹਨਾਂ ਨੂੰ ਕੋਈ ਠੰਡਾ ਹਵਾ ਦਾ ਬੁੱਲਾ ਦੇਵਾਂ ਜਿਹੜਾ ਉਹਨਾਂ ਨੂੰ ਖੁਸ਼ੀ ਹੋਵੇ ਕਿ ਮੇਰੇ ਪੁੱਤ ਨੇ ਕੁਛ ਕੀਤਾ, ਹੈ ਨਾ। ਤਾਂ ਉਹ ਹਰ ਇੱਕ ਹੀ ਕਰਦਾ ਗਾ। ਤਾਂ ਉਹ ਇਹ ਆ ਵੀ ਮੈਂ, ਮੇਰਾ ਸਾਰਾ ਪਰਿਵਾਰ ਬੈਠਾ ਇਹ 'ਚ, ਮੇਰੇ ਵੱਡੇ ਭਰਾ ਵੀ ਮਿਲੇ ਮੈਨੂੰ, ਮਾਮੇ ਅੜ ਗਏ ਮੈਨੂੰ, ਮੇਰੀਆਂ ਮਾਵਾਂ ਵੀ ਮਿਲੀਆਂ। ਕਈ ਵਾਰੀ ਮੈਂ ਜਦੋਂ ਕਿਤੇ ਤਿਆਰ ਹੋਇਆ ਨਾ, ਰੂਪੀ ਮਾਧੋਰੀ ਮੇਰੇ ਵੈਸੇ ਕਾਲਾ ਟਿੱਕਾ ਲਾ ਆਉਂਦੇ ਨੇ ਵੀ ਮੈਨੂੰ ਸਾਰੇ ਰਿਸ਼ਤੇ ਇੱਥੋਂ ਮਿਲੇ, ਹੈ ਨਾ। ਤਾਂ ਮੈਨੂੰ ਇਸ ਇੰਡਸਟਰੀ ਨੇ ਬਹੁਤ ਕੁਛ ਦਿੱਤਾ, ਮੈਨੂੰ ਨਾਮ ਦਿੱਤਾ, ਸਾਰਾ ਕੁਛ ਦਿੱਤਾ, ਜੋ ਵੀ ਮੈਂ ਤਿਲ ਫੁਲ ਕਮਾਉਣਾ। ਮੈਨੂੰ ਬਸ ਇਹ ਹੁੰਦਾ ਕਿ ਮੇਰੀ ਮਾਂ ਖੁਸ਼ ਰਹੇ, ਮੈਂ ਉਹਦੇ ਲਈ ਕੀ ਕਰ ਸਕਦਾ। ਬਿਲਕੁਲ ਸਾਰਾ ਕੁਛ ਅਰਦਾਸਾਂ ਦਾ, ਪਿੰਡ ਵਾਲਿਆਂ ਦੀਆਂ ਅਰਦਾਸਾਂ, ਦੋਸਤਾਂ ਦੀਆਂ ਅਰਦਾਸਾਂ, ਆਹ ਪਰਿਵਾਰ ਬੈਠਾ ਇਹ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ, ਤੁਸੀਂ ਲੋਕ ਸਾਰੇ। ਸੋ ਅਰਦਾਸਾਂ ਦਾ ਤਾਂ ਬਹੁਤ ਯੋਗਦਾਨ ਹੈ, ਮੇਰੀ ਜ਼ਿੰਦਗੀ 'ਚ ਤਾਂ ਬਹੁਤ ਹੀ ਜ਼ਿਆਦਾ, ਕਿਉਂਕਿ ਮੈਂ, ਮੇਰੀ ਔਕਾਤ ਇਹ ਨਹੀਂ ਸੀ ਨੀ, ਪਰ ਮਹਾਰਾਜ ਨੇ ਕਿਰਪਾ ਕੀਤੀ ਹੈ, ਸੋਹਣਾ ਕੰਮ ਬਖਸ਼ਿਆ ਅਤੇ ਆਪਣੀ ਮਿਹਨਤ ਨਾਲ ਹਰ ਇੱਕ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਵਿੱਚ ਵੀ ਜਿਹੜਾ ਕਿਰਦਾਰ ਹੈ, ਅਤੇ ਗਿੱਪੀ ਬਾਈ ਹੋਰੇ ਹਮੇਸ਼ਾ ਹੀ ਮੈਨੂੰ ਜਦੋਂ, ਮੈਂ ਬਸ ਜਲਦੀ ਖਤਮ ਕਰ ਦੂੰਗਾ, ਜ਼ਿਲ੍ਹਾ ਸੰਗਰੂਰ ਬਣਾਉਣੀ ਸੀ ਨਾ ਜਦੋਂ ਬਾਈ ਹੋਰਾਂ ਨੇ ਲਿਖੀ, ਤਾਂ ਕਹਿੰਦੇ ਬੋਲੀ ਤਰ੍ਹਾਂ ਹੁਣ ਤੱਕ ਦਾ ਬੈਸਟ ਹੋਊਗਾ, ਡਿਫਰੈਂਟ ਹੈ। ਮੈਂ ਕਿਹਾ ਠੀਕ ਹੈ ਜੀ, ਹੋਊਗੀ ਜੀ। ਚਲੋ ਆਇਆ, ਉਹਨੂੰ ਪਿਆਰ ਮਿਲਿਆ, ਸ਼ਾਲਾ ਨੇ ਗਰਧਾਰੀ ਲਾ ਲਏ, ਕਹਿੰਦਾ ਬੋਲੀ 'ਚ ਕਰੈਕਟਰ ਲਿਖਿਆ ਹੈਗਾ ਬਹੁਤ ਤਰੰਗੀ ਜਿਹਾ, ਵੀ ਭੰਗੀ ਦਾ ਹੈਗਾ, ਵੀ ਤੇਰਾ ਹੁਣ ਤੱਕ ਦਾ ਬੈਸਟ ਹੋਊਗਾ। ਅੱਛਾ, ਮੈਂ ਕਿਹਾ ਜੀ ਠੀਕ ਹੈ ਜੀ, ਚਲੋ ਐਂ। ਉਸ ਤੋਂ ਬਾਅਦ ਮਾਂ ਆ ਗਈ ਜੀ, ਕਹਿੰਦਾ ਬੋਲੀ ਜਿਹੜਾ ਇਹਦੇ ਵਿੱਚ ਰੋਲ ਆ ਨਾ, ਤੇਰਾ ਹੁਣ ਤੱਕ ਦਾ ਬੈਸਟ ਹੋਊਗਾ। ਅੱਛਾ, ਕੋਈ ਨਾ, ਮੈਂ ਕੋਸ਼ਿਸ਼ ਕਰੂੰਗਾ। ਵਾਰਨਿੰਗ ਆ ਗਈ, ਤੂੰ ਗੱਲ ਪੂਰੀ ਕਰ ਵੀ ਪਹਿਲਾਂ ਉਸ ਟਾਈਮ ਤੱਕ ਦਾ ਬੈਸਟ ਸੀ ਕਿ ਨਹੀਂ ਸੀ। ਬਿਲਕੁਲ ਬਾਈ, ਮੈਂ ਉਹੀ ਗੱਲ ਕਰਦਾ ਵੀ ਇਹਨਾਂ ਨੇ ਮੇਰੇ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਇਹ ਜਿਹੜੇ ਰੋਲ ਨੇ 'ਚ ਉਹ ਡਿਫਰੈਂਟ ਸੀਗੇ ਜਾਂ ਉਹ 'ਚ ਕੋਈ ਚੈਲੰਜ ਸੀਗਾ ਵੀ ਇਹ ਬੋਲੀ ਕਰ ਲਊਗਾ, ਤਾਂ ਮੈਨੂੰ ਹਰ ਵਾਰੀ ਇਹੀ ਕਹਿੰਦੇ ਤੇਰਾ ਬੈਸਟ ਹੋਊਗਾ, ਬੈਸਟ ਹੋਊਗਾ। ਤਾਂ ਮੇਰਾ ਉਹ ਸੱਚੀ ਬੈਸਟ ਹੋਇਆ,
ਜਿੰਨੇ ਮੇਰੇ ਰੋਲ ਜਿਨ੍ਹਾਂ ਦੀ ਮੈਂ ਗੱਲ ਕਰੀ ਆ ਵਾਰਨਿੰਗ 2 ਵਾਲਾ, ਇਹਦੇ ਵਿੱਚ ਇਹ 'ਚ ਬਹੁਤ ਕਮਾਲ ਦਾ ਰੋਲ ਆ, ਹੈ ਨਾ। ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ। ਸੋ ਥੈਂਕ ਯੂ ਬਾਈ, ਤੁਸੀਂ ਹਮੇਸ਼ਾ ਹੀ ਮਾਣ ਕਰਦੇ ਹੋ ਮੇਰੇ 'ਤੇ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ। ਮੰਮੀ ਹਰ ਸਾਲ ਹੀ ਕਰ ਸਕਦਾ। ਅਤੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ, ਜਿੱਦਾਂ ਭਾਅ ਜੀ ਨੇ ਦੱਸਿਆ ਕਿ ਅਰਦਾਸ ਦੀ ਕਿੰਨੀ ਪਾਵਰ ਆ। ਜਦੋਂ ਤੁਸੀਂ ਫਿਲਮ ਕਰ ਰਹੇ ਸੀਗੇ, ਤੁਹਾਨੂੰ ਲੱਗਿਆ ਕਦੇ ਇੱਦਾਂ ਵੀ ਯਾਰ ਇਹ ਜੋ ਗੁਰੂ ਮਹਾਰਾਜ ਦੀ ਕੋਈ ਕਲਾ ਵਰਤ ਰਹੀ ਆ, ਤੁਸੀਂ ਕੋਈ ਸੀਨ ਤੁਹਾਨੂੰ ਇੱਦਾਂ ਲੱਗਿਆ ਹੋਵੇ ਵੀ ਅਸੀਂ ਨਹੀਂ ਕਰ ਰਹੇ, ਗੁਰੂ ਮਹਾਰਾਜ ਆਪ ਹਾਜ਼ਰ ਨਾ ਚਾਹੁੰਦੇ ਕਿ ਉਹਨਾਂ ਦੀ ਕਲਾ ਵਰਤ ਰਹੀ ਆ? ਐਕਚੁਅਲੀ ਮੈਂ ਨਾ ਤੁਹਾਨੂੰ ਸੱਚੀ ਗੱਲ ਦੱਸਾਂ, ਜਿੱਦਾਂ ਪਹਿਲਾਂ ਹੈਪੀ ਨੇ ਕਹੀ ਸੀ ਗੱਲ ਨਾ ਕਿ ਜਦੋਂ ਇਸ ਫਿਲਮ ਦੇ ਗਾਣੇ ਲਿਖਦੇ ਆ ਉਹ, ਤਾਂ ਉਹ ਕਹਿੰਦਾ ਕਿ ਮੈਂ ਲਿਖਦਾ ਹੀ ਨਹੀਂ, ਅਤੇ ਸਭ ਤੋਂ ਛੇਤੀ ਫਟਾਫਟ ਲਿਖੇ ਜਾਂਦੇ ਨੇ ਜਿਵੇਂ ਆਪਣੇ ਆਪ ਹੀ ਲਿਖੋਗੇ। ਮੈਂ ਇਸ ਫਿਲਮ ਦੀ ਕਹਾਣੀ ਸਭ ਤੋਂ ਟਫ ਸੀ ਸਾਡੇ ਲਈ, ਜਿਹੜੀ ਇਸ ਫਿਲਮ ਦੀ ਆ। ਬਿਲੀਵ ਕਰਿਓ, ਮੈਂ ਬੈਠਾ ਘਰ ਅਤੇ ਮੈਂ ਬਲਜੀਤ ਭਾਅ ਜੀ ਨੂੰ ਕਿਹਾ, ਮੈਂ ਕਿਹਾ ਭਾਅ ਜੀ ਮੈਂ ਤਾਂ ਹੁਣ ਦੇਖਿਆ, ਮੈਂ ਕਿਹਾ ਯਾਰ 5 ਸਾਲ ਹੋ ਚੱਲੇ, ਆਪਾਂ ਤਾਂ ਹੁਣ ਅਰਦਾਸ ਕਰਾਂ ਬਣਾਵਾਂਗੇ ਤਾਂ 5 ਸਾਲਾਂ ਬਾਅਦ ਫਿਲਮ ਆਊਗੀ। ਮੈਂ ਕਿਹਾ ਯਾਰ ਬਹੁਤ ਟਾਈਮ ਹੋ ਗਿਆ, ਲੋਕ ਫੇਸਬੁੱਕ 'ਤੇ ਕਹਿ ਰਹੇ ਆ ਫਿਲਮ ਬਣਾਈਏ ਫਿਲਮ ਬਣਾਈਏ। ਕਹਿੰਦੇ ਕਹਾਣੀ? ਮੈਂ ਕਿਹਾ ਭਾਅ ਜੀ ਸੋਚਦੇ ਹਾਂ ਵੀ ਕਿਸੇ ਦਿਨ ਬਹਿੰਦੇ ਹਾਂ ਅਤੇ ਫਿਰ ਆਪਾਂ ਕਰਦੇ ਹਾਂ ਕੁਛ ਡਿਸਕਸ। ਕਹਿੰਦੇ ਠੀਕ ਆ। ਮੈਂ ਕਿਹਾ ਭਾਅ ਜੀ ਹੁਣ ਪਲੈਨ ਕਰਦੇ ਹਾਂ। ਅਤੇ ਰਾਜੀ ਰਾਤ ਨੂੰ ਖਾਣਾ ਖਾ ਰਹੇ ਸੀ, ਬਲਜੀਤ ਦਿਓ ਸਾਹਿਬ ਇੱਥੇ ਆਏ ਹੋਏ ਸੀ, ਅਸੀਂ ਇੱਕ ਸ਼ੂਟ ਕਰਦੇ ਸੀ। ਮੈਂ ਉੱਠ ਕੇ ਗਿਆ ਆਪਣੇ ਰੂਮ ਦੇ ਵਿੱਚ ਅਤੇ ਭਾਅ ਜੀ ਉੱਪਰ ਆਪਣੇ ਰੂਮ ਚਲੇ ਗਏ। 10-15-20 ਮਿੰਟ ਲੰਘੇ ਅਤੇ ਮੈਂ ਭਾਅ ਜੀ ਨੂੰ ਜਾ ਕੇ ਠਾਲ ਲਿਆ, ਮੈਂ ਕਿਹਾ ਭਾਅ ਜੀ ਆਓ। ਕਹਿੰਦੇ ਕੀ ਗੱਲ ਹੋਈ? ਮੈਂ ਕਿਹਾ ਕਹਾਣੀ ਆ ਗਈ ਜੀ। ਕਹਿੰਦੇ ਇੰਨੀ ਛੇਤੀ? ਮੈਂ ਕਿਹਾ ਭਾਅ ਜੀ ਹੁਣ ਮੈਨੂੰ ਕੀ ਪਤਾ, ਮੈਂ ਕਿਹਾ ਜੀ ਮੈਂ ਸੋਚਣ ਲੱਗ ਗਿਆ ਵੀ ਕੀ ਬਣਾਇਆ ਜਾ ਸਕਦਾ ਵਾ। ਉਹਨਾਂ ਨੂੰ ਮੈਂ ਲਿਆ ਕੇ ਬਿਠਾਇਆ ਸੋਫੇ ਦੇ ਉੱਤੇ ਥੱਲੇ, ਅਤੇ ਮੈਨੂੰ ਲੱਗਦਾ ਕਿ 6-7 ਘੰਟੇ ਸਾਡੇ ਐਂ ਲੰਘ ਗਏ। ਅਗਲੇ ਦਿਨ ਸਵੇਰੇ ਮੈਂ ਪ੍ਰਿੰਸ ਨੂੰ ਸੱਦ ਲਿਆ, ਮੈਂ ਕਿਹਾ ਵੀ ਇਹ ਮੇਰੇ ਨਾਲ ਹੁੰਦਾ, ਮੈਂ ਕਹਾਣੀ ਜਦੋਂ ਡਿਸਕਸ ਕਰਦਾ ਤਾਂ ਮੈਂ ਇਹਨੂੰ ਸੁਣਾਉਂਦਾ, ਮੈਂ ਕਿਹਾ ਤੂੰ ਦੱਸ ਤੈਨੂੰ ਕਿਵੇਂ ਲੱਗ ਰਿਹਾ, ਕੀ ਲੱਗ ਰਿਹਾ? ਅਤੇ ਪ੍ਰਿੰਸ ਨੂੰ ਦੱਸਿਆ ਅਤੇ ਇਹਨੇ ਇਹ ਕਹਿੰਦਾ ਬਈ ਆਹ ਤਾਂ ਬਹੁਤ ਘੈਂਟ ਲੱਗ ਰਹੀ ਹੈ ਚੀਜ਼। ਅਸੀਂ ਉਦੋਂ ਹੀ ਸਪੀਡ ਖਿੱਚਤੀ, ਮਤਲਬ ਅਗਲੇ ਦਿਨ ਸ਼ਾਮ ਤੱਕ ਸਾਰਾ ਕੁਛ ਸਾਡਾ ਲਾਈਨ ਅਪ ਹੋ ਗਿਆ। ਘੁੱਗੀ ਭਾਅ ਜੀ ਨੂੰ ਫੋਨ ਕਰ ਲਿਆ, ਭਾਅ ਜੀ ਆਪਾਂ ਡੇਟਾਂ ਪਲੈਨ ਕਰੀਏ, ਆਪਾਂ ਇਹ ਕਰੀਏ। ਕੁਮਾਰ ਜੀ ਨੂੰ ਮੈਂ ਫੋਨ ਕੀਤਾ ਕਿਉਂਕਿ ਅਸੀਂ ਲੇਟ ਸ਼ੁਰੂ ਕਰਨੀ ਸੀ ਹਲੇ, ਅਤੇ ਸਾਰਾ ਕੁਛ ਆਟੋਮੈਟਿਕਲੀ ਹੋ ਗਿਆ ਭਾਅ ਜੀ। ਸੋ ਇਹ ਸੱਚੀ ਮੈਨੂੰ ਜਦੋਂ ਪਹਿਲੀ ਫਿਲਮ ਅਰਦਾਸ ਵੇਲੇ ਨਾ ਉਹ ਆਪਣੇ ਅਵਾਰਡ ਹੁੰਦੇ ਸੀ ਕਿ ਫਿਲਮ ਫੇਅਰ, ਤਾਂ ਮੈਨੂੰ ਡਾਇਰੈਕਟਰ ਦਾ ਅਵਾਰਡ ਮਿਲਿਆ ਕਿ ਅਰਦਾਸ ਫਿਲਮ ਲਈ, ਅਤੇ ਮੈਂ ਕਿਹਾ ਜੀ ਵੀ ਮੈਨੂੰ ਮਿਲ ਗਿਆ ਵੀ ਇਹ ਮੈਂ ਨਹੀਂ ਬਣਾਈ ਹੈਗੀ, ਮੈਂ ਕਿਹਾ ਜੀ ਇਹ ਤਾਂ ਆਪਣੇ ਆਪ ਹੀ ਬਣਦੀ ਆ। ਸੋ ਇਹ ਸੱਚੀ ਇੰਨਾ ਸਾਡਾ ਮਨ ਲੱਗਦਾ ਇਸ ਫਿਲਮ ਲਈ, ਇਹ ਤਾਂ ਬਸ ਬਾਬਾ ਆਪ ਹੀ ਕਰਾਉਂਦਾ ਜੀ ਸਾਰਾ ਕੁਝ ਇਸ ਫਿਲਮ ਦਾ ਸਾਡੇ ਲਈ। ਅਤੇ ਭਾਅ ਜੀ ਮੈਂ ਨਾ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ, ਸ਼ਾਇਦ ਮੈਂ ਅੱਜ ਇਹ ਗੱਲ ਪਹਿਲੀ ਵਾਰੀ ਮੈਂ ਸਾਂਝੀ ਕਰਨ ਜਾ ਰਿਹਾ। ਜੋ ਤੁਸੀਂ ਅਰਦਾਸ ਕਰਾਂ ਫਿਲਮ ਦੇ ਵਿੱਚ ਕਰੈਕਟਰ ਕੀਤਾ ਸੀਗਾ ਮੈਜਿਕ ਸਿੰਘ ਦਾ, ਅਤੇ ਮੈਂ ਸੱਚੀ ਮੈਂ ਪਹਿਲੀ ਵਾਰ ਦੱਸਦਾ ਕਿ ਮੈਂ ਉਹ ਦੌਰ 'ਚੋਂ ਨਿਕਲਿਆ, ਉਹ ਮੈਂ ਚੀਜ਼ ਹੰਢਾਈ ਆ ਮੈਂ, ਅਤੇ ਹੁਣ ਗੁਰੂ ਮਹਾਰਾਜ ਦੀ ਕਿਰਪਾ। ਅਤੇ ਉਹ ਫਿਲਮ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇੱਕ ਚੰਗਾ ਰਾਹ ਦਿੱਤਾ ਗਾ। ਤੁਸੀਂ ਕੀ ਮੰਨਦੇ ਹੋ ਕਿ ਤੁਹਾਨੂੰ ਕਿੰਨੇ ਕੁ ਉਸ ਫਿਲਮ ਦੇ ਲਈ ਕੰਪਲੀਮੈਂਟ ਮਿਲੇ, ਜਾਂ ਤੁਸੀਂ ਹੋਰ ਅੱਗੇ ਉਸ ਚੀਜ਼ ਲਈ ਕਿੰਨਾ ਪ੍ਰਪੇਅਰ ਹੋਏ ਵੀ ਯਾਰ ਹੁਣ ਇੱਦਾਂ ਦੀਆਂ ਚੀਜ਼ਾਂ ਆਪਾਂ ਕਰਨੀਆਂ ਨੇ? ਕੰਪਲੀਮੈਂਟ ਤਾਂ ਹਜ਼ਾਰਾਂ ਲੱਖਾਂ ਮਿਲੇ ਹੋਣਗੇ, ਪਰ ਜਿੱਦਾਂ ਦਾ ਤੁਸੀਂ ਅੱਜ ਦੱਸ ਰਹੇ ਹੋ ਮੈਨੂੰ, ਇੱਦਾਂ ਦੇ ਵੀ 100 ਮੈਸੇਜ ਮਿਲੇ ਹੋਣਗੇ ਜਿਨ੍ਹਾਂ ਦਾ ਜੀਵਨ ਬਦਲ ਗਿਆ, ਜਿਨ੍ਹਾਂ ਨੂੰ ਇੱਕ ਪੋਜ਼ਿਟਿਵਿਟੀ ਆਈ, ਜਿਨ੍ਹਾਂ ਨੇ ਜਿਉਣ ਦਾ ਸਹੀ ਰਾਹ ਚੁਣ ਲਿਆ। ਤੁਸੀਂ ਬਿਲੀਵ ਨਹੀਂ ਕਰੋਗੇ, ਮੈਂ ਹਰਦੀਪ ਇੱਥੇ ਹੁਣੇ ਆ, ਮੈਂ ਉਹਨਾਂ ਨੂੰ ਰਿਕੁਐਸਟ ਕਰਕੇ ਇਹਦਾ, ਮੈਂ ਕਿਹਾ ਫਿਲਮ OTT 'ਤੇ ਲੱਭ ਨਹੀਂ ਰਹੀ, ਮੈਨੂੰ ਕਿਸੇ ਤਰੀਕੇ ਉਹਦਾ ਲਿੰਕ ਦੇ ਦਿਓ। ਮੈਂ ਕਿਉਂ ਮੰਗ ਰਿਹਾ ਸੀ ਲਿੰਕ? ਵਾਹਿਗੁਰੂ ਦੀ ਸਹੁੰ ਕੁਛ, ਮੈਂ ਨਾਮ ਨਹੀਂ ਚਲੋ ਕਿਸੇ ਦਾ ਲੈਣਾ, ਉਹ ਬਹੁਤ ਇੱਕ ਉੱਚੇ ਅਹੁਦੇ ਤੋਂ ਰਿਟਾਇਰ ਹੋਏ ਆਫਿਸਰ ਨੇ। ਮੈਂ ਕਿਹਾ ਭਾਅ ਜੀ ਤੁਹਾਨੂੰ ਕਿਸੇ ਦਿਨ ਆ ਜਾਓ, ਮੈਂ ਦਿਖਾਈ ਦਿਆਂਗਾ, ਕੰਪਿਊਟਰ 'ਤੇ ਆਪਾਂ ਲਾ ਲਾਂਗੇ ਕਿਤੇ। ਕਹਿੰਦੇ ਨਹੀਂ, ਸਾਡਾ ਇੱਕ ਪੇਸ਼ੈਂਟ ਹੈ,
ਉਹ ਉਸੇ ਸਥਿਤੀ 'ਚ ਲੰਘ ਰਿਹਾ ਜਿਹਦੇ ਵਿੱਚ ਤੁਸੀਂ ਉਸ ਫਿਲਮ 'ਚ ਲੰਘੇ ਸੀ, ਉਹਦੀ ਇੱਛਾ ਹੈ ਕਿ ਮੈਂ ਉਹ ਫਿਲਮ ਦੇਖਣੀ। ਉਹ ਮੈਨੂੰ ਲਿੰਕ ਦੁਬਾਰਾ ਭੇਜਿਆ ਇਹਨਾਂ ਨੇ ਕਿਸੇ ਤਰੀਕੇ, ਹਾਲਾਂਕਿ ਉਹ ਲੀਗਲ ਅਸੀਂ ਉਹਨੂੰ ਐਗਜ਼ਿਬਿਟ ਨਹੀਂ ਕਰ ਸਕਦੇ ਪਰ ਪਰਸਨਲ ਦੇਖ ਸਕਦੇ ਹਾਂ। ਇਸ ਕਰਕੇ ਮਤਲਬ ਉਹ ਲੋਕਾਂ ਲਈ ਇੱਕ ਦਵਾਈ ਦਾ ਕੰਮ ਕਰ ਰਹੀ ਹੈ, ਇੱਕ ਇੰਸਪੀਰੇਸ਼ਨ ਦਾ ਕੰਮ ਕਰ ਰਹੀ ਹੈ ਉਹ ਫਿਲਮ, ਲੋਕਾਂ ਲਈ ਇੱਕ ਜੀਵਨ ਦੀ ਆਸ ਦੀ ਕਿਰਨ ਲੈ ਕੇ ਆਉਂਦੀ ਉਹ ਫਿਲਮ, ਜਿੱਦਾਂ ਦਾ ਤੁਸੀਂ ਅੱਜ ਦੱਸ ਰਹੇ ਹੋ। ਥੋੜ੍ਹੇ ਦਿਨ ਪਹਿਲਾਂ ਮੈਂ ਕਿਸੇ ਨੂੰ ਲਿੰਕ ਪ੍ਰੋਵਾਈਡ ਕਰਕੇ ਹਟਿਆ, 40s ਵਿੱਚ ਦਾਖਲ ਇੱਕ ਪੇਸ਼ੈਂਟ ਦੀ ਇੱਛਾ ਕਿ ਮੈਂ ਉਹ ਫਿਲਮ ਵੇਖਣੀ ਹੈ, ਮੇਰੇ ਅੰਦਰ ਉੱਦਾਂ ਦਾ ਜਜ਼ਬਾ ਆਏਗਾ। ਸੋ ਇਸ ਤੋਂ ਵੱਡਾ ਕੰਪਲੀਮੈਂਟ ਕੋਈ ਨਹੀਂ ਹੋ ਸਕਦਾ ਮੇਰੇ ਵਾਸਤੇ। ਬਿਲਕੁਲ, ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਅਤੇ ਬਹੁਤ ਅੱਜ ਦਾ ਜਿਹੜਾ ਇੱਥੇ ਮਾਹੌਲ ਆ ਨਾ ਉਹ ਬਹੁਤ ਕਮਾਲ ਆ, ਰੱਬ ਵੱਲੋਂ ਸ਼ਾਇਦ ਮੈਜਿਕ ਫੀਲ ਕਰ ਰਹੇ ਹਾਂ ਅਸੀਂ, ਬਹੁਤ ਪਿਆਰੀ ਵਾਈ ਵੱਜਦੀ ਇੱਥੇ ਹੈ ਨਾ, ਕਿਉਂਕਿ ਅਰਦਾਸ ਆਮ ਫਿਲਮ ਨਹੀਂ ਹੈਗੀ, ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਬਦਲਦੇ ਹੋਏ ਦੇਖਿਆ ਔਰ ਸਿਨੇਮਾ ਘਰਾਂ ਦੇ ਵਿੱਚ ਲੰਗਰ ਲੱਗਦੇ ਹੋਏ ਦੇਖੇ ਹੈ ਨਾ ਅਰਦਾਸ ਕਰਾਂ ਟਾਈਮ। ਸੋ ਇਹ ਕੋਈ ਆਮ ਫਿਲਮ ਨਹੀਂ ਆ, ਸੋ ਇਹਦੇ ਵਿੱਚ ਮਤਲਬ ਮੈਜਿਕ ਬਹੁਤ ਕ੍ਰੀਏਟ ਹੁੰਦਾ ਹੈ, ਅਸੀਂ ਵੀ ਫੀਲ ਕਰ ਰਹੇ ਹਾਂ ਉਹ। ਸੋ ਗਿੱਪੀ ਭਾਈ, ਤੁਹਾਡੇ ਲਈ ਜਿਹੜਾ ਟਾਈਮ ਲੰਘਿਆ ਆ ਜੇ ਉਹ ਬਹੁਤ ਜ਼ਿਆਦਾ ਘੈਂਟ ਰਿਹਾ, ਮਤਲਬ ਪਿਆਰਾ ਰਿਹਾ ਆ। ਕੈਰੀ ਓਨ ਜੱਟਾ 3 ਦੀ ਗੱਲ ਕਰੀਏ, ਵਾਰਨਿੰਗ ਦੀ ਔਰ ਜੱਟ ਨੂੰ ਚੜੇਲ ਟੱਕਰੀ ਦੀ ਗੱਲ ਕਰੀਏ, ਸੋ ਇਹ ਚੀਜ਼ ਆ, ਇਹ ਵੀ ਤੁਸੀਂ ਕਰਦੇ ਹੋ, ਇਹਦੀ ਮਤਲਬ ਇੱਕ ਸੇਵਾ ਕਹਿ ਸਕਦੇ ਹਾਂ ਆਪਾਂ, ਹੈ ਨਾ। ਔਰ ਬਹੁਤ ਟਾਈਮ ਪਹਿਲਾਂ ਸਾਡੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਪ੍ਰੈਸ ਕਾਨਫਰੰਸ ਦੌਰਾਨ ਵੀ ਕਲਾਕਾਰ ਪ੍ਰੋਪਰਟੀ ਹੁੰਦੀ ਆ ਸਟੇਟ ਦੀ ਇੱਕ ਦੀ, ਹੈ ਨਾ। ਤਾਂ ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ ਗਿੱਪੀ ਬਾਈ ਸਾਡੀ ਬਹੁਤ ਮਹਿੰਗੀ ਪ੍ਰੋਪਰਟੀ ਨੇ ਪੰਜਾਬ ਦੀ, ਹੈ ਨਾ। ਔਰ ਤਾਂ ਇਹ ਅਰਦਾਸ ਕਿਹੜੀ ਪਾਵਰ ਆ ਜਿਹੜੀ ਤੁਹਾਨੂੰ ਕਰਾਉਂਦੀ ਆ, ਔਰ ਮੈਜਿਕ ਦੀ ਜਿਹੜੀ ਦੀ ਮੈਂ ਗੱਲ ਕਰ ਰਿਹਾ, ਕਿੰਨਾ ਕੁ ਫੀਲ ਕਰਦੇ ਹੋ ਤੁਸੀਂ ਮੇਕਿੰਗ ਦੌਰਾਨ? ਤਿੰਨੋ ਅਰਦਾਸ ਦੀ ਗੱਲ ਕਰਨਾ ਚਾਹੁੰਦਾ ਮੈਂ। ਐਕਚੁਅਲੀ ਭਾਅ ਜੀ ਮੈਂ ਬਹੁਤ ਫੀਲ ਕਰਦਾ, ਸੋ ਮੈਨੂੰ ਐਂ ਲੱਗਦਾ ਕਿਉਂਕਿ ਹੁਣ ਤਾਂ ਚਲੋ ਜਿਵੇਂ ਘੁੱਗੀ ਭਾਅ ਜੀ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਆ, ਅਸੀਂ ਇਹ ਚੀਜ਼ ਚਾਹੁੰਦੇ ਹਾਂ ਕਿ ਯਾਰ ਇਹ ਕਰਨੀ ਚਾਹੀਦੀ ਆ। ਅਸੀਂ ਪਿਛਲੀਆਂ ਦੋ ਫਿਲਮਾਂ 'ਚ ਦੇਖਿਆ ਕਿ ਲੋਕਾਂ 'ਚ ਕੀ ਚੇਂਜ ਆਈ ਆ ਜਾਂ ਲੋਕ ਕੀ ਸੋਚਦੇ ਨੇ ਇਸ ਫਿਲਮ ਦੇ ਬਾਰੇ। ਜਦੋਂ ਪਹਿਲੀ ਫਿਲਮ ਬਣਾਈ ਸੀ ਤਾਂ ਮੈਂ ਦੱਸਾਂ ਕਿ ਉਸ ਤੋਂ ਹੀ ਅਸੀਂ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ ਹੰਬਲ। ਸੋ ਉਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਅਸੀਂ ਪ੍ਰੋਡਿਊਸ ਕੀਤੀਆਂ ਉਹ ਗੁਰਫਤਿਹ ਫਿਲਮ ਜਾਂ ਸਿੱਪੀ ਗਰੇਵਾਲ ਪ੍ਰੋਡਕਸ਼ਨ, ਸਾਡੇ ਜਿਹੜੇ ਬੈਨਰ ਸੀ ਉਹਨਾਂ ਅੰਡਰ ਉਹ ਫਿਲਮਾਂ ਬਣੀਆਂ ਨੇ। ਅਤੇ ਮੇਰੀਆਂ 3-4 ਫਿਲਮਾਂ ਲਗਾਤਾਰ ਸੁਪਰ ਫਲੋਪ ਹੋਈਆਂ ਉਦੋਂ, ਅਤੇ ਬੜਾ ਮੈਨੂੰ ਇੱਦਾਂ ਲੱਗਿਆ ਕਿ ਯਾਰ ਮੈਂ ਕੁਛ ਗਲਤ ਕਰ ਰਿਹਾ, ਕਿ ਯਾਰ ਸਹੀ ਨਹੀਂ ਚੱਲ ਰਿਹਾ ਕੁਛ, ਹੈ ਨਾ। ਅਤੇ ਜਿਹਦੇ 'ਚੋਂ ਮੈਂ ਮਤਲਬ ਮੇਰੀਆਂ ਵੀ, ਮੈਂ ਅਤੇ ਸਮੀਪ ਬਾਈ, ਕਿਉਂਕਿ ਸਾਡੀ ਸਭ ਤੋਂ ਸਮੀਪ ਬਾਈ ਸਾਡੇ ਕਲੋਜ਼ ਨੇ, ਜਿੱਦਾਂ ਕਹਿ ਲਈਏ ਐਜ਼ ਏ ਫਰੈਂਡ ਵੀ, ਮੈਂ ਸਮੀਪ ਬਾਈ ਨੂੰ ਵੀ ਕਿਹਾ, ਮੈਂ ਕਿਹਾ ਭਾਅ ਜੀ ਯਾਰ ਕੀ ਹੋ ਰਿਹਾ, ਵੀ ਸਮਝ ਨਹੀਂ ਲੱਗ ਰਹੀ, ਵੀ ਕਈ ਤਾਂ ਫਿਲਮਾਂ ਵੀ ਵਿੱਚ ਠੀਕ ਸੀ, ਸਿਸਟਮ ਜਿਹਾ ਨਹੀਂ ਸੈੱਟ ਆ ਰਿਹਾ। ਅਤੇ ਫਿਰ ਇੱਕ ਨਾ ਸਮੀਪ ਬਾਈ ਫਿਲਮ ਲੈ ਕੇ ਆਏ ਮੇਰੇ ਕੋਲ, ਕਹਿੰਦੇ ਆਪਾਂ ਆਹ ਫਿਲਮ ਕਰਦੇ ਹਾਂ ਭਾਅ ਜੀ। ਮੈਂ ਕਿਹਾ ਭਾਅ ਜੀ ਯਾਰ ਮੈਂ ਕਰਨੀ ਨਹੀਂ ਹੁਣ, ਆਪਾਂ ਬ੍ਰੇਕ ਲਈਏ, ਆਪਾਂ ਠਹਿਰ ਕੇ ਕਰਾਂਗੇ। ਭਾਅ ਜੀ ਕਹਿੰਦੇ ਠੀਕ ਆ। ਅਤੇ ਮੈਂ 2 ਕੁ ਮਹੀਨੇ ਕੁਛ ਕੀਤਾ ਨਹੀਂ, 2-2.5 ਮਹੀਨੇ, ਅਤੇ ਮੈਂ ਘਰ ਸੀਗਾ ਅਤੇ ਮੈਂ ਬੈਠੇ ਬੈਠੇ ਨਾ ਮੈਂ ਆਈਡੀਆ ਜਿਹੇ ਸੋਚਣ ਲੱਗ ਗਿਆ। ਮੈਂ 2-3 ਰਾਈਟਰਾਂ ਨੂੰ ਆਹ ਆਈਡੀਆ ਦਿੱਤਾ ਅਤੇ ਕੋਈ ਮੰਨੇ ਹੀ ਨਾ ਲਿਖਣ ਲਈ, ਅਤੇ ਮੈਂ ਲਿਖ ਲਈ ਆਪ ਹੀ ਫਿਲਮ। ਅਤੇ ਲਿਖ ਕੇ ਮੈਂ ਸਭ ਤੋਂ ਪਹਿਲਾਂ ਆਪਣੀ ਵਾਈਫ ਨੂੰ ਸੁਣਾਈ, ਉਹ ਕਹਿੰਦੀ ਕਿ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ, ਵੀ ਤੁਸੀਂ ਆਹ ਫਿਲਮ ਲੈ ਲਓ। ਮੈਂ ਉਹਨੂੰ ਦੱਸਿਆ ਹੀ ਨਹੀਂ ਵੀ ਮੈਂ ਲਿਖੀ ਆ। ਮੈਂ ਜਦੋਂ ਉਹਨੇ ਕਿਹਾ ਵੀ ਆਹ ਲੈ ਲਓ, ਮੈਂ ਕਿਹਾ ਵੀ ਕੰਮ ਠੀਕ ਲੱਗਦਾ, ਹੈ ਨਾ। ਮੈਂ ਫਿਰ ਉਹਨੂੰ ਬਾਅਦ 'ਚ ਦੱਸਿਆ, ਮੈਂ ਕਿਹਾ ਵੀ ਮੈਂ ਹੀ ਲਿਖੀ ਆ ਤਾਂ। ਅਤੇ ਕਹਿੰਦੀ ਅੱਛਾ, ਕਹਿੰਦੀ ਬਹੁਤ ਵਧੀਆ ਫਿਲਮ ਆ। ਫਿਰ ਮੈਂ ਉਸ ਤੋਂ ਬਾਅਦ ਘੁੱਗੀ ਭਾਅ ਜੀ ਨੂੰ ਬੁਲਾਇਆ, ਇਹਨਾਂ ਨੂੰ ਸੁਣਾਈ। ਪਹਿਲਾਂ ਮੈਂ ਇਹਨਾਂ ਨੂੰ ਦੱਸ ਬੈਠਿਆ ਵੀ ਇੱਕ ਫਿਲਮ ਕਰਨੀ ਆ ਜੀ, ਇੱਦਾਂ ਦੀ ਆ। ਪਹਿਲਾਂ ਤਾਂ ਉਹ ਦੱਸਤਾ ਇਹਨਾਂ ਨੇ, ਇਹਨਾਂ ਦੇ ਹੱਥੋਂ ਪਕੌੜਾ ਡਿੱਗ ਪਿਆ ਤਾਂ, ਐਂ ਚੱਕਿਆ ਹੋਇਆ ਸੀਗਾ ਇਹਨਾਂ ਨੇ। ਜਦੋਂ ਮੈਂ ਦੱਸਿਆ ਵੀ ਮੈਂ ਡਾਇਰੈਕਟ ਕਰਨੀ ਆ ਤਾਂ ਜਮਾਂ ਹੀ ਡੈੱਡ ਹੋ ਗਿਆ ਕੰਮ। ਫਿਰ ਮੈਂ ਜਦੋਂ ਕਹਾਣੀ ਸੁਣਾਈ ਉਦੋਂ ਭਾਅ ਜੀ ਥੋੜ੍ਹੇ ਜਿਹੇ ਠੀਕ ਹੋਏ, ਇਹਨਾਂ ਨੂੰ ਲੱਗਿਆ ਵੀ ਯਾਰ ਫਿਲਮ ਲੱਗਦੀ ਤਾਂ ਠੀਕ ਆ, ਵੀ ਸੁਣਾਉਂਦਾ ਵੀ ਠੀਕ ਆ। ਚਲੋ ਟੱਚਵੁੱਡ ਕਰਦੇ ਕਰਦੇ ਚੀਜ਼ਾਂ ਸੈੱਟ ਹੋਈਆਂ, ਭਾਅ ਜੀ ਫਿਲਮ ਬਣ ਗਈ। ਸੋ ਉਸ ਫਿਲਮ ਨੇ ਮੈਨੂੰ ਇੰਨਾ ਬੂਸਟ ਅਪ ਕੀਤਾ ਜਦੋਂ ਉਹ ਫਿਲਮ ਆਈ, ਕਿਉਂਕਿ
ਇਹ ਮੋਟੀਵੇਸ਼ਨਲ ਫਿਲਮ ਆ ਬੇਸਿਕਲੀ, ਹੈ ਨਾ। ਆਪਾਂ ਹਰੇਕ ਨੂੰ ਕਹਿੰਦੇ ਹਾਂ ਕਿ ਯਾਰ ਮਤਲਬ ਢਹਿੰਦੀ ਕਲਾ ਵਾਲੀ ਫਿਲਮ ਨਹੀਂ ਹੈਗੀ, ਚੜ੍ਹਦੀ ਕਲਾ ਵਾਲੀ ਫਿਲਮ ਆ, ਹੈ ਨਾ, ਤੁਹਾਨੂੰ ਹੌਸਲਾ ਦਿੰਦੀ ਆ। ਸੋ ਉਹ ਮੈਨੂੰ ਆਪਣੇ ਆਪ ਨੂੰ ਵੀ ਮਿਲਿਆ। ਤੁਸੀਂ ਦੇਖ ਲਓ, ਅਰਦਾਸ ਤੋਂ ਬਾਅਦ ਹੰਬਲ ਮੋਸ਼ਨ ਪਿਕਚਰ ਦੀ ਦੂਜੀ ਫਿਲਮ ਸੀਗੀ ਮੰਜੇ ਬਿਸਤਰੇ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕੁਛ ਵੀ ਬਣਾਇਆ, ਇੱਕ ਵਿੱਚ ਖਰਾਬ ਵੀ ਬਣਾਈ ਮਰ ਗਏ ਲੋਕੋ, ਉਹ ਵੀ ਚੱਲ ਗਈ, ਠੀਕ ਹੈ, ਸਾਡਾ ਕੁਛ ਨਹੀਂ ਆਇਆ, ਹੈ ਨਾ। ਸੋ ਮੈਂ ਉਹ ਕਹਿਣਾ ਵੀ ਜਦੋਂ ਵਾਹਿਗੁਰੂ ਕਿਰਪਾ ਕਰਦਾ ਨਾ, ਬਾਬਾ ਕਿਰਪਾ ਕਰਦਾ, ਬਾਬਾ ਕਹਿੰਦਾ ਚੱਕ ਦੋ ਫੱਟੇ, ਸੋ ਚੀਜ਼ਾਂ ਆਟੋਮੈਟਿਕਲੀ ਸੈੱਟ ਹੋ ਜਾਂਦੀਆਂ ਨੇ। ਸੋ ਉਸ ਤੋਂ ਬਾਅਦ ਸਭ ਵਧੀਆ ਹੀ ਹੋਇਆ ਜੀ। ਰਾਈਟ, ਹੈਪੀ ਭਾਜੀ। ਮੈਨੂੰ ਉਹਨਾਂ ਪੁੱਛਿਆ, ਕਹਿੰਦੇ ਜੇ ਮੈਂ ਟਾਈਟਲ ਰੱਖ ਲਵਾਂ ਤੇ ਕਿੱਪੀ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਮੈਂ ਕਿਹਾ ਅਰਦਾਸ ਸ਼ਬਦ ਕਿਸੇ ਦਾ ਨਹੀਂ, ਅਕਾਲ ਪੁਰਖ ਦਾ, ਸਗੋਂ ਪ੍ਰਾਊਡ ਹੋਏਗਾ ਕਿ ਤੁਸੀਂ ਕਹਿੰਦੇ ਮੈਂ ਉਸ ਫਿਲਮ ਤੋਂ ਮੁਤਾਸਰ ਹੋ ਕੇ ਹੋਟਲ ਦਾ ਨਾਂ ਰੱਖਿਆ। ਫਿਰ ਇੱਕ ਕਿਸੇ ਬੰਦੇ ਨੇ ਆਪਣੀ ਰੀਅਲ ਸਟੇਟ ਕੰਪਨੀ ਦਾ ਨਾਂ ਰੱਖਿਆ ਅਰਦਾਸ ਰੀਅਲ ਸਟੇਟ, ਕੁਛ ਇੱਦਾਂ। ਔਰ ਇੱਦਾਂ ਦੇ ਅਨੇਕਾਂ ਨਾਮ ਨੇ ਜਿਹੜੇ ਲੋਕਾਂ ਨੇ ਉਸ ਫਿਲਮ ਤੋਂ ਮੁਤਾਸਰ ਹੋ ਕੇ ਰੱਖੇ। ਸੌਰੀ ਭਾਜੀ, ਵਾਹਿਗੁਰੂ। ਰਾਈਟ, ਸੋ ਮੈਂ ਜਾਣਨਾ ਚਾਹੁੰਦਾ ਕਿ ਅਰਦਾਸ ਨੇ ਕੀ ਦਿਆ, ਔਰ ਮੈਨੂੰ ਲੱਗਦਾ ਕਿ ਮੈਨੂੰ ਇਹ ਨਹੀਂ ਪਤਾ ਕਿ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ, ਪਰ ਜੋ ਅਰਦਾਸ ਕਰਾਂ ਤੁਸੀਂ ਗਾਇਆ ਹੈ ਨਾ, ਤੁਸੀਂ ਉਸ ਤੋਂ ਮਿੱਠਾ ਨਹੀਂ ਕਦੇ ਗਾਇਆ ਉਸ ਤੋਂ ਪਹਿਲਾਂ, ਹੈ ਨਾ। ਅਤੇ ਅਰਦਾਸ ਨੇ ਕੀ ਤੁਹਾਨੂੰ ਦਿੱਤਾ ਆ? ਮੈਂ ਭਾਈ ਆਹ ਸਾਰਾ ਕੁਛ ਮੇਰੀ ਜ਼ਿੰਦਗੀ ਜੋ ਹੋ ਰਿਹਾ ਉਹ ਅਰਦਾਸ ਦਾ ਹੀ ਹੋ ਰਿਹਾ, ਮਤਲਬ ਜੋ ਜੋ ਮਿਲਿਆ ਉਹ ਅਰਦਾਸ ਤੋਂ ਹੀ ਮਿਲਿਆ। ਵੈਸੇ ਇੱਕ ਸਪਿਰਚੁਅਲੀ ਜਿਹੜੀ ਅਰਦਾਸ ਹੁੰਦੀ ਹੈ ਉੱਥੋਂ ਮਿਲਿਆ, ਉਸ ਤੋਂ ਬਾਅਦ ਜਿਹੜੀ ਅਰਦਾਸ ਅਤੇ ਸਾਡਾ ਮਿਊਜ਼ਿਕ ਮਹਾਰਾਜ ਦਿਆ ਨਾ, ਮਤਲਬ ਮੈਂ ਉਹ ਘੜੀ ਨੂੰ ਬਹੁਤ ਸਲੂਟ ਕਰਦਾ ਜਿਹੜੀ ਜਦੋਂ ਕਿੱਪੀ ਬਾਈ ਦਾ ਪਹਿਲੀ ਵਾਰੀ ਮੈਨੂੰ ਫੋਨ ਆਇਆ ਕਿ ਆਪਾਂ ਅਰਦਾਸ ਦੇ ਗਾਣੇ ਕਰਨੇ ਯਾਰ, ਵੀ ਇੱਕ ਫਿਲਮ ਹੈ। ਅਤੇ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਬਾਈ ਜਦੋਂ ਅਰਦਾਸ ਦੀ, ਅੱਜ ਮੈਂ ਦੱਸਦਾ, ਮੈਨੂੰ ਹਮੇਸ਼ਾ ਘੁੱਗੀ ਬਾਈ ਦਾ ਹਮੇਸ਼ਾ ਫੋਨ ਆਉਣਾ ਜਦੋਂ ਦਾਤਾ ਜੀ ਮਿਹਰ ਕਰੋ ਸੁਣਦੇ, ਘੁੱਗੀ ਬਾਈ ਨੇ ਨਛੱਤਰ ਬਾਈ ਨੂੰ ਵੀ ਫੋਨ ਕਰਨਾ ਅਤੇ ਮੈਨੂੰ ਵੀ ਫੋਨ ਕਰਨਾ। ਅਤੇ ਜਦੋਂ ਐਡੇ ਵੱਡੇ ਆਰਟਿਸਟਾਂ ਵੱਲੋਂ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਤਾਂ ਬਹੁਤ ਵੱਡਾ ਲੱਗਦਾ। ਅਤੇ ਉਹ ਅਰਦਾਸ ਦੀਆਂ ਬਹੁਤ ਗੱਲਾਂ ਨੇ, ਉਹ ਮੈਨੂੰ ਯਾਦ ਆ, ਮੈਨੂੰ ਸ਼ਾਹ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜਦੋਂ ਕਿਹਾ ਨਾ ਪੰਛੀਆਂ ਨੂੰ ਖੰਭ ਦਾਤਾ, ਬੰਦਿਆਂ ਨੂੰ ਅੰਗ ਦਾਤਾ, ਜਦੋਂ ਵੀ ਦਹੀਂ ਤਾਂ ਪੂਰੇ ਦਹੀਂ ਤੂੰ, ਡਿੱਗੀਏ ਤਾਂ ਚੱਕ ਲਵੀਂ, ਡਿੱਗੀਏ ਤਾਂ ਚੱਕ ਲਵੀਂ, ਭਟਕੀਏ ਡੱਕ ਲਵੀਂ, ਸਦਾ ਲਈ ਅੱਖਾਂ ਮੂਹਰ ਰਹੀਂ ਤੂੰ। ਕਹਿੰਦੇ ਜਦੋਂ ਪੰਛੀਆਂ ਨੂੰ ਖੰਭ ਕਰਨ ਵਾਲੀ ਗੱਲ ਆਈ ਨਾ, ਵੀ ਪੰਛੀਆਂ ਨੂੰ ਖੰਭ ਦਾਤਾ, ਬੰਦਿਆਂ ਨੂੰ ਅੰਗ ਦਾਤਾ, ਉਹ ਕਹਿੰਦੇ ਮੈਨੂੰ ਲੱਗਿਆ ਵੀ ਕਿਤੇ ਕੰਪਲੇਂਟ ਤਾਂ ਨਹੀਂ ਕਰ ਰਹੇ, ਪਰ ਜਦੋਂ ਗੱਲ ਅਖੀਰ 'ਤੇ ਮੁੱਕੀ ਕਿ ਅਰਦਾਸ ਕਰਾਂ, ਅਤੇ ਉਹ ਅਸਲ 'ਚ ਇਹ ਚੀਜ਼ਾਂ ਫਿਰ ਮੈਂ ਕਹਿੰਦਾ ਕਿ ਮੈਂ ਆਪ ਨਹੀਂ ਕਰਦਾ, ਇਹ ਮਹਾਰਾਜ ਵੱਲੋਂ ਹੀ ਹੁੰਦੀਆਂ ਸਪੈਸ਼ਲੀ ਆਹ ਸਾਰੀਆਂ ਚੀਜ਼ਾਂ ਜੀ। ਕਹਿੰਦਾ ਹੁਣ ਉਹ ਸੁਣਾਓ ਜਿਹੜਾ ਯਾਦ ਕਰ ਲਿਆ, ਮੈਨੂੰ ਲੱਗਿਆ ਮੈਂ ਭੁੱਲ ਗਿਆ, ਚਲੋ ਇਹ ਸੁਣਾ ਦੇਣਾ। ਪੰਛੀਆਂ ਨੂੰ ਖੰਭ ਦਾਤਾ, ਬੰਦਿਆਂ ਨੂੰ ਅੰਗ ਦਾਤਾ, ਜਦੋਂ ਵੀ ਦਈਂ ਤਾਂ ਪੂਰੇ ਦਈਂ ਤੂੰ, ਡਿੱਗੀਏ ਤਾਂ ਚੱਕ ਲਵੀਂ, ਭਟਕੀਏ ਡੱਕ ਲਵੀਂ, ਸਦਾ ਲਈ ਅੱਖਾਂ ਮੂਹਰੇ ਰਹੀਂ ਤੂੰ, ਚੱਲਦਾ ਤੂੰ ਰੱਖੀ ਸਦਾ ਪੇਸ਼ਾ ਦਾਤਿਆ, ਰੋਟੀ ਜੋਗੇ ਰੱਖੀ ਤੂੰ ਹਮੇਸ਼ਾ ਦਾਤਿਆ, ਅਰਦਾਸ ਕਰਾਂ ਹਾਂ, ਅਰਦਾਸ ਕਰਾਂ ਹਾਂ, ਅਰਦਾਸ ਕਰਾਂ। ਇੱਕ ਭਾਜੀ ਹੋਰ ਗੱਲ ਸੀ, ਜਿੱਦਾਂ ਬੋਲੀ ਬਾਈ ਨੇ ਕਿਹਾ ਸੀ ਨਾ ਕਿ ਛੱਤ ਚੋਂਦੀ ਛੱਡ ਗਿਆ ਸੀ, ਸਾਡੀ ਆਪਣੇ ਘਰ ਦੀ ਗੱਲ ਸੀ ਕਿ ਜਦੋਂ ਗਰਮੀਆਂ ਹੁੰਦੀਆਂ ਸੀ ਆਹ ਦਿਨਾਂ 'ਚ ਲੋਕਾਂ ਨੇ ਕਹਿਣਾ ਮੀਂਹ ਪਵੇ, ਅਸੀਂ ਕਹਿਣਾ ਨਾ ਪਵੇ, ਸਾਡੀ ਆਪਣੇ ਘਰ ਦੀ ਛੱਤ ਕੱਚੀ ਸੀ। ਤਾਂ ਮੈਂ ਉਹ ਗੱਲ ਲਿਖੀ ਸੀ ਕਿ ਪੱਕਾ ਪੱਕੀ ਛੱਤ ਦਈਂ ਸਭ ਦੇ ਘਰੇ, ਕਣੀਆਂ ਤੋਂ ਕਦੇ ਨਾ ਗਰੀਬ ਡਰੇ, ਪੱਕਾ ਪੱਕੀ ਛੱਤ ਦਈਂ ਸਭ ਦੇ ਘਰੇ। ਸੋ ਆਪਣੀਆਂ ਆਪਦੀ ਮੈਂ, ਚਲੋ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਗੱਲਾਂ 'ਚ ਰੱਖੇ। ਮੈਂ ਗਿੱਪੀ ਬਾਈ ਦਾ ਫਿਰ ਤੋਂ ਥੈਂਕ ਯੂ ਕਰਦਾ ਯਾਰ, ਇਹ ਸਾਰਾ ਮਿਊਜ਼ਿਕ ਜੋ ਗੱਲਾਂ ਬਾਤਾਂ ਹੋ ਰਹੀਆਂ ਇਹਨਾਂ ਦੀ ਜੜ ਇਹਨਾਂ ਦੀ ਆ, ਅਸੀਂ ਤਾਂ ਇੱਕੋ ਜੜਦੇ ਹੌਲੀ ਹੌਲੀ ਪੱਤੇ ਲੱਗੇ ਜੀ ਸਾਰਿਆਂ ਨੇ। ਗਿੱਪੀ ਇੱਕ ਸਵਾਲ ਹੈ, ਹਾਏ ਸਾਹਿਬ ਦੁਰਗਾ ਫਰੋਮ ਲਿਵਿੰਗ ਇੰਡੀਆ,
ਅੱਛਾ ਗਿੱਪੀ ਜੀ, ਇੱਕ ਸਵਾਲ ਤੁਹਾਡੀ ਇਹ ਹੈਗੇ ਕਿਉਂਕਿ ਅਰਦਾਸ ਦਾ ਹੁਣ ਤੀਜਾ ਹਿੱਸਾ ਆ ਗਿਆ, ਤੀਜੀ ਕਹਿ ਲਈਏ ਪੌੜੀ ਚੜ੍ਹ ਗਈ ਹੋਈ ਅਰਦਾਸ, ਔਰ ਇਸ ਪੌੜੀ ਤੱਕ ਪਹੁੰਚਣ ਲਈ ਸਭ ਤੋਂ ਵੱਡਾ ਚੈਲੇਂਜ ਕੀ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ? ਕਿਉਂਕਿ ਅਰਦਾਸ ਜੇ ਆਪਾਂ ਪਹਿਲੀ ਦੀ ਗੱਲ ਕਰੀਏ, ਅਰਦਾਸ ਕਰਾਂ ਦੀ ਗੱਲ ਕਰੀਏ, ਹਾਲਾਂਕਿ ਮੋਟੀਵੇਸ਼ਨਸ ਦੋਨਾਂ ਵਿੱਚ ਹੈਗੀਆਂ ਨੇ, ਪਰ ਇੱਕ ਥੋਟ ਪ੍ਰੋਸੈਸ ਵੀ ਉਸ ਮੋਟੀਵੇਸ਼ਨ ਨੂੰ ਲੈ ਕੇ ਚਾਹੀਦਾ ਕਿ ਉਹ ਥੋਟ ਪ੍ਰੋਸੈਸ ਕੀ ਰਹਿੰਦਾ ਔਰ ਉਸਦੇ ਵਿੱਚ ਸਭ ਤੋਂ ਵੱਡਾ ਚੈਲੇਂਜ ਕੀ ਰਹਿੰਦਾ? ਔਰ ਘੁੱਗੀ ਭਾਈ ਤੁਹਾਡੇ ਲਈ ਇੱਕ ਦੂਜਾ ਸਵਾਲ ਇਹ ਹੈਗਾ, ਤੁਸੀਂ ਦੋਨਾਂ ਫਿਲਮਾਂ ਦੇ ਵਿੱਚ ਸੂਤਰਧਾਰ ਦਾ ਕੰਮ ਕੀਤਾ, ਇਸ ਫਿਲਮ 'ਚ ਵੀ ਸ਼ਾਇਦ ਉਮੀਦ ਇਹੀ ਕਰ ਰਹੇ ਕਿ ਤੁਸੀਂ ਫਿਰ ਸੂਤਰਧਾਰ ਬਣੋਗੇ, ਪਰ ਜਦੋਂ ਸੂਤਰਧਾਰ ਹੁੰਦਾ ਸਾਰੀ ਕਹਾਣੀ ਕਿਤੇ ਨਾ ਕਿਤੇ ਉਸ ਦੇ ਨਰੇਸ਼ਨ ਦੇ ਉੱਤੇ ਟਿੱਕ ਜਾਂਦੀ ਹੈ, ਆਪਣੇ ਆਪ ਦੇ ਵਿੱਚ ਉਸਨੂੰ ਕਿੱਦਾਂ ਢਾਲਦੇ ਹੋ ਔਰ ਸਭ ਤੋਂ ਵੱਡਾ ਚੈਲੇਂਜ ਕੀ ਹੁੰਦਾ? ਭਾਅ ਜੀ, ਹੁਣ ਤਾਂ ਕੋਈ ਐਡਾ ਮੈਨੂੰ ਚੈਲੇਂਜ ਲੱਗਦਾ ਨਹੀਂ ਹੈ, ਸੋ ਬਹੁਤ ਚੜ੍ਹਦੀ ਕਲਾ 'ਚ ਫਿਲਮ ਬਣਾਈ ਦੀ ਆ, ਅਤੇ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਯਾਰ ਹੋ ਜਾਣਾ, ਜਦੋਂ ਆਹ ਫਿਲਮ ਦੀ ਕਹਾਣੀ ਲਿਖੀ ਤਾਂ ਮੈਨੂੰ ਸਾਡੀ ਟੀਮ ਕਹਿੰਦੀ ਭਾਅ ਜੀ ਬੜਾ ਔਖਾ ਕੰਮ ਲੱਗਦਾ ਵਾ, ਵੀ ਆਪਾਂ ਪੰਜਾਬ ਤੋਂ ਟਰੈਵਲ ਕਰਨਾ ਵਾ, ਹੈ ਨਾ, ਰਾਜਸਥਾਨ 'ਚ ਹੀ ਹੋ ਕੇ ਮਹਾਰਾਸ਼ਟਰ ਤੱਕ ਜਾਣਾ ਵਾ, ਕਿਵੇਂ ਰਾਹ 'ਚ ਮੈਨੇਜ ਕਰਾਂਗੇ, ਇਕੱਲੀ ਇਕੱਲੀ ਸਟੇਟ ਦੀ ਇਕੱਲੀ ਇਕੱਲੀ ਜਗ੍ਹਾ ਦੀ ਪਰਮਿਸ਼ਨ ਚਾਹੀਦੀ ਆ ਪ੍ਰੋਪਰ, ਫਿਰ ਹਰਦੀਪ ਹੁਣੀ ਗਏ ਭਾਅ ਜੀ ਹੁਣਾਂ ਸਾਹਿਬ ਇਹਨਾਂ ਕੋਲ ਨੰਦੇੜ ਸਾਹਿਬ, ਸੋ ਉੱਥੇ ਜਾ ਕੇ ਇਹਨਾਂ ਨੂੰ ਮਿਲੇ, ਸੋ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਹੋ ਗਈਆਂ ਭਾਅ ਜੀ। ਔਰ ਬਾਕੀ ਜਦੋਂ ਫਿਲਮ ਲਿਖੀ ਜਾਂਦੀ ਆ ਉਸ ਤੋਂ ਬਾਅਦ ਮੈਨੂੰ ਕੋਈ ਬਹੁਤਾ ਡਰ ਹੁੰਦਾ ਨਹੀਂ, ਕਿਉਂਕਿ ਜਿਹੜੀ ਟੀਮ ਬੈਠੀ ਹੈ ਇਹ ਸਾਰੀ ਜਿੰਨੇ ਐਕਟਰ ਬੈਠੇ ਨੇ, ਸੋ ਮੈਨੂੰ ਤਾਂ ਇੱਦਾਂ ਹੁੰਦਾ ਕਿ ਯਾਰ ਜੇ ਮੈਂ ਕਿਸੇ ਨੂੰ ਆਰਡਨਰੀ ਜਿਹਾ ਕਰੈਕਟਰ ਦਿੱਤਾ ਨਾ ਤਾਂ ਉਹਨੇ ਕਹਿਣਾ ਕਿ ਯਾਰ ਮੇਰੇ ਨਾਲ ਕਿਉਂ ਇੱਦਾਂ ਕੀਤਾ, ਹੈ ਨਾ, ਵੀ ਟਫ ਹੋਣਾ ਚਾਹੀਦਾ ਕਿ ਯਾਰ ਵੀ ਸਾਰਿਆਂ ਲਈ ਕਿ ਯਾਰ ਇੱਦਾਂ ਵਾ। ਸੋ ਘੁੱਗੀ ਭਾਅ ਜੀ 'ਤੇ ਤਾਂ ਮੈਨੂੰ ਇੰਨਾ ਕੌਨਫੀਡੈਂਸ ਹੁੰਦਾ ਵਾ ਵੀ ਮੈਂ ਇਹਨਾਂ ਨੂੰ ਕਹਾਣੀ ਸੁਣਾਉਂਦਾ ਹੀ ਨਹੀਂ, ਪੁੱਛ ਲਓ ਐਤਕੀ ਵੀ ਮੈਂ ਇਹਨਾਂ ਨੂੰ ਸੁਣਾਈ ਨਹੀਂ। ਮੈਨੂੰ ਐਂਡ ਮੈਨੂੰ ਯਾਦ ਆ ਜਿੱਦਣ ਮਹੂਰਤ ਸੀ ਭਾਅ ਜੀ ਦਾ ਸ਼ਾਰਟ 2-3 ਦਿਨ ਬਾਅਦ ਸੀਗਾ, ਮੈਨੂੰ ਕਹਿੰਦੇ ਹੈ ਨਹੀਂ ਮੂਡ ਸੁਣਾਉਣੀ ਨਹੀਂ, ਅਤੇ ਮੈਂ ਕਿਹਾ ਨਹੀਂ ਭਾਅ ਜੀ ਸੁਣਾਉਣਾ ਵਾ, ਫਿਰ ਮੈਂ ਇਹਨਾਂ ਨੂੰ ਉੱਦਣ ਸਾਰਾ ਕੁਝ ਦੱਸਿਆ, ਹੈ ਨਾ, ਮੈਂ ਕਿਹਾ ਭਾਅ ਜੀ ਆਹ ਬਣਾ ਰਿਹਾ, ਹੈ ਨਾ, ਅਤੇ ਕਹਿੰਦੇ ਯਾਰ ਠੀਕ ਆ। ਅਤੇ ਉਸ ਤੋਂ ਬਾਅਦ ਬਸ ਪਹਿਲੇ ਸੀਨ ਦੇ ਉੱਤੇ ਮੈਂ ਅਤੇ ਘੁੱਗੀ ਭਾਅ ਜੀ ਡਿਸਕਸ ਕਰਦੇ ਹਾਂ, ਉਦੋਂ ਬਾਅਦ ਤਾਂ ਘੁੱਗੀ ਭਾਅ ਜੀ ਮੇਰੇ ਨਾਲ ਜੇ ਕਦੇ ਕਦੇ ਵੀ ਕੋਈ ਡਿਸਕਸ ਕਰਦੇ ਆ ਤਾਂ ਇਹ ਕਹਿੰਦੇ ਆ ਭਾਅ ਜੀ ਇੱਕ ਮੇਰੇ ਲਾਈਨ ਆਈ ਆ ਮਨ 'ਚ, ਆਹ ਦੇਖੋ ਇੱਥੇ ਐਂ ਹੋਜੂ, ਕਿਉਂਕਿ ਜਿਸ ਤਰ੍ਹਾਂ ਦੀ ਇਹ ਫਿਲਮ ਆ ਇਹਦੇ 'ਚ ਜੇ ਕੋਈ ਐਕਟਰ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਇੰਪਰੋਵਾਈਜ਼ ਕਰਕੇ ਲਾਈਨ ਪਾ ਸਕਦਾ ਵਾ ਜਾਂ ਵਧੀਆ ਉਹਨੂੰ ਬੈਟਰ ਕਰ ਸਕਦਾ, ਉਹ ਸਿਰਫ ਘੁੱਗੀ ਭਾਅ ਜੀ ਨੇ, ਸਿਰਫ ਘੁੱਗੀ ਭਾਅ ਜੀ। ਔਰ ਇਹ ਇੰਨੀ ਜਾਨ ਪਾ ਦਿੰਦੇ ਨੇ ਮੇਰੇ ਹਰ ਸੀਨ 'ਚ। ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਸੀਨ ਸੀਗਾ ਅਰਦਾਸ ਕਰਾਂ ਫਿਲਮ ਦੇ ਵਿੱਚ, ਅਤੇ ਐਜ਼ ਆ ਰਾਈਟਰ ਫਸ ਗਿਆ ਮੈਂ ਉਹ ਸੀਨ ਦੇ ਉੱਤੇ, ਅਤੇ ਥੋਟ ਮੈਨੂੰ ਪਤਾ ਉਹਦਾ ਕੀ ਹੈ, ਅਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਲਿਖਾਂ ਕੀ, ਵੀ ਕਿਵੇਂ ਇਹਨੂੰ ਮੈਂ ਕੀ ਕਰਾਂ ਯਾਰ ਮੈਂ, ਅਤੇ ਸੀਨ ਦਾ ਮਤਲਬ ਰੋਜ਼ ਲਿਖ ਰਿਹਾ ਉਹਨੂੰ ਬੈਠ ਕੇ, ਰੋਜ਼ ਲਿਖਦੇ ਲਿਖਦੇ ਅੱਜ ਉਹ ਦਿਨ ਆ ਗਿਆ ਜਿੱਦਣ ਸ਼ੂਟ ਹੈ, ਅਤੇ ਮੈਂ ਸਵੇਰ ਤੋਂ ਸਟ੍ਰੈਸ 'ਚ ਘੁੰਮ ਰਿਹਾ ਅਤੇ ਅੱਧਾ ਘੰਟਾ ਰਹਿ ਗਿਆ, ਮੈਂ ਕਿਹਾ ਯਾਰ ਹੁਣ ਘੁੱਗੀ ਭਾਅ ਜੀ ਨੂੰ ਜਾ ਕੇ ਕੀ ਫੜਾਊਂਗਾ ਵੀ ਯਾਰ ਕੀ ਕਰਨਾ। ਮੈਂ ਇਹਨਾਂ ਕੋਲ ਗਿਆ, ਮੈਂ ਕਿਹਾ ਭਾਅ ਜੀ ਆਹ ਸੀਨ ਹੈ ਇੱਦਾਂ ਹੈ, ਇਹਨਾਂ ਨੇ ਮੇਰੀ ਕੋਈ ਗੱਲ ਜੀ ਨਹੀਂ ਸੁਣੀ, ਮੈਨੂੰ ਕਹਿੰਦੇ ਜੇ ਆਪਾਂ ਐਂ ਸ਼ੁਰੂ ਕਰੀਏ ਇਹ ਸਮਝ ਗਏ ਵੀ ਇਹਦੇ ਕੋਲ ਹੈ ਨਹੀਂ, ਠੀਕ ਹੈ, ਇਹਨਾਂ ਨੇ ਬਲੀਵ ਕਰਿਓ ਵੱਧ ਤੋਂ ਵੱਧ ਉਹਨੂੰ 1.5 ਤੋਂ 2 ਮਿੰਟ ਲੱਗੇ ਹੋਣੇ ਆ। ਔਰ ਅਸੀਂ ਉਹ ਸਿੰਗਲ ਟੇਕ ਸ਼ੂਟ ਕੀਤਾ ਸੀ, ਜੇ ਤੁਹਾਨੂੰ ਯਾਦ ਹੋਵੇ ਅਰਦਾਸ ਕਰਨ ਦੇ ਵਿੱਚ ਇੱਕ ਸੀਨ ਆ ਵਾਸ਼ਰੂਮ ਦੇ ਵਿੱਚ, ਘੁੱਗੀ ਭਾਅ ਜੀ ਨੂੰ ਮੈਂ ਪੁੱਛਦਾ ਵਾਂ ਵੀ ਕਿ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਵੀ ਤੁਹਾਨੂੰ ਆਹ ਉਹ ਚੀਜ਼ ਆ, ਤਾਂ ਉਹਦੇ ਸਾਡੀ ਆਰਗਿਊ ਆ, ਉਹ ਸਿੰਗਲ ਸ਼ਾਟ 'ਚ ਅਸੀਂ ਟੇਕ ਕੀਤਾ ਸੀ ਔਰ ਉਹਦੀ ਇੱਕ ਇੱਕ ਵਰਡ ਸਾਰਾ ਘੁੱਗੀ ਭਾਅ ਜੀ ਦਾ ਹੀ ਲਿਖਿਆ ਹੋਇਆ ਸੀ ਇਹਨਾਂ ਨੇ ਇੱਦਾਂ। ਚਲੋ ਮਤਲਬ ਓਵਰਆਲ ਫਿਲਮ ਦੇ ਵਿੱਚ ਤਾਂ ਇਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਇਨਪੁੱਟਸ ਹੁੰਦੀਆਂ ਨੇ, ਸੋ ਇਹ ਇੱਕ ਇੱਦਾਂ ਦੀ ਫਿਲਮ ਹੈ ਅਤੇ ਮੈਨੂੰ ਐਂ ਲੱਗਦਾ ਕਿ ਹਰ ਪੱਖੋਂ ਘੁੱਗੀ ਭਾਅ ਜੀ ਦਾ ਐਡਾ ਵੱਡਾ ਯੋਗਦਾਨ ਹੈ ਇਸ ਫਿਲਮ ਦੇ ਵਿੱਚ, ਮੈਂ ਕਦੇ ਇਹਨਾਂ ਦਾ ਦੇਣ ਨਹੀਂ ਦੇ ਸਕਦਾ।
ਸੋ ਅੱਜ ਬਲਿੰਕ ਕਰਿਓ। ਮੈਂ ਸੱਚੀ ਤੁਹਾਨੂੰ ਕਹਿ ਰਿਹਾ ਹੁੰਦਾ, ਮੈਂ ਕਿਹਾ ਭਾਅ ਜੀ ਮੈਂ ਡਾਇਰੈਕਟਰ ਬਣ ਗਿਆ, ਮੈਨੂੰ ਸਾਰੇ ਕਹਿੰਦੇ ਯਾਰ ਤੂੰ ਬੜਾ ਵਧੀਆ ਡਾਇਰੈਕਟਰ ਆ। ਮੈਂ ਕਿਹਾ ਭਾਅ ਜੀ ਮੈਂ ਤਾਂ ਇੰਨਾ ਵਧੀਆ ਡਾਇਰੈਕਟਰ ਹਾਂ, ਮੇਰੇ ਕੋਲ ਐਕਟਰ ਬਹੁਤ ਵਧੀਆ ਵਾ, ਮੈਂ ਜੇ 10% ਚੀਜ਼ ਕਰਦਾ ਨਾ ਤਾਂ 90 ਇਹ ਚੱਕ ਕੇ ਲੈ ਜਾਂਦੇ ਨੇ, ਹੈ ਨਾ ਭਾਅ ਜੀ ਐਂ ਕਰੀਏ। ਸੋ ਮੇਰੀ ਜਿਹੜੀ ਟੀਮ ਹੈ, ਸੋ ਹਰ ਬੰਦੇ ਨੇ ਮਤਲਬ ਇੰਨਾ ਇੰਪੈਕਟ ਹੈ ਯਾਰ, ਮੈਂ ਸੋਹੀ ਸਾਹਿਬ ਨੂੰ ਸ਼ੂਟ ਕਰਦਾ ਵਾਂ, ਤੁਸੀਂ ਬਿਲੀਵ ਕਰਿਓ। ਮੈਂ ਇਹਨਾਂ ਨੂੰ ਕਹਿੰਦਾ, ਮੈਂ ਕਿਹਾ ਭਾਅ ਜੀ ਬੋਲੋ ਚਾਹੇ ਨਾ ਬੋਲੋ ਯਾਰ, ਤੁਹਾਡੇ ਤੋਂ ਤਾਂ ਖਾਲੀ ਕੈਮਰਾ ਰੱਖਦੇ ਆ ਨਾ, ਤੁਸੀਂ ਫਰੇਮ ਖੜਾ ਦਿੰਦੇ ਹੋ। ਸੋ ਉਹ ਇੱਕ ਇੰਪੈਕਟ ਬਣਾਉਂਦੇ ਨੇ ਨਾ ਜਿਹੜੇ ਮੇਰੇ ਐਕਟਰ, ਹੈ ਨਾ। ਸੋ ਜੈਨੂਅਨਲੀ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਵਾ ਪ੍ਰਿੰਸ ਤੋਂ, ਜਦ ਇਹਦੀ ਮੈਂ ਇਹਦਾ ਕਰੈਕਟਰ ਲਿਖਦਾ, ਜਦੋਂ ਮੈਥੋਂ ਆਪ ਹੀ ਲਿਖਿਆ ਜਾਂਦਾ, ਹਰੇਕ ਫਿਲਮ ਦੇ ਵਿੱਚ ਮੈਂ ਵਾਰਨਿੰਗ ਲਿਖਦਾ, ਮੈਂ ਲਿਖਦਾ ਵਾਂ ਮੈਥੋਂ ਆਪ ਦਾ ਨਹੀਂ ਵਧੀਆ ਲਿਖ ਹੁੰਦਾ, ਇਹਦਾ ਜ਼ਿਆਦਾ ਵਧੀਆ ਲਿਖ ਹੁੰਦਾ, ਮੈਂ ਇਹ ਥੋੜ੍ਹੀ, ਬਟ ਮੈਂ ਲਿਖਦਾ ਓਨੈਸਟੀ ਨਾਲ ਆ ਕਿ ਯਾਰ ਆਹ ਚੀਜ਼ ਆ। ਸੋ ਇਹ ਮੈਨੂੰ ਲੱਗਦਾ ਕਿ ਸਾਡੀ ਟੀਮ ਦੀ, ਸਾਡੇ ਪ੍ਰੋਡਕਸ਼ਨ ਹਾਊਸ ਦੀ ਹੁਣ ਤੱਕ ਦੀ ਬੈਸਟ ਫਿਲਮ ਹੋਣੀ ਚਾਹੀਦੀ ਆ, ਔਰ ਜਿੰਨਾ ਅਸੀਂ ਜ਼ੋਰ ਲਾਇਆ। ਥੈਂਕ ਯੂ ਸੋ ਮਚ। ਭਾਅ ਜੀ ਜਿੱਦਾਂ ਦੋ ਪਹਿਲੀਆਂ ਫਿਲਮਾਂ ਸੀ ਨਾ, ਉਹਦੇ 'ਚ ਮੇਰੇ ਲਈ ਚੈਲੇਂਜ ਜਿਹੜਾ ਉਹ ਇਹ ਹੈ ਕਿ ਪਹਿਲੀ ਫਿਲਮ ਜਿਉਣਾ ਸਿਖਾਉਂਦੀ ਹੈ ਕਿ ਜਿਉਣਾ ਕਿਵੇਂ ਚਾਹੀਦਾ, ਪ੍ਰਸਥਿਤੀਆਂ ਹਾਲਾਤਾਂ ਦੇ ਗੁਲਾਮ ਬਣ ਕੇ ਨਹੀਂ ਜੀਣਾ ਚਾਹੀਦਾ, ਉਹਨਾਂ 'ਤੇ ਸਵਾਰੀ ਕਰਨੀ ਚਾਹੀਦੀ ਹੈ ਹਾਲਾਤਾਂ 'ਤੇ, ਹਾਲਾਤਾਂ ਨੂੰ ਲਗਾਮਾਂ ਪਾ ਕੇ ਹਾਲਾਤਾਂ ਨੂੰ ਆਪਣੇ ਹਿਸਾਬ ਨਾਲ ਮੋੜੀਦਾ ਹੁੰਦਾ। ਜਿਹਦੇ 'ਚ ਇੱਕ ਡਾਇਲੋਗ ਵੀ ਮੈਂ ਸੋਹੀ ਸਾਹਿਬ ਨੂੰ ਕਹਿੰਦਾ ਕਿ ਜ਼ਖਮ ਦੀ ਨੁਮਾਇਸ਼ ਲਾਉਣ ਨਾਲ ਜ਼ਖਮ ਠੀਕ ਨਹੀਂ ਹੋ ਜਾਂਦੇ, ਇਹਦਾ ਸੋਹੀ ਸਾਹਿਬ ਇਲਾਜ ਲੱਭੀਦਾ ਹੁੰਦਾ, ਇਹਦੀ ਦਵਾਈ ਲੱਭੀਦੀ ਹੈ, ਠੀਕ ਹੈ ਨਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਿਉਣਾ ਸਿਖਾਉਂਦੀਆਂ। ਅਰਦਾਸ ਕਰਾਂ 'ਚ ਇੱਕ ਡਿਫਰੈਂਟ ਚੀਜ਼ ਕੀ ਹੈ ਜਿਹੜੀ ਮੇਰੇ ਲਈ ਵੀ ਚੈਲੇਂਜ ਸੀ, ਇਹਦੇ 'ਚ ਅਸੀਂ ਬਾਬੇ ਦਾ ਬਖਸ਼ਿਆ ਉਹ ਫਲਸਫਾ ਪੇਸ਼ ਕਰਨਾ ਸੀ ਜਿਹੜੀ ਮਰਨਾ ਸਿਖਾਉਂਦੀ ਹੈ, ਕਹਿੰਦੀ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। ਉਹ ਬੰਦੇ ਨੂੰ ਪਤਾ ਮੇਰੇ ਨਾਲ ਕੀ ਹੋਣ ਵਾਲਾ, ਤਾਂ ਤੁਸੀਂ ਫਿਰ ਰੋ ਕੇ ਕੁਰਲਾ ਕੇ ਉਹਦੇ 'ਚ ਸੀਨ ਜਿਹੜੀ ਇਹ ਗੱਲ ਕਰ ਰਹੇ ਨੇ ਗਿੱਪੀ ਜੀ, ਉਹਦੇ 'ਚੋਂ ਕਹਿੰਦਾ ਵੀ ਜੇ ਮੈਂ ਰੋਂਦਾ ਕੁਰਲਾਉਂਦਾ ਤੈਨੂੰ ਦੱਸਦਾ ਫਿਰ ਮੈਂ ਉਦੋਂ ਬਚ ਜਾਂਦਾ ਉਸ ਚੀਜ਼ ਤੋਂ, ਫਿਰ ਰੋਣ 'ਚ ਜਿੰਨੇ ਦਿਨ ਵੇਸਟ ਕਰਨੇ ਆ ਕਿ ਉਹਨਾਂ ਉਨੇ ਦਿਨ ਮੈਂ ਹੱਸ ਕੇ ਜੀ ਲਵਾਂ। ਸੋ ਇਹ ਦੇਖੋ ਥੋਟ 'ਚ ਚੇਂਜ ਹੈ। ਔਰ ਤੀਸਰੀ ਜਿਹੜੀ ਤੁਸੀਂ ਗੱਲ ਕਹੀ ਸੀ ਉਹ ਇਹ ਹੈ ਕਿ ਸੂਤਰਧਾਰ ਦਾ ਤੁਸੀਂ ਸ਼ਬਦ ਵਰਤਿਆ ਹੋਣੇ, ਦੁਨੀਆ 'ਚ ਸਭ ਤੋਂ ਔਖਾ ਕੰਮ ਕੀ ਹੈ? ਸੂਤਰਧਾਰ ਦਾ। ਔਰ ਸਪੈਸ਼ਲੀ ਸਿਨੇਮੇ ਦੇ ਵਿੱਚ ਤੁਸੀਂ ਮੈਨੂੰ ਕੋਈ ਫਿਲਮ ਦਿਖਾ ਦਿਓ, ਕੋਈ ਫਿਲਮ ਹੋਵੇ ਜਿਹਦੇ ਵਿੱਚ ਸੂਤਰਧਾਰ ਕੰਮ ਕਰ ਰਿਹਾ ਹੋਵੇ। ਸਿਨੇਮੇ ਦੀ ਵਿਧਾ ਨਹੀਂ ਹੈ ਸੂਤਰਧਾਰ, ਇਹ ਥੀਏਟਰ ਦੀ ਵਿਧਾ, ਪਰ ਅਸੀਂ ਇੰਨੇ ਚਲਾਕ ਹਾਂ ਕਿ ਸੂਤਰਧਾਰ ਦੇ ਨਾਲ ਹੀ ਫਿਲਮ ਘੁਮਾ ਕੇ ਨਿਕਲ ਜਾਂਦੇ ਹਾਂ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਸੂਤਰਧਾਰ ਸੀਗਾ। ਉਹਨੂੰ ਕਰੈਕਟਰ ਬਣਾ ਕੇ ਪੇਸ਼ ਕਰਨਾ, ਇਹ ਐਜ਼ ਅ ਰਾਈਟਰ ਜਾਂ ਐਜ਼ ਅ ਡਾਇਰੈਕਟਰ ਇਹ ਗਿੱਪੀ ਹੋਣਾ ਦੀ ਖੂਬੀ ਔਰ ਖੂਬਸੂਰਤੀ ਹੈ ਕਿ ਕਿਵੇਂ ਉਹਨੂੰ ਇੱਦਾਂ ਨਿਟਿੰਗ ਕਰ ਦਿੰਦੇ ਆ ਕਿ ਉਹ ਸਾਰੇ ਪਾਤਰਾਂ ਨਾਲ ਜੁੜਿਆ ਇੱਕ ਪਾਤਰ ਹੋ ਜਾਂਦਾ। ਸੋ ਇਟ ਇਜ਼ ਵੈਰੀ ਚੈਲੇਂਜਿੰਗ ਵਾਟ ਯੂ ਆਰ ਸੇਇੰਗ, ਆਈ ਡੋ ਅੰਡਰਸਟੈਂਡ ਵਾਟ ਯੂ ਮੀਨ ਟੂ ਸੇ ਕਿ ਇੱਕ ਸੂਤਰਧਾਰ ਨੂੰ ਪਲੇ ਕਰਨਾ ਜਿਹੜਾ ਕਿ ਆਪਣੇ ਆਪ 'ਚ ਇੱਕ ਸੰਪੂਰਨ ਕਰੈਕਟਰ ਨਹੀਂ ਹੈ, ਉਹ ਸੂਤਰਧਾਰ ਹੈ ਪਰ ਉਹ ਕਰੈਕਟਰਾਂ ਨਾਲ ਇੱਦਾਂ ਨਿਟਿਡ ਹੈ ਕਿ ਉਹ ਲੱਗਦਾ ਕਿ ਸਭ ਨਾਲ ਜੁੜਿਆ ਹੋਇਆ। ਥੈਂਕ ਯੂ ਭਾਅ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਪੱਤਰਕਾਰ ਮਨਪ੍ਰੀਤ ਔਲਖ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ 'ਤੇ ਫਿਲਮ ਬਣਾਈ। ਮੇਰਾ ਸਵਾਲ ਘੁੱਗੀ ਭਾਅ ਜੀ ਹੋਰਾਂ ਨੂੰ ਹੈ, ਮੈਂ ਇਸ ਸਵਾਲ ਆਪਾਂ ਸਾਰੇ ਕਨੈਕਟ ਕਰਾਂਗੇ। ਮੈਂ ਆਸੇ ਪਾਸੇ ਸਾਡੀ ਅੱਜ ਦੀ ਪੀੜ੍ਹੀ 'ਚ ਓਬਜ਼ਰਵ ਕਰ ਰਿਹਾ, ਮੈਂ ਵੀ ਉਸ ਦੇ ਵਿੱਚ ਇੱਕ ਹਾਂ ਕਿ ਸਾਡੇ ਅੰਦਰ ਸਬਰ ਨਹੀਂ ਹੈ, ਜਿਵੇਂ ਤੁਹਾਡਾ ਬਹੁਤ ਲੰਮਾ ਸਟਰਗਲ ਹੈ। ਸਾਨੂੰ ਇਹ ਵੀ ਚਾਹੀਦਾ, ਉਹ ਵੀ ਚਾਹੀਦਾ, ਪਰ ਨਾਲ ਦੀ ਨਾਲ ਚਾਹੀਦਾ, ਅਤੇ ਜੇ ਕੁਝ ਮਿਲ ਜਾਂਦਾ ਤਾਂ ਅਸੀਂ ਉਹ ਸ਼ੁਕਰਾਨੇ ਦੀ ਅਰਦਾਸ ਵੀ ਨਹੀਂ ਕਰਦੇ। ਜਿਵੇਂ ਪ੍ਰਿੰਸ ਭਾਅ ਜੀ ਨੇ ਗੱਲ ਕੀਤੀ ਸੀ, ਉਹ ਸਕੂਟਰੀ ਦੇ ਵਿੱਚ ਵੀ ਖੁਸ਼ ਸੀਗੇ, ਹੈ ਨਾ, ਅਤੇ ਜੇ ਕੁਝ ਦੁੱਖ ਆਉਂਦਾ ਤਾਂ ਅਸੀਂ ਉਹ ਭਾਣੇ ਨੂੰ ਮੰਨਦੇ ਨਹੀਂ ਹਾਂ, ਹੈ ਨਾ, ਦੁੱਖ ਵੇਲੇ ਅਰਦਾਸ ਨਹੀਂ ਕਰਦੇ ਗੇ। ਜਿਵੇਂ ਗਿੱਪੀ ਭਾਅ ਜੀ ਨੇ ਕਿਹਾ ਕਿ ਉਹਨਾਂ ਦੀਆਂ ਵਿੱਚ ਫਿਲਮਾਂ ਕਈ ਫਲੋਪ ਵੀ ਹੋਈਆਂ ਸੀ, ਤੁਹਾਡੇ ਅੰਦਰ ਕਿਵੇਂ ਉਹ ਸਬਰ ਕਿਵੇਂ ਰਿਹਾ ਵਾ ਕਿ ਤੁਸੀਂ ਇੰਨਾ ਲੰਮਾ ਸਬਰ, ਸਾਡੇ ਅੰਦਰ ਅਜਿਹਾ ਕਿਉਂ ਨਹੀਂ ਆ ਰਿਹਾ?
ਬਹੁਤ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ। ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ, ਤੁਹਾਡੇ ਸਾਰਿਆਂ ਦੇ ਇੱਕ ਵਾਰੀ ਤਾਂ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ। ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥੋਟ 'ਤੇ। ਗੁਰਬਾਣੀ ਪੜ੍ਹਦੇ ਹਾਂ ਜਿਹੜੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ, ਉਹ ਗੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ। ਉਹਦੇ 'ਚ ਥਾਂ ਥਾਂ 'ਤੇ ਇੱਕ ਜ਼ਿਕਰ ਆਉਂਦਾ, ਇੱਕ ਸ਼ਬਦ ਆਉਂਦਾ ਜਿਹਨੂੰ ਨਾ ਤਾਂ ਅਸੀਂ ਕਦੇ ਵਿਚਾਰਿਆ, ਨਾ ਕਦੇ ਉਹਦਾ ਅਰਥ ਸਮਝਿਆ, ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਟ ਸਮਝੀ ਹੈ। ਉਹ ਹੈ ਰਹਾਓ। ਰਹਾਓ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਥੇ ਰਹਾਓ ਲਿਖਤਾ, ਉਹਦਾ ਮਤਲਬ ਹੈ ਠਹਿਰਾਓ, ਪੜ੍ਹਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ 'ਤੇ ਵਿਚਾਰ ਕਰ ਲਓ, ਅੱਗੇ ਚੱਲੋ। ਅਸੀਂ ਬਾਣੀ 'ਚ ਉਹਦਾ ਕੀ ਸਮਝਣਾ, ਅਸੀਂ ਰਹਾਓ 'ਚੋਂ ਨਹੀਂ ਸਮਝਿਆ ਕਦੇ ਕੁਛ। ਸੋ ਜ਼ਿੰਦਗੀ 'ਚ ਇੱਕ ਰਹਾਓ ਚਾਹੀਦਾ, ਜ਼ਿੰਦਗੀ 'ਚ ਠਹਿਰਾਓ ਚਾਹੀਦਾ, ਫਿਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ। ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ, ਜਾਂ ਸ਼ਿਕਾਇਤ ਕਰਨ ਅਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ, ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ। ਮੈਨੂੰ ਲੱਗਦਾ ਅਰਦਾਸ ਤੇ ਅਰਦਾਸ ਕਰਾਂ ਇੱਦਾਂ ਦੀਆਂ ਫਿਲਮਾਂ ਨੇ ਜਿਨ੍ਹਾਂ ਤੋਂ ਸਭ ਨੇ ਬਹੁਤ ਕੁਝ ਸਿੱਖਿਆ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਤੁਸੀਂ ਕਿਹੜਾ ਲਾਈਫ ਲੈਸਨ ਉਹਨਾਂ ਫਿਲਮਸ ਤੋਂ ਲਿਆ ਤੇ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਅੱਗੇ ਉਸਨੂੰ ਅਪਣਾਇਆ ਵੀ ਹੋਵੇ? ਕਿਉਂਕਿ ਲਿਖੀਆਂ ਮੈਂ ਤਾਂ ਜੋ ਕੁਛ ਮੇਰੇ ਜ਼ਿੰਦਗੀ 'ਚ ਹੋਇਆ ਮੈਂ ਬਹੁਤ ਚੀਜ਼ਾਂ ਆਪਦੇ ਆਲੇ ਦੁਆਲੇ ਕੱਢ ਕੇ ਉਹਦੇ 'ਚ ਲਿਖੀਆਂ ਨੇ, ਕਿਉਂਕਿ ਫਿਲਮ ਨਾਲ ਤੁਸੀਂ ਰਿਲੇਟ ਵੀ ਤਾਂ ਹੀ ਕਰਦੇ ਹੋ ਕਿਉਂਕਿ ਇਹ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਤੁਹਾਡੀਆਂ ਆਮ ਜ਼ਿੰਦਗੀ 'ਚ ਹੁੰਦੀਆਂ। ਕਈ ਫਿਲਮਾਂ ਦੇ ਵਿੱਚ ਆਪਾਂ ਇੱਦਾਂ ਦੀਆਂ ਚੀਜ਼ਾਂ ਬਣਾਉਂਦੇ ਹਾਂ ਕਿ ਤੁਹਾਨੂੰ ਫਿਲਮ ਬਹੁਤ ਇੰਟਰਟੇਨ ਕਰਦੀ ਆ, ਬਟ ਉਹ ਚੀਜ਼ਾਂ ਸਾਡੇ ਇਰਦ ਗਿਰਦ ਹੁੰਦੀਆਂ ਨੀਗੀਆਂ, ਜਾਂ ਅਸੀਂ ਉਵੇਂ ਦੇ ਬਹੁਤੇ ਜ਼ਿਆਦਾ ਨਹੀਂ ਹੁੰਦੇ ਹੈਗੇ। ਸੋ ਇਹ ਫਿਲਮ ਤਾਂ ਜਦੋਂ ਤੁਸੀਂ ਦੇਖੋਗੇ ਹਰੇਕ ਬੰਦਾ, ਪਹਿਲੀ ਅਰਦਾਸ ਵੇਲੇ ਵੀ ਜਦੋਂ ਅਰਦਾਸ ਫਿਲਮ ਆਈ ਤਾਂ ਮੈਨੂੰ ਬਹੁਤ ਬੰਦੇ ਐਂ ਕਹਿੰਦੇ ਸੀ ਸਾਡੇ ਚਾਚੇ ਦੇ ਮੁੰਡੇ ਨਾਲ ਆਈ ਹੋਇਆ, ਸਾਡੇ ਫਲਾਣੇ ਨਾਲ ਆਇਆ ਹੋਇਆ, ਸਾਡੇ ਵੀ ਉਹ ਇੱਕ ਛੋਟੀ ਕੁੜੀ ਸੀ ਉਹ ਵੀ ਚਿੱਠੀਆਂ ਲਿਖਦੀ ਹੁੰਦੀ ਸੀ, ਹੈ ਨਾ, ਉਹ ਐਂ ਕਰ ਦਿੰਦਾ ਸੀ, ਮੈਂ ਛੋਟੇ ਹੁੰਦਾ ਆਹ ਕਰਦਾ ਸੀ, ਮੈਨੂੰ ਉਹ ਕਰਦਾ। ਸੋ ਇਹ ਤਾਂ ਆਮ ਜ਼ਿੰਦਗੀ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਸੋ ਮੈਨੂੰ ਲੱਗਦਾ ਮੇਰੀਆਂ ਤਾਂ ਜਿੰਨੀਆਂ ਤੁਸੀਂ ਤਿੰਨੇ ਫਿਲਮਾਂ ਦੇਖ ਲਓ, ਮੈਂ ਪਹਿਲਾਂ ਦੱਸਿਆ ਕਿ ਮੇਰੇ ਨਾਲ ਜਦੋਂ ਹੋਇਆ ਮੈਂ ਲੋਅ ਹੋਇਆ ਤਾਂ ਉਸ ਤੋਂ ਬਾਅਦ ਮੈਂ ਫਿਲਮ ਲਿਖਣੀ ਸ਼ੁਰੂ ਕੀਤੀ ਅਤੇ ਮੈਂ ਉਹੀ ਚੀਜ਼ਾਂ ਲਿਖਤੀਆਂ ਜਿਹੜੀਆਂ ਮੇਰੇ ਇਰਦ ਗਿਰਦ ਘੁੰਮ ਰਹੀਆਂ ਸੀ। ਸੋ ਮੈਂ ਤਾਂ ਬਹੁਤ ਕੁਛ ਸਿੱਖਿਆ ਜੀ, ਤਾਂ ਹੀ ਮੈਂ ਚਾਹੁੰਦਾ ਵਾਂ ਕਿ ਜੋ ਮੇਰਾ ਤੁਸੀਂ ਦੇਖੋ ਮੇਰਾ ਗ੍ਰਾਫ ਦੇਖੋ ਪਿਛਲੇ ਕਾਫੀ ਸਾਲਾਂ ਤੋਂ, ਮੈਂ ਬਹੁਤ ਪੋਜ਼ਿਟਿਵ ਹਾਂ ਜ਼ਿੰਦਗੀ ਦੇ ਵਿੱਚ, ਮੈਂ ਹਮੇਸ਼ਾ ਖੁਸ਼ ਰਹਿਣਾ, ਮੈਨੂੰ ਮਤਲਬ ਹੱਸਦੇ ਹੀ ਰਹਿਣਾ। ਤੁਸੀਂ ਮੇਰੇ ਜਿੰਨੇ ਟੀਮ ਦੇ ਬੰਦੇ ਨੇ ਸਾਰਿਆਂ ਨਾਲ ਹਾਈ ਕਰਕੇ ਫਿਲਮ ਇੰਜੋਏ ਕਰਕੇ ਫਿਲਮ ਬਣਾਉਂਦੇ ਹਾਂ, ਸ਼ੂਟਿੰਗ ਦੇ ਉੱਤੇ ਵੀ, ਆਫਿਸ ਦੇ ਵਿੱਚ ਵੀ, ਘਰ ਵੀ। ਸੋ ਮੈਨੂੰ ਉਹੀ ਵੀ ਲਾਈਫ ਬੜੀ ਔਖੀ ਮਿਲੀ ਹੈ ਜੀ, ਸੋ ਖੁੱਲ੍ਹ ਕੇ ਜਿਉਣੀ ਚਾਹੀਦੀ ਆ ਜ਼ਿੰਦਗੀ ਬਣਾਉਣ ਦੇ ਚੱਕਰ 'ਚ, ਜ਼ਿੰਦਗੀ ਜਿਉਣੀ ਨਾ ਭੁੱਲੋ। ਸੋ ਇੰਜੋਏ ਨਾਲ ਜੀਓ। ਥੈਂਕ ਯੂ ਜੀ। ਹੈਲੋ ਜੀ, ਸਾਡੇ ਗਿੱਪੀ ਭਾਅ ਜੀ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੇਖੀ ਅਤੇ ਅਰਦਾਸ, ਮਤਲਬ ਉਹਨਾਂ 'ਤੇ ਬਿਲੀਵ ਕੀਤਾ ਅਤੇ ਅਰਦਾਸ ਬਣਾਈ, ਮੈਂ ਜਾਣਨਾ ਚਾਹੁੰਦਾ ਹਾਂ। ਮੈਂ ਜੋ ਆਪ ਚੀਜ਼ ਪੁੱਛੀ ਹੈ ਉਸਕੀ ਜੋ ਚੀਜ਼ ਬਤਾਤਾ ਹੂੰ, ਮੈਨੇ ਆਪਣਾ ਅਭੀ ਤੱਕ ਕੋਈ 40 ਜਾਂ 45 ਫਿਲਮੇ ਬਣਾਈ ਹੋਗੀ, ਸਭ ਲੈਂਗੁਏਜ ਮਿਲਾ ਕੇ, ਜਿਸਮੇ ਤਿੰਨ ਫਿਲਮੋਂ ਮੈਂ ਮੁਝੇ ਬਹੁਤ ਆਪਣੇ ਆਪ ਪੇ ਫਖਰ ਹੁਆ ਕਿ ਮੈਨੇ ਇਨ ਫਿਲਮੋਂ ਕੋ ਸਾਥ ਸੀਟ ਹੂੰ। ਪਹਿਲੀ ਫਿਲਮ ਓਂਕਾਰਾ ਥੀ ਜੋ ਮੇਰੀ ਪਹਿਲੀ ਫਿਲਮ ਥੀ, ਦੂਸਰੀ ਫਿਲਮ ਦ੍ਰਿਸ਼ਯਮ 2 ਥੀ ਜੋ ਮੇਰੇ ਬੇਟੇ ਨੇ ਡਾਇਰੈਕਟ ਕੀਤੀ, ਤੀਸਰੀ ਫਿਲਮ ਅਰਦਾਸ ਜਿਸੇ ਮੈਂ ਗਿੱਪੀ ਬਾਜੀ ਦੱਸਿਆ। ਤੋ ਮੈਨੇ ਇਨਸੇ ਜਿਸ ਦਿਨ ਡੀਲ ਕੀਤੀ, ਬਾਤ ਕੀਤੀ,
मैंने सिर्फ नाम सुना था, मैंने ना कहानी सुनी ना कुछ सुना, मुझे कुछ पता नहीं था क्या बना रहे। इन पर बिलीव था और उन्होंने अपना पूरा बिलीव उससे ज़्यादा डिलीवर किया है। और मुझे बहुत ही, जब भी मैं मतलब अपना कोई लिखूंगा अपने बारे, अपने करियर के बारे में, तो अरदास वहाँ पे बिल्कुल हर जगह रहेगी। हेलो भाजी, भाजी इधर, क्योंकि भाजी मैं ना थोड़े तो पूछना चाहना कि जो आप अरदास करते हैं ना, अरदास दे विच आपां सब कुछ मंगते हैं, अपने लिए अरदास करते हैं, पर आपां अरदास दा अखीर करते हैं नानक नाम चढ़दी कला तेरे भाणे सरबत दा भला। अज थोनू की लगता कि अज असी वाकई उस लाइन के नाल जुड़े हुए हैं, जी टुट गए असी उन चीज़ों तो, हम असी कहने यार लत्तां खिंचन दे लई हो गए, जां असी अज भी उस लाइन ते खड़े कि नानक नाम चढ़दी कला तेरे भाणे सरबत दा भला। जिहड़ा साडा बेसिक करैक्टर है ना पंजाबियों दा, वह अज भी उही है, नानक नाम चढ़दी कला तेरे भाणे सरबत दा भला, बिल्कुल उही है। पर वो कितने ना कितने किसी भार थले दबिया गया, कोई छोटी जी लालसा, छोटिया जी इच्छावां उहदे मगर भजदे किते ना सी, उहदे हावी हो गई ने। पर ये फिल्मां हिट होण दा कारण ही यही है कि लोगों के अंदर वो चीज़ जिउंदी है, वो जागदी है, नहीं तो लोग फिल्म देखण ही ना जाण। सो ये साडा बेसिक किरदार है पंजाबियों का, जिहड़ा कदे मर नहीं सकता। ये किरदार सानूं प्रसाद के रूप च बाबे तो मिलिया होया, सो प्रसाद का कदे भी व्यर्थ नहीं जाता एक किणका भी। सो वो साडा किरदार हमेशा रहेगा, पर समय नाल लोगों के किरदार बदलते ने। पर मैनू लगता कि बाबे नानक की वो गल एक दिन जरूर सच्ची साबित होनी है कि कूड़ ने खुट्टे नानका ओड़क सच रही, सच ने रहना सच ते ही पैरा होना है समय। जैसमिन, सॉरी मैं जैसमिन, इधर सत श्रीकाल। मैं थोड़े तो जानना चाहता है ना कि फिल्म के दौरान भी आप काफ़ी यात्रा की है ना, हजूर साहब भी गए तो तुम हूँ फोटो शेयर की, हेमकुंड साहब की तुम यात्रा करके आए हो। मैं जानना चाहता कि थोड़ी जिंदगी दे विच कोई चेंज आया इस फिल्म करन तो बाद, जां तुहानू की फील किया तुसीं भी यार वो यात्रावां कीतियां ने, तुसीं की तुहानू अपने आप चेंज लग्या? ऑनेस्टली मैं शुरू तो ही बहुत स्पिरिचुअल हाँ, इट्स माय फैमिलीज ईयरली प्लान के हम एक यात्रा करते ही हैं। इस साल क्योंकि मेरी मम्मी की हेल्थ भी ठीक नहीं थी, पापा के भी कुछ इश्यूज थे, तो वो नहीं हो पा रहा था, तो मैंने बोला वो फैमिली की लेगेसी है, हर साल करना ही होता है, तो फिर मैं अकेले यात्रा करके आई। और हजूर साहब में मेरे साथ एक बहुत ही पर्सनल इंसिडेंट हुआ, जब हम गुरुद्वारे में बैठे थे एक सीन शूट कर रहे थे, उस टाइम मुझे कुछ नॉस्टैल्जिक मेमोरी हिट हुई, जिसकी वजह से मेरी पर्सनल लाइफ में एक बहुत बड़ा चेंज आया। और उस रियलाइजेशन की वजह से, मतलब मुझे लगता है वो हजूर साहब जी की ब्लेसिंग थी कि मेरी मम्मी की एक बहुत सीरियस हेल्थ कंडीशन थी, जो पता नहीं क्यों मुझे कुछ फील हुआ उस दिन गुरुद्वारे में बैठ के। मैंने मम्मी को एक मैसेज किया, मम्मी ने मुझे बोला हाँ ठीक है, वील कम गेट दिस चेक्ड। और टच वुड सीरियसली डॉक्टर ने बोला कि अगर ये नहीं होती, ये मैंने नहीं किया होता, आई वुड हैव लॉस्ट हर। तो मेरे लिए फिल्म बहुत बहुत स्पेशल है, क्योंकि आई कुड सेव माई मॉम्स लाइफ, जो मुझे रियलाइजेशन हुआ वहाँ पर उस टाइम गुरुद्वारे में बैठ के। मस्ताने मूवी दे विच अरदास दी अहमियत दसी सी, अरदास दी पावर किन्नी का। मैं तुहानू निजी तौर ते पुछना चाहुंदा, तुहाडी जिंदगी दे ओह किहड़ा पड़ा सीगा जदों तुसीं अरदास कीती, ते तुसीं उस समय जिहड़ा महसूस कीता वी सारे दरवाजे बंद हो गए सी, ते अरदास दे उत्ते परमात्मा दे उत्ते छड्डिया कि हुण
ਜਿਹੜਾ ਅਰਦਾਸ ਕਰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਪਰਮਾਤਮਾ ਰਾਹ ਖੋਲੂਗਾ ਉਹੀ ਮਨਜ਼ੂਰ ਹੋਊਗਾ। ਮੇਰੇ ਹੋਸ਼ ਆਉਣ ਤੋਂ ਲੈ ਕੇ ਅੱਜ ਤੱਕ ਦਾ ਹਰ ਮੂਮੈਂਟ ਜਦੋਂ ਦਾ ਮੈਂ ਹੋਸ਼ ਸੰਭਾਲੀ ਹੈ, ਜਦੋਂ ਦਾ ਪੇਰੈਂਟਸ ਦੀ ਗੋਦੀ 'ਚ ਬਹਿ ਕੇ ਪਹਿਲੀ ਵਾਰੀ ਅਰਦਾਸ ਸੁਣੀ ਹੋਣੀ ਹੈ, ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹੀ ਜਜ਼ਬਾਤ ਨੇ, ਉਹੀ ਫੀਲ ਹੈ। ਔਰ ਹਮੇਸ਼ਾ ਸਤਿਗੁਰੂ ਮੇਰੇ ਅੰਗ ਸੰਗ ਰਹਿੰਦਾ। ਅਰਦਾਸ ਜਿਹੜੀ ਆਪਾਂ ਕਰੀ ਦੀ ਉਹ ਤਾਂ ਕਰੀ ਦੀ ਹੈ, ਮੇਰੀ ਜ਼ਿੰਦਗੀ ਦੀ ਇੱਕ ਬੈਸਟ ਸਟਰੈਂਥ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੈਂ ਇਕੱਲਾ ਵੀ ਗੱਡੀ 'ਚ ਟਰੈਵਲ ਕਰਦਾ ਹੁੰਦਾ ਨਾ, ਮੈਨੂੰ ਵੈਸੇ ਵੀ ਚਲੋ ਕੁਦਰਤੀ ਕੰਠ ਵੀ ਹੈ ਅਤੇ ਮੈਂ ਨਾਲ ਗੱਡੀ 'ਚ ਵੀ ਕਈ ਵਾਰ ਲਾ ਲੈਂਦਾ, ਮੈਂ ਚੌਪਈ ਸਾਹਿਬ ਜਦੋਂ ਕਰਦਾ ਮੈਨੂੰ ਲੱਗਦਾ ਮੈਂ ਮੇਰੀ ਆਤਮਾ ਦਾ ਇਸ਼ਨਾਨ ਹੋ ਗਿਆ। ਇਹ ਨਿਵਿਰਤੀ ਹੁੰਦੀ ਹੈ, ਬਹੁਤ ਮੈਨੂੰ ਲੱਗਦਾ ਸਟਰੈਂਥ ਪਾਵਰ ਮਿਲਦੀ ਹੈ ਜਦੋਂ ਚੌਪਈ ਸਾਹਿਬ ਦਾ ਪਾਠ ਕਰਦਾ। ਉਹ ਵੀ ਅਰਦਾਸ ਹੀ ਹੈ ਨਾ, ਗੁਰੂ ਸਾਹਿਬ ਨੇ ਆਪਣੇ ਢੰਗ ਨਾਲ ਅਰਦਾਸ ਕੀਤੀ ਹੋਈ ਹੈ। ਸੋ ਹਮੇਸ਼ਾ ਉਹਦੀ ਇੱਕ ਪਾਵਰ ਮੈਂ ਆਪਣੇ ਆਲੇ ਦੁਆਲੇ ਮਹਿਸੂਸ ਕਰਦਾ ਜੀ। ਥੈਂਕ ਯੂ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।